ਆਪਾਂ ਇੰਪੋਰਟਡ ਦਾ ਵੀ ਤੈਨੂੰ ਅੱਜ ਰੇਟ ਦੇ ਤਾ ਵੀ ਬਾਈ GNC ਹੈ ਟੋਪ ਦਾ ਬ੍ਰਾਂਡ ਆ ਬਹੁਤ ਸੋਹਣਾ ਉਹਦਾ ਰੇਟ ਲੈ ਕੇ ਆ ਰਹੇ ਹਾਂ ਆਉਣ ਦਾ ਰੇਟ ਬਹੁਤ ਸੋਹਣਾ ਹੋਊਗਾ ਬਾਈ ਤੁਹਾਨੂੰ ਹਰ ਕੰਪਨੀ ਇੱਥੋਂ ਖਰੀ ਮਿਲਣੀ ਆ ਕੋਈ ਜੇ ਫ੍ਰੀ ਦਿੰਦੇ ਆ ਤਾਂ ਚੀਨੀ ਨਹੀਂ ਹੁੰਦੀ ਸਭ ਤੋਂ ਬੜੀ ਜਵਾਕ ਨਹੀਂ ਹੁੰਦਾ ਜੇ ਤੁਸੀਂ ਜੰਮ ਲਾਉਂਦੇ ਹੋ ਪਾਊਡਰ ਖਾਓਗੇ ਜਾਂ ਹੋਰ ਗੋਲੀਆਂ ਖਾਂਦੇ ਬਸ ਇਹ ਹੁੰਦਾ ਤੁਹਾਡੇ ਹੱਥ ਚੋਇਸ ਆ ਵੀ ਤੁਸੀਂ ਪ੍ਰੋਟੀਨ ਲੈ ਰਹੇ ਹੋ ਕਿ ਤੁਸੀਂ ਉਹਦੀ ਕਾਪੀ ਲੈ ਰਹੇ ਹੋ ਤਾਂ ਐਂਡ 'ਚ ਤਕਰੀਬਨ ਮਿਡ ਦੇ ਵਿੱਚ ਆਪਾਂ ਇੱਕ ਸਰਪ੍ਰਾਈਜ਼ ਦਵਾਵਾਂਗੇ ਬਾਈ ਉਹਨਾਂ ਤੋਂ ਠੀਕ ਆ ਜਾਣਾ ਨਹੀਂ ਹੈਗਾ ਤੁਸੀਂ ਕਿਤੇ ਮੈਂ ਤਾਂ ਇਹ ਗੱਲ ਕਹਿੰਦਾ ਚਾਹੇ ਤੁਸੀਂ ਪ੍ਰੋਟੀਨ ਲਓ ਨਾ ਲਓ ਤੁਹਾਡੀ ਖੁਰਾਕ ਖਰੀ ਆ ਨਾ ਭਰਾ ਖਰੀ ਖੁਰਾਕ ਆ ਤੁਹਾਡੀ ਮਹੀਨੇ ਦੇ ਵਿੱਚ 5 ਕਿਲੋ ਵਜ਼ਨ ਗੇਨ ਮਸਲ ਵਜ਼ਨ ਨਾ ਗੇਨ ਕਰੋ ਮਸਲ ਗੇਨਿੰਗ ਆਰਾਮ ਨਾਲ ਹੋ ਜਾਂਦੀ ਸੱਤ ਦਿਨ ਪ੍ਰੋਪਰ ਖੁਰਾਕ ਖਾਣੀ ਪੈਂਦੀ ਹੈ ਨਾਲ ਆਪਣੇ ਜੇ ਕਿਤੇ ਚੱਲੇ ਆ ਤਾਂ ਨਾਲ ਲੈ ਕੇ ਜਾਓ ਕੈਰੀ ਕਰਨਾ ਪੈਂਦਾ ਫੇਰ ਜਾ ਕੇ ਸਰੀਰ ਤਿਆਰ ਹੁੰਦਾ ਐ ਨਹੀਂ ਕਿ ਆਪਾਂ ਅੱਜ ਖਾ ਲਈ ਖੁਰਾਕ ਤੇ ਕੱਲ ਨੂੰ ਖਾਣ ਦੀ ਲੋੜ ਨਹੀਂ ਇਹ ਹਿਸਾਬ ਨਹੀਂ ਤਾਂ ਡੇਲੀ ਚਲੋ 4 ਮਿੰਟ ਦਾ ਨਜ਼ਾਰਾ ਲਓ ਝੋਲਾ ਲਿਆਓ ਬੇਬੇ ਵਾਲਾ ਭਰ ਕੇ ਜਿਹੜਾ ਫੁੱਲਾਂ ਵਾਲਾ ਅੱਗੇ ਲੈ ਕੇ ਆਉਂਦੇ ਭਰ ਕੇ ਲਿਓ ਦੂਰੋਂ ਜੋ ਸਾਡੀ ਫੀਡਬੈਕ ਆ ਹੁਣ ਉਹ ਬਾਹਰ ਬੈਠੀ ਆ ਕੋਈ ਬਾਈ ਫਰੀਦਕੋਟ ਤੋਂ ਆਇਆ ਹੋਇਆ ਹੈ ਨਾ ਕੋਈ ਕੋਟਕਪੂਰੇ ਤੋਂ ਆਇਆ ਬੈਠਾ ਕੋਈ ਬਾਈ ਫਿਰੋਜ਼ਪੁਰ ਤੋਂ ਆਇਆ ਬੈਠਾ ਕਿਸੇ ਨੂੰ 3-4 ਸਾਲ ਹੋ ਗਏ ਆਪਾਂ ਤੋਂ ਸਮਾਨ ਲੈ 400 ਦੀ ਆਪਾਂ ਆਫਰ ਪਾਈ ਸੀ ਇੰਨੇ ਵਾਹ ਆਫਰ ਤੁਹਾਡੇ ਬੈਠੇ ਬੈਠੇ ਕਿੰਨਿਆਂ ਨੂੰ ਦੇ ਦਿੱਤੀ ਕਾਫੀ ਵੇਚੀਆਂ ਨਾ ਕੋਈ ਕਿਤੋਂ ਆਇਆ ਸੀ ਖੁਸ਼ ਹੋ ਕੇ ਜਾਂਦੇ ਹੈ ਨਾ ਹੁਣ ਜਿਵੇਂ ਨਾ ਹੁਣ ਪ੍ਰੋਟੀਨ ਦਾ ਡੱਬਾ ਹੈ ਨਾ ਕਈਆਂ ਨੂੰ ਖਾ ਕੇ ਮੈਂ ਥੋੜ੍ਹਾ ਸ਼ਬਦ ਵਰਤੂੰਗਾ ਟੱਟੀਆਂ ਲੱਗ ਜਾਂਦੀਆਂ ਨੇ ਪਚਦਾ ਨਹੀਂ ਹੈਗਾ ਠੀਕ ਨਹੀਂ ਤੇ ਉਹਦਾ ਕਿਵੇਂ ਆ ਕਿ ਉਹ ਵਧੀਆ ਸਪਲੀਮੈਂਟ ਆ ਕਿ ਮਾੜਾ ਹੈ ਉਹ ਯਾਰ ਜਿਵੇਂ ਹੁਣ ਉਹਦਾ ਅੱਜ ਦੀ ਪਨੀਰੀ ਆ ਜਿਹੜੀ ਠੀਕ ਆ ਵਿੱਚ ਸਮਾਂ ਮੈਂ ਵੀ ਆਉਂਦਾ ਹੀ ਹਾਂ ਜਿਹੜੇ ਅੱਜ ਦੇ ਬੰਦੇ ਆ ਹੈ ਨਾ ਕਿ ਉਹਨਾਂ 'ਚ ਇੰਨੀ ਉਹ ਰਹੀ ਜਿਮ ਨੂੰ ਇਹ ਆਪਣੀ ਨੂੰ ਨਾ ਵੇਅਰ ਹਾਊਸ ਦੇ ਵਿੱਚ ਤਬਦੀਲ ਕਰਤਾ ਕਿਹੜਾ ਦੇਖੋ ਮਸਲ ਡਾਕਟਰ ਪਿਆ ਯੂਨੀਟੈਕ ਪਿਆ ਹੋਰ ਵੀ ਕਾਫੀ ਬ੍ਰਾਂਡ ਪਏ ਨੇ ਹੈ ਨਾ ਔਨ ਬਹੁਤ ਸਮਾਨ ਆਇਆ ਪਿਆ ਸ਼ਾਇਦ ਖੋਲ੍ਹ ਕੇ ਵੀ ਦਿਖਾ ਦੇ ਹੁਣ ਔਨ 'ਤੇ ਔਫਰ ਪਾਉਣੇ ਨਾ ਮਸਲ ਟੈਕ ਉਹ ਤੁਹਾਨੂੰ ਸਾਰੇ ਸਟੋਰਾਂ ਤੋਂ ਮਿਲੀ ਜਾਣਾ ਕਿਉਂ ਆਪਾਂ ਪਰਸਨਲੀ ਚੀਜ਼ ਤਿਆਰ ਕਰਾਉਂਦੇ ਹੁੰਦੇ ਹਾਂ ਬਾਈ ਜਿਵੇਂ ਇਹਦੇ 1 ਸਕੂਪ ਦੇ ਵਿੱਚ 26 ਗ੍ਰਾਮ ਪ੍ਰੋਟੀਨ ਆ ਤਾਂ ਹੋਊ 100% ਦੇ ਵਿੱਚੋਂ 40-50% ਬੰਦੇ ਤਾਂ ਐਵੇਂ ਦੇ ਨੇ ਬਾਈ ਜਿਹੜੇ ਆਪਾਂ ਲੀਵਰ ਦਾ ਹੀ ਸਮਾਨ ਭੇਜਦੇ ਹਾਂ ਨਾ ਉਹਨਾਂ ਨੂੰ ਅਤੇ ਲੀਵਰ 100% ਠੀਕ ਹੋ ਵੀ ਜਾਂਦਾ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸੀ ਤੁਹਾਡੇ ਨਾਲ ਨਵੀਆਂ ਅਤੇ ਵਧੀਆ ਵੀਡੀਓ ਲੈ ਕੇ ਆਉਂਦੇ ਹਾਂ ਨੌਲੇਜਫੁੱਲ ਵੀਡੀਓ ਲੈ ਕੇ ਆਉਂਦੇ ਹਾਂ ਅੱਜ ਅਸੀਂ ਆਏ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਕਿ ਬੈਨੀਪਾ ਨਿਊਟ੍ਰੀਸ਼ਨ ਬਾਈ ਉਹਨਾਂ ਨੇ ਔਫਰਾਂ ਦੀ ਹਨੇਰੀ ਲਿਆਤੀ ਅੱਜ ਜਿਹੜੇ ਲੋਕਾਂ ਦੇ ਦਿਮਾਗ ਦੇ ਵਿੱਚ ਮਿੱਥ ਨੇ ਪਾਊਡਰ ਦੇ ਪ੍ਰਤੀ ਸਪਲੀਮੈਂਟ ਦੇ ਪ੍ਰਤੀ ਕਿ ਖਾ ਕੇ ਬਿਮਾਰ ਹੋ ਜਾਵਾਂਗੇ ਸਾਡਾ ਲੀਵਰ ਖਰਾਬ ਹੋ ਜਾਊਗਾ ਜਾਂ ਮੈਦਾ ਖਰਾਬ ਹੋ ਜਾਊਗਾ ਉਹ ਸਾਰੀਆਂ ਅੱਜ ਆਪਾਂ ਗੱਲਾਂ ਕਲੀਅਰ ਕਰਨੀਆਂ ਨੇ ਠੀਕ ਆ ਆਓ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਹਿਮੋ ਬਹੁਤ ਵਧੀਆ ਬਾਈ ਹੋਰ ਠੀਕ ਆਉਣ ਲਈ ਵੀਰੇ ਅੱਜ ਅਤੇ ਮੁੰਡਿਆਂ ਨੂੰ ਸੇਧ ਦੇਣ ਲਈ ਹੈ ਨਾ ਵੀ ਕੀ ਸੱਚਾਈ ਆ ਕਿਵੇਂ ਸਪਲੀਮੈਂਟ ਕਿਹੜੇ ਪ੍ਰੋਟੀਨ ਵਰਤਣੇ ਨੇ ਕਿਹੜੀ ਚੀਜ਼ ਦੇ ਨੁਕਸਾਨ ਨੇ ਅੱਜ ਸਾਰਾ ਕੁਝ ਦੱਸਾਂਗੇ ਬਾਈ ਉਹਨਾਂ ਨੂੰ ਹੈ ਨਾ ਸਾਰਿਆਂ ਨਾਲ ਸ਼ੇਅਰ ਕਰਾਂਗੇ ਹੋਰ ਦੱਸੋ ਬਾਈ ਆਪਾਂ ਹੁਣ ਸ਼ੁਰੂ ਕਰਦੇ ਹਾਂ ਬੇਸਿਕ ਜਦੋਂ ਹੈ ਨਾ ਪ੍ਰੋਟੀਨ ਦਾ ਸ਼ੁਰੂ ਕਰਦੇ ਹਾਂ ਜਿਹਨੂੰ ਘਰਾਂ ਦੇ ਵਿੱਚ ਆਮ ਕਿਹਾ ਜਾਂਦਾ ਪਾਊਡਰ ਖਾਂਦਾ ਪਾਊਡਰ ਇਹਦੇ ਨਾਲ ਆਹ ਹੋ ਜੂਗਾ ਜਾਂ ਇੱਕ ਮਿੱਥ ਹੋਰ ਆ ਸਭ ਤੋਂ ਬੜੀ ਜਵਾਕ ਨਹੀਂ ਹੁੰਦਾ ਜੇ ਤੁਸੀਂ ਜਿੰਮ ਲਾਉਂਦੇ ਹੋ ਪਾਊਡਰ ਖਾਓਗੇ ਜਾਂ ਹੋਰ ਗੋਲੀਆਂ ਖਾਓਗੇ ਹਾਲਾਂਕਿ ਜੋ ਵੀ ਹੋਵੇ ਹੈ ਨਾ 90% ਇਹੀ ਹੁੰਦੇ ਨੇ ਬੰਦਿਆਂ ਦੇ ਦਿਮਾਗ ਦੇ ਵਿੱਚ ਘਰ ਦੇ ਡਰੇ ਹੋਏ ਨੇ ਜਿਹੜੀਆਂ ਗੱਲਾਂ ਤੋਂ ਹੈ ਨਾ ਕੁਛ ਗੱਲਾਂ ਇਹ ਹੋ ਜਾਂਦੀਆਂ ਨੇ ਨਾ ਬਾਈ ਜਿਵੇਂ ਹੁਣ ਕੋਈ ਵੀ ਨਵਾਂ ਮੁੰਡਾ ਹੁੰਦਾ ਜਿਹੜਾ ਸੀਨੀਅਰ ਹੁੰਦਾ ਇੱਕ ਪਹਿਲੀ ਪੀੜ੍ਹੀ ਨੇ ਖਾਧਾ ਹੁੰਦਾ ਘਰ ਦੇ ਉਹਨੂੰ ਦੇਖ ਕੇ ਡਰ ਜੇ ਜਾਂਦੇ ਨੇ ਵੀ ਯਾਰ ਇਹਦੇ ਨਾਲ ਐਵੇਂ ਹੋ ਗਿਆ ਇਨਫੈਕਸ਼ਨ ਹੋ ਗਈ ਹੁਣ ਸਾਡੇ ਕੋਲ ਵੀ ਬੰਦੇ ਆ ਜਾਂਦੇ ਨੇ ਉਹਦਾ ਕਾਰਨ ਇਹ ਹੁੰਦਾ ਬਈ ਗੋਲੀਆਂ ਵਾਲਾ ਸਮਾਨ ਵਿੱਚ ਸਟੀਰੋਇਡ ਪਾਤਾ ਗੇਨਿੰਗ ਕਰਨ ਲਈ ਹੈ ਨਾ 400 ਦਾ ਡੱਬਾ ਲਿਆ ਕੇ ਜੜਤਾ ਬੰਦੇ ਨੂੰ ਫਿਰ ਉਹ ਜਦ ਉਹ ਗੰਦ ਜਾਂ ਜ਼ਹਿਰ ਖਾਂਦਾ ਬੰਦਾ ਉਹਦਾ ਸਰੀਰ ਖਰਾਬ ਹੋ ਜਾਂਦਾ ਫਿਰ ਉਹ ਗਵਾਂਢ ਆ ਨਾ ਜਿਹੜੀ ਗਲੀ ਸਾਰੀ ਡਰ ਜਾਂਦੀ ਆ ਵੀ ਯਾਰ ਇਹਨਾਂ ਦੇ ਮੁੰਡੇ ਨੇ ਤਾਂ ਪ੍ਰੋਟੀਨ ਖਾਧਾ ਸੀ ਇਹਦੇ ਨਾਲ ਐਵੇਂ ਹੋ ਗਿਆ ਅਸਲ ਦੇ ਵਿੱਚ ਉਹਨੇ ਪ੍ਰੋਟੀਨ ਖਾਧਾ ਹੀ ਨਹੀਂ ਹੁਣ ਪ੍ਰੋਟੀਨ ਤਾਂ ਐਵੇਂ ਦੀ ਚੀਜ਼ ਆ ਵੀ ਜਿਹੜਾ ਮਤਲਬ ਹਰ ਬੰਦੇ ਨੂੰ ਜ਼ਰੂਰਤ ਆ ਅਸੀਂ ਨਹੀਂ ਕਹਿੰਦੇ ਵੀ ਭਾਈ ਡੱਬਾ ਖਾਓ ਅਸੀਂ ਕਹਿੰਦੇ ਵੀ ਜਿਹੜਾ ਆਮ ਬੰਦਾ ਆਪਣੀ ਖੁਰਾਕ ਦੇ ਵਿੱਚੋਂ ਪ੍ਰੋਟੀਨ ਪੂਰਾ ਕਰੋ ਪ੍ਰੋਟੀਨ ਦਾ ਪ੍ਰੋਟੀਨ ਹੈ ਨਾ ਜਿਹੜਾ ਆਪਾਂ ਫੂਡ ਦੇ ਵਿੱਚੋਂ ਲੈ ਲੈਂਦੇ ਹਾਂ ਜਿਵੇਂ ਹੁਣ ਇੱਕ ਨਿਊਟ੍ਰੀਸ਼ਨ ਰਾਹੀਂ ਤਿਆਰ ਹੋ ਜਾਂਦਾ ਮੰਨ ਲੈ ਇੱਕ ਵੇ ਪ੍ਰੋਟੀਨ ਆ ਉਹ ਵੀ ਤੁਹਾਡੀ ਖੁਰਾਕ ਤੋਂ ਗਾਂ ਦੇ ਦੁੱਧ ਤੋਂ ਹੀ ਤਿਆਰ ਹੁੰਦਾ ਬਸ ਇਹ ਹੁੰਦਾ ਤੁਹਾਡੇ ਹੱਥ ਚੋਇਸ ਆ ਵੀ ਤੁਸੀਂ ਪ੍ਰੋਟੀਨ ਲੈ ਰਹੇ ਹੋ ਕਿ ਤੁਸੀਂ ਉਹਦੀ ਕਾਪੀ ਲੈ ਰਹੇ ਹੋ ਤਾਂ ਕਰਕੇ ਕੋਈ ਰੌਲਾ ਨਹੀਂ ਹੈਗਾ ਅੱਖਾਂ ਬੰਦ ਕਰਕੇ ਕੋਈ ਵੀ ਮਾਂ ਪਿਓ ਸੁਣਦਾ ਅੱਖਾਂ ਬੰਦ ਕਰਕੇ ਚੀਜ਼ ਖਾਣ ਦਿਓ ਅਤੇ ਤੁਹਾਡਾ ਮੁੰਡਾ ਝੋਟੇ ਵਰਗਾ ਹੀ ਹੋਊਗਾ ਟੈਨਸ਼ਨ ਨਾ ਲਓ ਇਸ ਗੱਲ ਦੀ ਅਤੇ ਵੀਰੇ ਹੁਣ ਆਪਾਂ ਦੇਖਦੇ ਹਾਂ ਹੈ ਨਾ ਪ੍ਰੋਟੀਨ ਦਾ ਡੱਬਾ ਆਪਾਂ ਕਹਿੰਦੇ ਪਾਊਡਰ ਆ ਯਾਰ ਕਈ ਕਹਿੰਦੇ ਦੁੱਧ ਤੋਂ ਬਣਦਾ ਕੀ ਇਹਦੀ
ਆਪਣਾ ਪੂਰੀ ਕਿਵੇਂ ਮੈਨੂਫੈਕਚਰਿੰਗ ਕਿਵੇਂ ਹੁੰਦੀ ਆ, ਕੀ ਚੀਜ਼ ਕੀ ਆ ਅਸਲ ਦੇ ਵਿੱਚ? ਮੈਨੂਫੈਕਚਰੀ ਤਾਂ ਬਈ ਇਹਦੀ ਐਵੇਂ ਹੁੰਦੀ ਆ ਵੀ ਐਵੇਂ ਬਣਦਾ ਵੀ ਜਿਵੇਂ ਬਾਹਰੋਂ ਆਉਂਦਾ ਪ੍ਰੋਟੀਨ ਜ਼ਿਆਦਾਤਰ, ਮੈਨੂੰ ਲੱਗਦਾ ਯੂਰਪ ਦੇ ਵਿੱਚੋਂ ਆਉਂਦਾ, ਗਾਂ ਦਾ ਦੁੱਧ ਤੋਂ ਮਤਲਬ ਇਹ ਤਿਆਰ ਹੁੰਦਾ ਯੂਰਪ ਦੇ ਵਿੱਚੋਂ, ਜਿਵੇਂ ਇੱਕ ਫੈਕਟਰੀ ਦੇ ਵਿੱਚ ਆ ਗਿਆ। ਹੁਣ ਮੰਨ ਲਓ ਮੈਂ ਤਾਂ ਬਈ ਦੋ ਤਿੰਨ ਜਗ੍ਹਾ 'ਤੇ ਐਨ ਬਣਦਾ ਦੇਖਿਆ, ਟਿਊਬਲੈਸ ਬਣਦੇ ਦੇਖਿਆ, ਵਿਟਾਮਿਨ ਕਿਵੇਂ ਬਣਦਾ, ਕਦੇ ਹੋ ਸਕਿਆ ਤੁਹਾਨੂੰ ਲੈ ਕੇ ਵੀ ਚੱਲੂੰ। ਇਹ ਸਭ ਤੋਂ ਵਧੀਆ ਹੀ ਮੇਰੇ ਹਿਸਾਬ ਨਾਲ ਰਹੂਗਾ, ਆਪਾਂ ਲੋਕਾਂ ਨੂੰ ਦਿਖਾਵਾਂਗੇ ਬਣਦਾ ਕਿਵੇਂ ਆ। ਉੱਥੇ ਫਿਰ ਪ੍ਰੋਟੀਨ ਆਉਂਦਾ ਦੁੱਧ ਤੋਂ ਬਣਿਆ ਹੋਇਆ, ਫਿਰ ਉੱਥੇ ਜਾ ਕੇ ਮੰਨ ਲਾ ਤੈਨੂੰ ਚੋਕਲੇਟ ਫਲੇਵਰ ਪਸੰਦ ਆ, ਫਿਰ ਉਹਦੇ ਵਿੱਚ ਚੋਕਲੇਟ ਪਾਉਂਦੇ ਨੇ। ਜਿੰਨਾ ਹੁਣ ਮੰਨ ਲਾ ਗੇਨਰ ਬਣਦਾ ਤਾਂ ਉਹਦੇ ਵਿੱਚ ਕਾਰਬ ਪੈਂਦਾ ਵਜ਼ਨ ਗੇਨ ਕਰਨ ਲਈ, ਜਿਵੇਂ ਆਲੂ ਕੇਲਿਆਂ ਤੋਂ ਇਹ ਚੀਜ਼ਾਂ ਤੋਂ ਬਣਦਾ, ਹੈ ਨਾ। ਫਿਰ ਉਹਦੇ ਵਿੱਚ ਫਲੇਵਰ ਪੈ ਜਾਂਦਾ, ਸਲਟ ਪੈ ਜਾਂਦੇ ਨੇ, ਵਿਟਾਮਿਨ ਪੈ ਗਏ, ਟਿਊਬਲੈਸ ਪੈ ਗਏ ਜੀ, ਇੰਨੇ ਗ੍ਰਾਮ ਕਰਟੇਨ ਪੈਣੀਆਂ, ਬਸ ਉਹਨੂੰ ਵੀਰੇ ਮਿਕਸ ਕਰਕੇ ਪੈਕ ਹੋ ਗਿਆ ਜਾਂਦਾ, ਉਹਨੂੰ ਪ੍ਰੋਟੀਨ ਕਹਿ ਦਿੰਦੇ ਆ। ਕਰਟੇਨ ਹੁੰਦੀ ਕੀ ਚੀਜ਼ ਆ? ਕਰਟੇਨ ਤਾਂ ਯਾਰ ਇੱਕ ਤਾਂ ਜਿਵੇਂ ਆਪਾਂ ਕਹਿੰਦੇ ਨੇ ਇੱਕ ਬਾਕਸ ਦਾ ਨਾਮ ਰੱਖਦਾ ਕਿ ਇਹ ਕੰਟੇਨ ਆ, ਆਹ ਕੰਪਨੀ ਦਾ ਕੰਟੇਨ ਆ, ਹੁੰਦਾ ਕਿੱਥੋਂ ਆ, ਬਣਦਾ ਕਿੱਥੋਂ ਆ, ਨਿਕਲਦਾ ਕਿੱਥੋਂ ਆ। ਤੇ ਕਰਟੇਨ ਦਾ ਤਾਂ ਬਾਈ ਯਾਰ ਐਵੇਂ ਹੁੰਦਾ ਵੀ ਕਰਟੇਨ ਤੋਂ ਡਰਦੇ ਬਹੁਤ ਆ, ਕਈ ਕਹਿ ਦਿੰਦੇ ਨੇ ਬਾਈ ਕਰਟੇਨ ਨਾਲ ਪਾਣੀ ਬਹੁਤ ਪੀਣਾ ਪੈਂਦਾ, ਹੈ ਨਾ। ਇਹ ਜ਼ਿਆਦਾਤਰ ਕਈ ਕਹਿ ਦਿੰਦੇ ਨੇ ਬਾਈ ਪੱਥਰੀਆਂ ਬਹੁਤ ਬਣਦੀਆਂ ਨੇ ਇਹਦੇ ਨਾਲ, ਇਹ ਉਹ ਬੰਦੇ ਸਲਾਹਾਂ ਦਿੰਦੇ ਹੁੰਦੇ ਨੇ ਇਹਦੇ ਬਾਰੇ ਬਾਈ, ਜਿਹੜੇ ਬੰਦੇ ਨੇ ਆਪ, ਕਈ ਬੰਦਿਆਂ ਨੇ ਤਾਂ ਨਸ਼ਾ ਨਹੀਂ ਛੱਡਿਆ ਹੁੰਦਾ ਕੋਈ, ਪਰ ਉਹ ਫੂਡ ਸਪਲੀਮੈਂਟ ਤੋਂ ਇੱਕ ਬੰਦੇ ਨੂੰ ਡਰਾ ਦਿੰਦਾ, ਅਤੇ ਆਮ ਬੰਦੇ ਨੂੰ ਤਾਂ ਤਕਰੀਬਨ ਕਰਟੇਨ ਦੀ ਬਾਈ ਲੋੜ ਨਹੀਂ। ਜਿਹਦੇ ਦਿਮਾਗ ਦੇ ਵਿੱਚ ਕੀੜਾ ਯਾਰ ਮੈਂ ਗੇਨਿੰਗ ਕਰਨੀ ਆ, ਮੈਂ ਜਾਂ ਵਜ਼ਨ, ਹੁਣ ਵਜ਼ਨ ਤੋੜਨੇ ਵਾਲੇ ਕਰਟੇਨ ਤੋਂ ਡਰ ਜਾਂਦੇ ਨੇ, ਉਹ ਵੀ ਵਰਤ ਸਕਦੇ ਨੇ। ਇਹ ਤੁਹਾਡੇ ਮਸਲ ਦੇ ਵਿੱਚ ਪਾਣੀ ਸਟੋਰ ਕਰਦੀ ਆ, ਜਿੰਨਾ ਵੀ ਤੁਸੀਂ ਦਿਨ 'ਚ ਪਾਣੀ ਪੀਂਦੇ ਹੋ, ਮਤਲਬ ਹੈਲਪ ਕਰਦੀ ਆ, ਸਟਰੈਂਥ ਵਧਾਉਂਦੀ ਆ, ਸਟੈਮੀਨਾ ਵੀ ਵਧਾਉਂਦੀ ਆ, ਅਤੇ ਸਾਈਜ਼ ਸਭ ਤੋਂ ਸਸਤਾ ਸਪਲੀਮੈਂਟ, ਸਭ ਤੋਂ ਘੈਂਟ ਸਪਲੀਮੈਂਟ, ਜਾਨ ਪਾਉਣੇ ਵਾਲਾ ਸਪਲੀਮੈਂਟ ਆ। ਦੋ ਤਿੰਨ ਤਰ੍ਹਾਂ ਦੀ ਆ ਜਾਂਦੀ, ਮੋਨੋਹਾਈਡਰੇਟ, ਮਾਈਕਰਾ ਆ ਜਾਂਦੀ ਆ, ਮਤਲਬ ਜਿਹੜੀ ਮਰਜ਼ੀ ਯੂਜ਼ ਕਰ ਲਓ, ਸਾਰਿਆਂ ਦੇ ਫਾਇਦੇ ਫਾਇਦੇ ਨੇ। ਸਾਈਜ਼ ਗੇਨ ਕਰਨ ਦੇ ਵਿੱਚ ਜਾਂ ਸਟਰੈਂਥ ਪਾਉਣ ਦੇ ਵਿੱਚ ਫੁੱਲ ਹੈਲਪ ਕਰਦੀ ਹੈ ਇਹ ਆਪਣੇ ਕਰਟੇਨ ਦਾ ਸਪਲੀਮੈਂਟ, ਐਵੇਂ ਦਾ ਬਾਈ ਇਹ। ਠੀਕ ਆ ਬਾਈ, ਅਤੇ ਹੁਣ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ, ਠੀਕ ਆ। ਵੀਡੀਓ ਦੇ ਐਂਡ 'ਚ ਤਕਰੀਬਨ ਮਿਡ ਦੇ ਵਿੱਚ ਆਪਾਂ ਇੱਕ ਸਰਪ੍ਰਾਈਜ਼ ਦਵਾਵਾਂਗੇ ਬਾਈ ਉਹਨਾਂ ਤੋਂ, ਠੀਕ ਆ। ਜਾਣਾ ਨਹੀਂ ਹੈਗਾ ਤੁਸੀਂ ਕਿਤੇ, ਠੀਕ ਆ। ਅਤੇ ਵੀਰੇ ਹੁਣ ਆਪਾਂ ਅੱਗੇ ਹੁੰਦੇ ਹਾਂ, ਹੈ ਨਾ, ਜਿਵੇਂ ਕਹਿ ਲਓ ਕੁਛ ਬੰਦੇ ਮੈਂ ਅਜੇ ਦੇਖੇ ਆ ਸਪਲੀਮੈਂਟ ਵੀ ਪੂਰਾ ਕਰਦੇ ਆ, ਡਾਇਟ ਵੀ ਪੂਰੀ ਕਰਦੇ ਆ, ਪਰ ਰਿਜ਼ਲਟ ਨਹੀਂ ਮਿਲਦਾ। ਯਾਰ ਐਵੇਂ ਤਾਂ ਨਹੀਂ ਹੋ ਸਕਦਾ, ਜਾਂ ਤਾਂ ਫਿਰ ਸਪਲੀਮੈਂਟ ਦੇ ਵਿੱਚ ਦਮ ਨਹੀਂ। ਹੁਣ ਕਈ ਕੰਪਨੀਆਂ ਦੇ ਗੇਨਰ ਐਵੇਂ ਦੇ ਆਉਂਦੇ ਨੇ ਸਾਡੇ ਕੋਲ ਵੀ ਬਾਈ, ਹੁਣ ਹਰ ਬੰਦੇ ਦੀ ਡਿਮਾਂਡ ਪੂਰੀ ਕਰਨੀ ਪੈਂਦੀ ਆ, ਕੋਈ ਕਹਿੰਦਾ ਮੈਨੂੰ ਉਹ ਕੰਪਨੀ ਚਾਹੀਦੀ ਆ। ਹੁਣ ਇੱਕ ਸਕੂਪ ਦੇ ਵਿੱਚ ਕਿਸੇ ਗੇਨਰ ਦੇ ਵਿੱਚ ਵੀਰੇ 10 ਕੁ ਗ੍ਰਾਮ ਪ੍ਰੋਟੀਨ ਹੁੰਦਾ, ਕਿਸੇ 'ਚ 18 ਤੋਂ 20 ਗ੍ਰਾਮ ਹੁੰਦਾ। ਹੁਣ ਜਿਹੜਾ ਉਹ 18 ਤੋਂ 20 ਗ੍ਰਾਮ ਵਾਲਾ, ਉਹਨੇ ਤਾਂ ਆਪਣੀ ਗੇਨਿੰਗ ਵਧੀਆ ਕਰ ਦੇਣੀ ਆ, ਜਾਂ ਪੁਰਾਣਾ ਬੰਦਾ ਉਹਨੇ ਇੱਕ ਡੱਬੇ ਨੇ 4 ਤੋਂ 5 ਕਿਲੋ ਗੇਨ ਕਰ ਦੇਣਾ ਆਰਾਮ ਨਾਲ। ਜੇ ਕੋਈ ਫਰੈਸ਼ ਹੀ ਬੰਦਾ ਜਿਹਨੂੰ ਮਤਲਬ ਜਿਹਨੇ ਖਾਧਾ ਹੀ ਕੁਛ ਨਹੀਂ ਅੱਜ ਤੱਕ, ਉਹਨੂੰ 8 ਤੋਂ 10 ਕਿਲੋ ਦੀ ਗੇਨਿੰਗ ਹੋ ਜਾਂਦੀ ਆ। ਜੇ ਕਿਸੇ ਨੇ ਉਹ ਮਾੜਾ ਪ੍ਰੋਟੀਨ ਲੈ ਲਿਆ, ਜਾਂ ਮਾੜਾ ਨਹੀਂ ਚੰਗਾ ਹੀ ਕਹਾਂਗੇ ਉਹਨੂੰ ਵੀ, ਜਿਵੇਂ ਇੱਕ ਸਕੂਪ ਦੇ ਵਿੱਚ 10 ਗ੍ਰਾਮ ਪ੍ਰੋਟੀਨ ਉਹਨੇ ਉਹ ਲੈ ਲਿਆ, ਉਹਨੂੰ ਘੱਟ ਰਿਜ਼ਲਟ ਮਿਲ ਜਾਣਾ। ਅਤੇ ਬਾਈ ਮੈਂ ਤਾਂ ਇਹ ਗੱਲ ਕਹਿੰਦਾ, ਚਾਹੇ ਤੁਸੀਂ ਪ੍ਰੋਟੀਨ ਲਓ ਨਾ ਲਓ, ਤੁਹਾਡੀ ਖੁਰਾਕ ਖਰੀ ਆ ਨਾ ਭਰਾ, ਖਰੀ ਖੁਰਾਕ ਆ ਤੁਹਾਡੀ। ਮਹੀਨੇ ਦੇ ਵਿੱਚ 5 ਕਿਲੋ ਵਜ਼ਨ ਗੇਨ, ਮਸਲ ਵਜ਼ਨ ਨਾ ਗੇਨ ਕਰੋ, ਮਸਲ ਗੇਨਿੰਗ ਆਰਾਮ ਨਾਲ ਹੋ ਜਾਂਦੀ ਆ। ਜਿਹੜਾ ਹੁਣ ਇੱਕ ਆਮ ਬੰਦਾ ਯਾਰ ਸਵੇਰੇ ਰੋਟੀ ਖਾ ਲਈ ਅਤੇ ਸ਼ਾਮ ਨੂੰ ਰੋਟੀ ਖਾ ਲਈ, ਜੂਸ ਦਾ ਗਲਾਸ ਤਾਂ ਉਹਨੇ ਕਦੇ ਪੀਤਾ ਹੀ ਨਹੀਂ, ਅੱਜ ਦੀ ਸੱਚਾਈ ਆ। ਮੈਂ ਨਹੀਂ, ਸਾਰਿਆਂ ਨੂੰ ਨਹੀਂ ਕਹਿੰਦਾ, 100 ਚੋਂ 5 ਬੰਦਿਆਂ ਦੀ ਚੰਗੀ ਖੁਰਾਕ ਹੋਊਗੀ, ਪਰ 95 ਬੰਦੇ ਨਾ ਤਾਂ ਵੀਰੇ ਜੂਸ ਪੀਂਦੇ ਨੇ, ਨਾ ਉਹਨੇ ਐਪਲ ਖਾਣਾ, ਠੀਕ ਆ, ਨਾ ਵੀਰੇ ਉਹਨੇ ਕੇਲਾ ਖਾਣਾ, ਨਾ ਉਹਨੇ ਦਲੀਆ ਖਾਣਾ, ਨਾ ਉਹਨੇ ਪਨੀਰ ਖਾਣਾ, ਨਾ ਉਹਨੇ ਰੋਟੀ ਦੇ ਨਾਲ ਸਲਾਦ ਖਾਣਾ, ਨਾ ਉਹਨੇ ਸ਼ੇਕ ਪੀਣਾ, ਠੀਕ ਆ ਬਾਈ। ਟਮਾਟਰਾਂ ਤੋਂ ਐਲਰਜੀ ਹੋ ਗਈ ਅੱਜ ਦੇ ਜਵਾਕਾਂ ਨੂੰ, ਉਹ ਕਹਿੰਦੇ ਭਾਈ ਵਿੱਚ ਆ ਦੂਜਾ ਕੀ ਹੁੰਦਾ, ਅਦਰਕ ਨਾ ਪਾਈ, ਲਸਣ ਨਾ ਪਾਈ, ਬੇਬੇ ਮੈਨੂੰ ਇਹ ਵਧੀਆ ਨਹੀਂ ਲੱਗਦਾ। ਹੁਣ ਤੂੰ ਦੱਸ, ਹੈਂ, ਜੇ ਖਾਣ ਲੱਗ ਜਾ ਨਾ ਤਾਂ ਮੁੜ ਕੇ ਇੱਕ ਦਿਨ ਖਾਣਾ, ਚਾਰ ਦਿਨ ਖਾਣਾ ਨਹੀਂ। ਉਹਨਾਂ ਨੂੰ ਐਂ ਹੁੰਦਾ ਵੀ ਹਫ਼ਤੇ ਦੇ ਵਿੱਚ ਵੀ 3 ਕੁ ਦਿਨ ਖਾ ਕੇ ਬੋਡੀ ਬਣਦੀ, ਖਾ ਕੇ ਸਰੀਰ ਬਣ ਜਾਣਾ, ਪਰ ਉਹ ਵਾਲਾ ਕੰਮ ਨਹੀਂ ਹੁੰਦਾ। ਡੇਲੀ 7 ਦੇ 7 ਦਿਨ ਪ੍ਰੋਪਰ ਖੁਰਾਕ ਖਾਣੀ ਪੈਂਦੀ ਹੈ, ਨਾਲ ਆਪਣੇ ਜੇ ਕਿਤੇ ਚੱਲੇ ਆ ਤਾਂ ਨਾਲ ਲੈ ਕੇ ਜਾਓ, ਕਰਨਾ ਪੈਂਦਾ, ਫਿਰ ਜਾ ਕੇ ਸਰੀਰ ਤਿਆਰ ਹੁੰਦਾ। ਐ ਨਹੀਂ ਕਿ ਆਪਾਂ ਅੱਜ ਖਾ ਲਈ ਖੁਰਾਕ ਤੇ ਕੱਲ ਨੂੰ ਖਾਣ ਦੀ ਲੋੜ ਨਹੀਂ, ਇਹ ਹਿਸਾਬ ਨਹੀਂ ਹੁੰਦਾ। ਡੇਲੀ ਟਾਈਮ ਟੂ ਟਾਈਮ 4 ਤੋਂ 5 ਕਿਲੋ ਦੀ ਗੇਨਿੰਗ ਬੰਦੇ ਦੀ ਖੁਰਾਕ ਨਾਲ ਹੋ ਜਾਂਦੀ ਹੈ। ਜਿਹੜੇ ਜਿਮ ਨਹੀਂ ਲਾਉਂਦੇ ਵਜ਼ਨ ਗੇਨ ਕਰਨਾ ਚਾਹੁੰਦੇ ਹੋ ਤਾਂ ਲੈ ਲਓ, ਜੇ ਥੋਤੋਂ ਖੁਰਾਕ ਨਹੀਂ ਪੂਰੀ ਹੁੰਦੀ, ਮੰਨ ਲਓ ਥੋਤੋਂ ਫਰੂਟ ਨਹੀਂ ਖਾਧਾ ਜਾਂਦਾ, ਫਿਰ ਆਪਾਂ ਨੂੰ ਇਹ ਚੀਜ਼ਾਂ ਬਈ ਸਪਲੀਮੈਂਟ 'ਚੋਂ ਮਿਲਦੀਆਂ ਨੇ, ਜਿਵੇਂ ਮਲਟੀ ਵਿਟਾਮਿਨ ਹੋ ਗਏ। ਹੁਣ ਮਲਟੀ ਵਿਟਾਮਿਨ ਤਾਂ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਚਾਹੀਦਾ, ਨਿਗਾਹ ਨੂੰ, ਮੈਂ ਕਹਿੰਦਾ ਖੂਨ ਬਣਨ ਨੂੰ, ਹੈ ਨਾ, ਅਤੇ ਸਕਿਨ ਲਈ, ਹਰ ਚੀਜ਼ ਲਈ ਯਾਰ ਮਲਟੀ ਵਿਟਾਮਿਨ ਦੀ ਲੋੜ ਆ। ਉਹ ਚੀਜ਼ ਆਪਾਂ ਐਡ ਕਰ ਦਿੰਦੇ ਹਾਂ, ਗੇਨਰ ਐਡ ਕਰਦੇ ਨੇ, ਕਹਿੰਦੇ ਵਜ਼ਨ ਗੇਨ ਕਰਨਾ, ਬਸ ਫਿਰ ਬਾਕੀ ਆਪਣੀ ਆਪਣੀ ਚੋਇਸ ਆ, ਤੁਸੀਂ ਕਿੱਥੋਂ ਖਰੀਦਦੇ ਹੋ ਉਹਦਾ ਰਿਜ਼ਲਟ ਆ। ਜੋ ਸਾਡੇ ਰਿਜ਼ਲਟ ਨੇ, ਜੋ ਸਾਡੀ ਫੀਡਬੈਕ ਆ, ਹੁਣ ਉਹ ਬਾਹਰ ਬੈਠੀ ਆ, ਕੋਈ ਬਾਈ ਫਰੀਦਕੋਟ ਤੋਂ ਆਇਆ ਹੋਇਆ, ਹੈ ਨਾ, ਕੋਈ ਕੋਟਕਪੂਰੇ ਤੋਂ ਆਇਆ ਬੈਠਾ,
ਕੋਈ ਬਾਈ ਫਿਰੋਜ਼ਪੁਰ ਤੋਂ ਆਇਆ ਬੈਠਾ, ਕਿਸੇ ਨੂੰ 3-4 ਸਾਲ ਹੋ ਗਏ ਆਪਾਂ ਤੋਂ ਸਮਾਨ ਲੈਂਦਿਆਂ ਨੂੰ, ਕਿਸੇ ਨੂੰ ਕਿੰਨੇ ਸਾਲ ਹੋ ਗਏ ਜੇ ਆਪਾਂ ਚੰਗੀ ਚੀਜ਼ ਸੇਲ ਕਰਦੇ ਹਾਂ, ਹੈ ਨਾ। ਹੁਣ ਸਭ ਇੱਕ ਛੋਟਾ ਜਿਹਾ ਮੈਂ ਕਹਿੰਦਾ ਵੀਰੇ ਕੁਐਸਚਨ ਰੱਖ ਵੀ ਸਸਤਾ ਕਿਉਂ ਆ, ਹੈ ਨਾ। ਵੀ ਜਿਵੇਂ ਬੰਦੇ ਕਹਿੰਦੇ ਨੇ ਬਾਈ ਯਾਰ ਇੱਕ ਹੁਣ 4500 ਦੀ ਆਪਾਂ ਔਫਰ ਪਾਈ ਸੀ, ਇੰਨੇ ਵਾਹ ਔਫਰ ਤੁਹਾਡੇ ਬੈਠੇ ਬੈਠੇ ਕਿੰਨਿਆਂ ਨੂੰ ਦੇ ਦਿਓ, ਕਾਫੀ ਵੇਚੀਆਂ ਨਾ, ਕੋਈ ਕਿਤੋਂ ਆਇਆ ਸੀ ਖੁਸ਼ ਹੋ ਕੇ ਜਾਂਦੇ ਸੀ। ਹੁਣ ਸਸਤੇ ਦੇ ਵਿੱਚ ਹੁਣ ਮੈਂ ਨਾ ਇੱਕ ਕਮੈਂਟ ਪੜ੍ਹਿਆ ਸੀ, ਇੱਕ ਵੀਡੀਓ ਹੋਈ ਸੀ ਜਿਹੜੀ, ਉਹ ਥੱਲੇ ਕਹਿੰਦਾ ਬਾਈ ਚੀਨੀ ਵੇਚੀ ਜਾਂਦਾ। ਭਰਾਵਾ ਜੇ ਤੈਨੂੰ ਲੁੱਟ ਲਈਏ ਤਾਂ ਫਿਰ ਅਸੀਂ ਸ਼ੇਰ ਹਾਂ, ਜੇ ਅਸੀਂ ਸਸਤਾ ਦਿੰਦੇ ਹਾਂ ਤੜ ਨਾਲ ਦਿੰਦੇ ਹਾਂ ਫ੍ਰੀ ਦਿੰਦੇ ਹਾਂ ਤਾਂ ਚੀਨੀ ਦਿੰਦੇ ਹਾਂ। ਹੁਣ ਆਪਾਂ ਇੰਪੋਰਟਡ ਦਾ ਵੀ ਤੈਨੂੰ ਅੱਜ ਰੇਟ ਦੇ ਤਾ ਵੀ ਬਾਈ ਜੀ ਐਨ ਸੀ ਐਨ ਟੋਪ ਦਾ ਬ੍ਰਾਂਡ ਆ, ਬਹੁਤ ਸੋਹਣਾ ਉਹਦਾ ਰੇਟ ਲੈ ਕੇ ਆ ਰਹੇ ਹਾਂ, ਆਉਣ ਦਾ ਰੇਟ ਬਹੁਤ ਸੋਹਣਾ ਹੋਊਗਾ। ਬਾਈ ਤੁਹਾਨੂੰ ਹਰ ਕੰਪਨੀ ਇੱਥੋਂ ਖਰੀ ਮਿਲਣੀ ਆ, ਕੋਈ ਜੇ ਫ੍ਰੀ ਦਿੰਦੇ ਆ ਤਾਂ ਚੀਨੀ ਨਹੀਂ ਹੁੰਦੀ। ਜੇ ਤੁਸੀਂ 1000 ਲੈ ਕੇ ਆ ਜਾਓ, 2000 ਲੈ ਕੇ ਆ ਜਾਓ, 5000 ਲੈ ਕੇ ਆ ਜਾਓ, ਆਪਾਂ ਲੁੱਟਣੇ ਵਾਲਾ ਕਦੇ ਰੱਖਿਆ ਨਹੀਂ। ਦੋ ਤਿੰਨ ਹੋ ਕੇ ਜਾਓਗੇ ਤੇ ਝੋਲਾ ਭਰ ਕੇ ਹੀ ਲੈ ਕੇ ਜਾਣਾ ਸਮਾਨ ਦਾ, ਜੇ ਸਾਡੇ ਕੋਲ ਆ ਕੇ ਇੱਕ ਵਾਰ ਤਾਂ ਝੋਲੇ ਭਰ ਕੇ ਹੀ ਲੈ ਕੇ ਜਾਊਂਗਾ ਤੇ ਖੁਸ਼ ਹੋ ਕੇ ਜਾਊ ਹਰ ਬੰਦਾ ਇੱਥੋਂ। ਬਿਲਕੁਲ, ਤੇ ਗਿਫਟ ਤੇ ਗਿਫਟ ਮਿਲਣਗੇ ਨਾਲ। ਇਹ ਤਾਂ ਯਾਰ ਬਾਈ ਦੇਖ ਆਪਣਾ ਕੰਮ ਕਰਨ ਦਾ ਤਰੀਕਾ, ਹੁਣ ਤਾਂ ਜਦੋਂ ਆਏ ਤਾਂ ਕਹਿੰਦੇ ਬਾਈ ਸਟੀਲ ਰੋਡ ਤਾਂ ਨਹੀਂ ਵੇਚਦੇ, ਤੂੰ ਹੈਰਾਨ ਹੋ ਗਿਆ ਸੀ ਹੈ ਨਾ ਬਾਈ ਵੀ ਡੈਨਾ ਡੂਨਾ ਮੋਲ ਤਾਂ ਨਹੀਂ ਵੇਚਦੇ। ਮੈਨੂੰ ਲੱਗਦਾ ਪਹਿਲੀ ਵਾਰੀ ਬਾਈ ਨੂੰ ਟੱਕਰਿਆ ਕੋਈ ਬੰਦਾ ਜਿਹੜਾ ਡੈਨਾਮੋਲ ਸਟੀਲ ਰੋਡ ਨਹੀਂ ਵੇਚਦਾ। ਇਹ ਵੇਚਣਾ ਕੀ ਆ ਬਾਈ, ਜਿਹੜਾ ਹੁਣ ਇੱਕ ਆਮ ਮੁੰਡਾ ਹੁੰਦਾ ਉਹਦਾ ਟਾਰਗੇਟ ਹੁੰਦਾ ਇੱਕ ਨਵਾਂ ਨਵਾਂ ਸ਼ੁਰੂ ਉੱਠਦਾ ਪਿੰਡੋਂ, ਉਹਨੇ ਕਹਿਣਾ ਯਾਰ ਮੈਂ 8-10 ਕਿਲੋ ਗੇਨ ਕਰਨਾ। ਜਦ ਯਾਰ ਉਹ ਮੁੰਡੇ ਨੇ 8-10 ਕਿਲੋ ਗੇਨ ਕਰਨਾ, ਉਹਦਾ ਪੋੜਾ ਪਾੜਨਾ ਹੀ ਕਾਹਤੋਂ ਆ ਬਾਈ। ਉਹ ਵਿਚਾਰੇ ਨੇ 8-10 ਕਿਲੋ ਗੇਨ ਕਰਨਾ, ਉਹਨੂੰ ਗਲਤ ਸਮਾਨ ਦੇ ਕੇ ਅੰਦਰੋਂ ਖੱਸੀ ਕਰ ਦਿਉ, ਉਹਦਾ ਕੀ ਫਾਇਦਾ। ਹੁਣ ਉਹਨੇ 8 ਕਿਲੋ ਗੇਨ ਕਰਨਾ, ਉਹਨੂੰ ਦੇਖ ਬਾਈ ਤੂੰ ਹਰੇਕ ਬੰਦੇ ਨੂੰ ਦੇਖਿਆ ਆਪਾਂ ਡਾਈਟ ਦੱਸੀ ਕਿ ਨਹੀਂ ਦੱਸੀ। ਮੈਂ ਤਾਂ ਅੱਜ ਹੋਰ ਸਭ ਤੋਂ ਵਧੀਆ ਨਿਸ਼ਾਨਾ ਰੱਖ ਲਿਆ, ਡਾਈਟ ਬਣਾ ਕੇ ਫੋਟੋਆਂ ਕੱਢ ਲਈਆਂ ਉਹਦੀਆਂ, ਫੋਟੋ ਸਟੇਟ ਕੱਢ ਲਈਆਂ ਵੀ ਹਰ ਬੰਦੇ ਨੂੰ ਇੱਕ ਪੇਪਰ ਚੁਕਾ ਦਿਉ ਨਾਲ, ਨਾਲੇ ਅਗਲੇ ਨੂੰ ਇਹ ਕਹੀਦਾ ਬਾਈ 7-5 ਦਿਨ ਖਾਏਗਾ ਜੀ ਤੂੰ ਜ਼ਿੰਮੇਵਾਰ ਆ, 7 ਦੇ 7 ਦਿਨ ਖੁਰਾਕ ਜ਼ਰੂਰੀ ਆ, ਕਿਉਂਕਿ ਸਰੀਰ ਤਾਂ ਤੇਰਾ ਹੀ ਆ ਬਾਈ। ਜਾਂ ਤਾਂ ਰੋਜ਼ ਨਹਾਉਣਾ ਜ਼ਰੂਰੀ ਆ, ਜਾਂ ਤੈਨੂੰ ਦੁੱਧ ਪੀਣਾ ਜ਼ਰੂਰੀ ਆ, ਜਾਂ ਤੂੰ ਪਾਣੀ ਰੋਜ਼ ਪੀਣਾ, ਇੱਕ ਟਾਈਮ ਰੋਟੀ ਖਾ ਕੇ ਤੁਰਦਾ ਤਾਂ ਐਵੇਂ ਸਰੀਰ ਦੀ ਹਰ ਅੱਖਾਂ ਨੂੰ ਕਿਡਨੀਆਂ ਨੂੰ ਲੀਵਰ ਨੂੰ ਲੱਤਾਂ ਨੂੰ ਬਾਹਾਂ ਨੂੰ ਰੋਜ਼ ਖੁਰਾਕ ਚਾਹੀਦੀ ਆ, ਠੀਕ ਆ ਨਾ ਬਾਈ। ਇਸ ਗੱਲ ਕਰਕੇ ਰਿਜ਼ਲਟ ਵੀ ਬੰਬ ਨੇ ਆਪਣੇ ਅਤੇ ਕੁਆਲਿਟੀ ਵੀ ਬੰਬ ਆ, ਜਿਹੜਾ ਸਸਤੇ ਵਾਲਾ ਉਹ ਆਪਣੇ 'ਚ ਵੀਰੇ ਦਮ ਆ, ਆਪਾਂ ਕੁਆਂਟਿਟੀ ਚੱਕੀ ਦੀ ਉਹ ਵੀ ਦਿਖਾ ਦਾਂਗੇ ਅੱਗੇ ਜਾ ਕੇ, ਤਾਂ ਕਰਕੇ ਆਪਣੇ ਰੇਟ ਸਸਤੇ ਨੇ। ਆਪਾਂ ਚੀਨੀ ਨਹੀਂ ਵੇਚਦੇ, ਤੁਸੀਂ ਚੀਜ਼ ਵਰਤੋ, ਅੱਧਾ ਖਾਓ ਪੀਓ, ਅਸੀਂ ਉਰੇ ਬੈਠੇ ਹਾਂ, ਠੀਕ ਆ ਨਾ ਵੀਰੇ। ਅਤੇ ਵੀਰੇ ਜਿਵੇਂ ਹੈ ਨਾ ਮਲਟੀ ਵਿਟਾਮਿਨ ਥੋਤੋਂ ਵੀ ਮਿਲਦੇ ਆ, ਮੈਡੀਕਲ ਸਟੋਰ ਤੋਂ ਵੀ ਮਿਲਦਾ, ਹਾਂ ਵੀਰੇ ਠੀਕ ਆ, ਐਲਕਾਰਨਾਟਿਨ ਥੋਤੋਂ ਵੀ ਮਿਲਦਾ, ਮੈਡੀਕਲ ਸਟੋਰ ਤੋਂ ਵੀ ਮਿਲਦਾ, ਤਕਰੀਬਨ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਲਗਭਗ, ਹੈ ਨਾ। ਜੇ ਆਪਾਂ ਪ੍ਰੋਟੀਨ ਛੱਡ ਕੇ ਮੈਂ, ਹੈ ਨਾ, ਹਾਂ ਵਿਟਾਮਿਨ ਵਿਟੂਮਿਨ ਬਿਲਕੁਲ, ਅਤੇ ਏ ਟੂ ਜੈਡ ਦਾ ਮਿਲਦਾ, ਹੈ ਨਾ। ਅਤੇ ਤੁਹਾਡੇ ਦੇ ਉਹਦੇ 'ਚ ਕੀ ਡਿਫਰੈਂਸ ਆ ਯਾਰ? ਵੀਰੇ ਦੇਖ, ਇੱਕ ਹੁੰਦੀ ਆ ਮਰੂਤੀ ਗੱਡੀ, ਠੀਕ ਹੈ ਨਾ, ਇੱਕ ਹੁੰਦੀ ਆ ਅੰਡੈਵਰ ਗੱਡੀ। ਇੱਕ ਮਰੂਤੀ ਲੈ ਲਈ, ਕੰਡੈਵਰ ਲੈ ਲਈ, ਇਹ ਫਰਕ ਆ। ਹੁਣ ਉਹ ਵਿਟਾਮਿਨ ਇੱਕ ਨੋਰਮਲ ਜੇ ਬੰਦੇ ਲਈ ਠੀਕ ਨੇ। ਹੁਣ ਇੱਕ ਬੰਦਾ ਕਹਿੰਦਾ ਯਾਰ 8 ਕਿਲੋ ਦੀ ਗੇਨਿੰਗ ਕਰਨੀ ਆ, 16 ਦਾ ਡੌਲਾ ਕਰਨਾ ਅਤੇ ਮਸਲ ਹੈਵੀ ਨੇ, ਅਤੇ ਫਿਰ ਮੈਨੂੰ ਲੱਗਦਾ ਉਹ 5-6 ਖਾ ਲਓ, 1-2 ਬਹੁਤ ਹੁੰਦੇ ਨੇ। ਅੱਛਾ ਸਭ ਤੋਂ ਬੜੀ ਗੱਲ ਆ ਬਾਈ, ਆਪਾਂ ਨਾ 500 ਦੇ ਮਲਟੀ ਵਿਟਾਮਿਨ ਦੇ ਦਿੰਦੇ ਹਾਂ ਜਾਂ ਗਿਫਟ ਦੇ ਦਿੰਦੇ ਹਾਂ, ਹੁਣ ਬੰਦੇ ਇਹਨੂੰ ਗਲਤ ਦੱਸੀ ਜਾਂਦੇ ਨੇ, ਕਹਿੰਦਾ ਇੰਨੇ ਸਸਤੇ ਵਿਟਾਮਿਨ ਨਹੀਂ ਆ ਸਕਦੇ, ਫਿਰ 35 ਰੁਪਏ ਵਾਲੇ ਕੀ ਨੇ, ਹੈ ਨਾ। ਆਪਾਂ ਤਾਂ 500 ਦੇ ਦਿੰਦੇ ਹਾਂ, 35 ਰੁਪਏ ਦੀ ਵੀ ਵਿਟਾਮਿਨ। ਹੁਣ ਬੋਡੀ ਬਿਲਡਰ ਨੇ ਯਾਰ ਬਹੁਤ ਚੰਗੇ ਚੰਗੇ ਜਿਹੜੇ 35-40 ਰੁਪਏ ਵਾਲੀ ਵਿਟਾਮਿਨ ਖਾਂਦੇ ਨੇ, ਅਤੇ 400-500 ਵਾਲੇ ਫਿਰ ਮਾੜੇ ਹੋਣਗੇ। ਬੰਦਿਆਂ ਨੂੰ ਐਂ ਆ ਯਾਰ ਵੀ 1200 ਦਾ ਹੀ ਵਿਟਾਮਿਨ ਚੰਦ 'ਤੇ ਚੜ੍ਹ ਸਕਦਾ ਬੰਦੇ ਨੂੰ, ਐਵੇਂ ਦਾ ਕੁਛ ਨਹੀਂ ਹੁੰਦਾ, ਇਹ ਅੰਤਰ ਆ। ਹੁਣ ਜਿਹੜਾ ਉੱਥੋਂ ਐਲ ਕਾਰਨੀਟਾਈਨ ਮਿਲਦਾ ਉਹੀ ਆ ਨਾ ਵੀਰੇ, ਦੋਨਾਂ ਦੇ ਵਿੱਚ ਬਰੂਦ ਕਿੰਨਾ ਗਾ, ਕਿੰਨੀ ਕੁ ਤੜ ਆ ਸਮਾਨ ਦੇ ਵਿੱਚ, ਤੜ ਦੇ ਹਿਸਾਬ ਨਾਲ ਉਹਦੇ ਵਿੱਚ ਕੁਆਲਿਟੀ ਦੇ ਹਿਸਾਬ ਨਾਲ ਉਹਦਾ ਰੇਟ ਬਣ ਜਾਂਦਾ ਬਾਈ। 70 ਰੁਪਏ ਦੀ ਵੀ ਡੱਬੀ ਤਿਆਰ ਹੋ ਜਾਂਦੀ ਆ ਬਾਈ, ਹਰ ਚੀਜ਼ ਤਿਆਰ ਹੋ ਜਾਂਦੀ ਆ। ਹੁਣ ਸਭ ਤੋਂ ਬੜੀ ਗੱਲ, ਆਪਾਂ ਜਿਹੜਾ ਵਿਟਾਮਿਨ ਦੇਵਾਂਗੇ, ਮੈਂ ਇਹ ਥੋੜ੍ਹੀ ਚਾਹੂੰਗਾ ਜਿਵੇਂ ਹੁਣ ਆ ਬਾਈ ਨੂੰ ਮੈਂ ਦੇ ਤਾ ਵਿਟਾਮਿਨ, ਜਿਵੇਂ ਹੁਣ ਆ ਬਾਈ ਨੂੰ ਇਹ ਦਿਖਾ ਯਾਰ ਵੀਰੇ, ਆ ਵੀਰ ਦੀ ਜਿਵੇਂ ਹੁਣ ਗੇਨਿੰਗ ਕਰੀ ਆ, ਮੈਨੂੰ ਲੱਗਦਾ 1.5 ਇੰਚ ਇਹ ਡੇਢ ਮਹੀਨੇ 'ਚ ਗੇਨ ਕਰ ਗਿਆ ਸੀ। ਜਿਹੜਾ ਬਾਈ ਨੂੰ ਮੈਂ ਸਪਲੀਮੈਂਟ ਦਿੱਤਾ ਸੀ ਉਹਨੇ 25 ਦਿਨ ਖਾਧਾ ਸੀ, ਕੁਆਂਟਿਟੀ ਵੀ 4 ਸੀ, ਜਿਹੜੀ ਚੀਜ਼ ਦੀਆਂ 2 ਹੀ ਖਾਧੀਆਂ ਨੇ, ਹੈ ਨਾ। ਅਤੇ ਬਾਈ ਦੇ ਦੇਖ ਵੀਰੇ, ਮੈਂ ਗੇਨਰ ਵੀ ਦਿੱਤਾ ਸੀ 2 ਸਕੂਪ 2 ਬੇਹ ਦੇ ਵੀ ਲੈਂਦਾ ਸੀ, ਅਤੇ ਨਾੜਾਂ ਐਂ ਖੜੀਆਂ ਨੇ, ਅਤੇ 1.5 ਮਹੀਨਾ ਛੱਡੇ ਨੂੰ ਹੋ ਗਿਆ ਜਿਮ, 1.5 ਇੰਚ ਗੇਨ ਹੋਇਆ ਤਾਂ ਐਵੇਂ ਹੀ ਖੜਾ। ਹੁਣ ਇਹ ਬਾਈ ਦੀ ਡਾਈਟ ਕੀ ਆ, ਇਹਨੇ ਵੀਰ ਨੇ 4-5 ਆਂਡੇ ਖਾਣੇ ਨੇ ਦਿਨ ਦੇ ਵਿੱਚ, ਅਤੇ 6 ਕਹਿੰਦੇ ਉਰੇ ਪੀ ਕੇ ਆਉਣਾ, 2 ਟਾਈਮ ਇਹਦੀ ਰੋਟੀ ਦੇ ਨਾਲ ਦਹੀਂ ਲੱਸੀ ਦੱਬ ਕੇ, 1 ਟਾਈਮ ਬਾਈ ਨੇ ਦਲੀਆ ਖਾਣਾ। ਮਤਲਬ ਇੰਨੀ ਕੁ ਨੋਰਮਲ ਡਾਈਟ ਰੱਖੋ, ਪੇਸ਼ੈਂਸ ਰੱਖੋ, ਅਤੇ ਰਿਜ਼ਲਟ ਪਏ ਨੇ ਯਾਰ। ਇਹਦੀ ਬਾਈ ਦੀ ਮੈਂ ਪੁਰਾਣੀ ਫੋਟੋ ਪਾਈ ਹੋਈ ਆ, ਅਤੇ ਅੱਜ ਦੇਖ ਵੀਰੇ ਦੇਖ ਕਿੰਨਾ ਸੋਹਣਾ, ਇਹੋ ਜਿਹਾ ਹੀ ਭਾਲਦਾ ਬੰਦਾ ਸਰੀਰ, ਵੀ ਢਿੱਡ ਅੰਦਰ ਹੋਵੇ, ਡੌਲੇ 'ਤੇ ਨਾੜ ਹੋਵੇ, ਅਤੇ ਡੌਲਾ ਸੋਹਣਾ ਹੋਵੇ, ਬਸ ਮਤਲਬ ਘੱਟ ਰੇਟ ਦੇ ਵਿੱਚ ਵੀ ਵਧੀਆ ਚੀਜ਼ ਮਿਲੂ, ਅਤੇ ਵਧੀਆ ਗੇਨਿੰਗ ਹੋਊਗੀ, ਉਹ ਹੋਊਗੀ, ਠੀਕ ਆ ਨਾ ਵੀਰੇ ਇਹ ਚੀਜ਼ ਹੋਈ। ਵੀਰੇ ਜਿਵੇਂ ਨਾ ਹੁਣ ਪ੍ਰੋਟੀਨ ਦਾ ਡੱਬਾ, ਹੈ ਨਾ, ਕਈਆਂ ਨੂੰ ਖਾ ਕੇ, ਮੈਂ ਥੋੜ੍ਹਾ ਸ਼ਬਦ ਵਰਤੂੰਗਾ, ਟੱਟੀਆਂ ਲੱਗ ਜਾਂਦੀਆਂ ਨੇ, ਪਚ
ਠੀਕ ਨਹੀਂ ਅਤੇ ਉਹਦਾ ਕਿਵੇਂ ਆ ਕਿ ਉਹ ਵਧੀਆ ਸਪਲੀਮੈਂਟ ਆ ਕਿ ਮਾੜਾ ਹੈ ਉਹ ਯਾਰ ਜਿਵੇਂ ਹੁਣ ਉਹਨਾਂ ਦਾ ਅੱਜ ਦੀ ਪਨੀਰੀ ਆ ਜਿਹੜੀ ਠੀਕ ਆ ਵਿੱਚ ਸਮਾਂ ਮੈਂ ਵੀ ਆਉਂਦਾ ਹੀ ਹਾਂ ਜਿਹੜੇ ਅੱਜ ਦੇ ਬੰਦੇ ਆ ਹੈ ਨਾ ਕਿ ਉਹਨਾਂ 'ਚ ਇੰਨੀ ਉਹ ਰਹੀ ਨਹੀਂ ਹੈਗੀ ਬਿਲਕੁਲ ਯਾਰ ਬਾਈ ਗੱਲ ਤਾਂ ਮੈਂ ਉਹੀ ਕਰਦਾ ਨਾ ਵੀਰੇ ਦੋ ਰੋਟੀਆਂ ਸਵੇਰੇ ਖਾ ਲਈਆਂ ਸ਼ਾਮ ਨੂੰ ਕੁਲਚਾ ਖਾ ਕੇ ਘਰੇ ਵੜ ਜਾਂਦੇ ਹਾਂ ਯਾਰ ਪਜੂ ਕਿਵੇਂ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਬਾਈ 15 ਬਦਾਮ ਖਵਾ ਦਿੰਦੇ ਆ ਬੰਦੇ ਦੇ ਫਿਣਸੀਆਂ ਨਿਕਲਣ ਲੱਗ ਜਾਂਦੀਆਂ ਨੇ ਗਰਮੀ ਪੈ ਜਾਂਦੀ ਆ ਅਤੇ ਹੁਣ ਮੈਂ ਇਹੀ ਗੱਲ ਸਮਝਾਉਂਦਾ ਬਾਈ ਸ਼ਰਮ ਦੀ ਉਹ ਗੱਲ ਆ ਵੀ ਆਪਾਂ 5-6 ਉਹ ਪ੍ਰੋਟੀਨ ਛੱਡ ਵੀਰੇ 5-6 ਅੰਡੇ ਨਹੀਂ ਪਚਦੇ ਮੁੰਡਿਆਂ ਦੇ ਪ੍ਰੋਟੀਨ ਡਾਈਟ ਬੋਡੀ ਅਸੈਪਟ ਹੀ ਨਹੀਂ ਕਰਦੀ ਬਾਈ ਕਿਉਂ ਨਹੀਂ ਅਸੈਪਟ ਕਰਦੀ ਮੈਂ ਇਹੀ ਗੱਲ ਕਹੂੰਗਾ ਜੇ ਤੁਸੀਂ ਪ੍ਰੋਟੀਨ ਨਹੀਂ ਲੈਣਾ ਖੁਰਾਕ 'ਤੇ ਫੋਕਸ ਕਰ ਦਿਉ ਸ਼ੇਕ ਸ਼ੂਕ ਦੱਸ ਦਿੰਦੇ ਆਪਾਂ ਤੁਹਾਡੀ ਇੰਟਰਵਿਊ ਦੇ ਵਿੱਚ ਪੀਣਾ ਸਟਾਰਟ ਕਰੋ ਹੁਣ ਕਈ ਕਮੈਂਟ ਕਰਨਗੇ ਉਹ ਸਪਲੀਮੈਂਟ ਖਾਣੇ ਨਹੀਂ ਚਾਹੀਦੇ ਠੀਕ ਆ ਬਾਈ ਯਾਰ ਤੂੰ ਆਪ ਬੰਦਾ ਤੈਨੂੰ ਨਹੀਂ ਸਪਲੀਮੈਂਟ ਖਾਣੇ ਖੁਰਾਕ ਤਾਂ ਸੁਣ ਲਓ ਖਾਣੀ ਤਾਂ ਸ਼ੁਰੂ ਕਰ ਦਿਉ 10-15 ਦਿਨ ਬਾਅਦ ਤੁਹਾਨੂੰ ਜਿਵੇਂ ਦਾ ਰਿਜ਼ਲਟ ਮਿਲਦਾ ਮੈਨੂੰ ਮੈਂਸ਼ਨ ਕਰਕੇ ਪਾ ਦਿਉ ਕਿ ਬਾਈ ਯਾਰ ਸ਼ੇਕ ਸ਼ੁਰੂ ਕਰਿਆ ਸੀ ਸਾਲਾ ਸਵਾਦ ਆ ਗਿਆ ਸਵਾਦ ਆਉਣਾ ਹੀ ਆ ਹੁਣ ਅੱਜ ਕੁਛ ਨਹੀਂ ਪਚਦਾ ਜਿਵੇਂ ਹੁਣ ਪਚਦਾ ਨਹੀਂ ਵੀ ਉਹ ਪਚਾਉਣਾ ਕਿਵੇਂ ਆ ਬੰਦੇ ਨੇ ਇੱਕ ਤਾਂ ਸਲਾਦ ਸ਼ੁਰੂ ਕਰ ਦਿਉ ਰੋਟੀ ਦੇ ਨਾਲ ਥੋੜ੍ਹਾ ਥੋੜ੍ਹਾ ਦਹੀਂ ਸ਼ੁਰੂ ਕਰ ਦਿਉ 10 ਬਦਾਮ ਨਹੀਂ ਪਚਦੇ 3-4 ਬਦਾਮ ਖਾਣੇ ਸ਼ੁਰੂ ਕਰ ਦਿਉ ਮਤਲਬ ਥੋੜ੍ਹਾ ਥੋੜ੍ਹਾ ਸਟਾਰਟ ਕਰ ਦਿਉ ਜੇ ਜ਼ਿਆਦਾ ਔਖੇ ਹੋ ਲੀਵਰ ਤੋਂ ਜਿਵੇਂ ਬੰਦਾ ਕਹਿੰਦਾ ਰੋਟੀ ਖਾਧੀ ਟੋਇਲਟ ਭੱਜਣਾ ਪੈਂਦਾ ਮੇਰੇ ਤਾਂ ਪਚਦਾ ਨਹੀਂ ਮੇਰੇ ਗਰਮੀ ਪਈ ਵੀ ਆ ਕਈਆਂ ਨੇ ਇਨਫੈਕਸ਼ਨ ਹੋ ਜਾਂਦੀ ਆ ਲੀਵਰ ਫੈਟੀ ਹੋ ਜਾਂਦਾ 900 ਰੁਪਏ ਦੀ ਲੀਵਰ ਡਿਟੌਕਸ ਆਉਂਦੀ ਆ ਜਿਹੜਾ ਨੰਬਰ ਪਾਉਂਗੇ ਇਹਦੇ 'ਤੇ ਔਡਰ ਕਰ ਦਿਓ ਮਤਲਬ ਮੈਂ ਪਰਸੋਂ 'ਚ ਉੱਥੇ ਵੀਡੀਓ ਪਾਈ ਸੀ ਬਾਈ ਉਰੇ ਸਰਹੰਦ ਦਾ ਹੀ ਉਹਦੀਆਂ ਰਿਪੋਰਟਾਂ ਦੇ ਵਿੱਚ ਪਹਿਲਾਂ ਫੈਟੀ ਲੀਵਰ ਸੀ 15 ਦਿਨ 'ਚ ਲੀਵਰ ਠੀਕ ਹੋ ਜਾਂਦਾ ਆਰਾਮ ਨਾਲ ਹੋ ਜਾਂਦਾ 900 ਦੀ ਲੀਵਰ ਡਿਟੌਕਸ ਖਾਓ ਵਾਲਾ ਲੀਵਰ ਦਾ ਲੋਹਾ ਬਣਾ ਦਿੰਦੀ ਆ ਕਿਉਂਕਿ ਉਹਨੇ ਲੀਵਰ ਦੀ ਵੀਰੇ ਜ਼ਰੂਰਤ ਸਾਰੀ ਤੇਰੀ ਪੂਰੀ ਕਰ ਦੇਣੀ ਆ ਲੀਵਰ ਤੇਰਾ ਆਪ ਹੀ ਵਾਘੀਆਂ ਮਾਰੂਗਾ ਬਸ ਆਹ ਰੌਲਾ ਹੁੰਦਾ ਬਾਕੀ ਜਿਵੇਂ ਹੁਣ ਫੈਟ ਲੋਸ 'ਤੇ ਕਰ ਲਓ ਗੱਲ ਜਿਵੇਂ ਹੁਣ ਅੱਜ ਦੇ ਯਾਰ ਅੱਜ ਦਾ ਟਾਈਮ ਐਵੇਂ ਦਾ ਚੱਲਦਾ ਪ੍ਰਧਾਨ ਵੀ ਲੋਕ ਨਾ ਫਿਟਨੈਸ ਪਿੱਛੇ ਕਮਲੇ ਹੋਏ ਪਏ ਨੇ ਠੀਕ ਆ ਨਾ ਉਹਦਾ ਫਿਰ ਫਾਇਦਾ ਨਾ ਕਦੇ ਵੀ ਚੱਕੋ ਕਰਦੇ ਕੁਛ ਨਹੀਂ ਫਿਟਨੈਸ ਲਈ ਕਰਦੇ ਕੁਛ ਨਹੀਂ ਫਿਟਨੈਸ ਸਭ ਨੂੰ ਚਾਹੀਦੀ ਹੈ ਪਰ ਫਿਟਨੈਸ ਲਈ ਕੋਈ ਸਟੈਪ ਪੱਟ ਨਹੀਂ ਰਿਹਾ ਕਿ ਸਟੈਪ ਕਿਵੇਂ ਆਪਾਂ ਤੋਰੀ ਹੈਗੀ ਫਿਟਨੈਸ ਕਿਵੇਂ ਆਊਗੀ ਡਾਈਟ ਨੂੰ ਆਪਾਂ ਜਮਾ ਹੀ ਨਹੀਂ ਰੱਖਦੇ ਪਰ ਫਿੱਟ ਆਪਾਂ ਰਹਿਣਾ ਚਾਹੁੰਦੇ ਪਰ ਡਾਈਟ ਆਪਣੀ ਫਿੱਟ ਵਾਲੀ ਹੈ ਰੋਟੀ ਰੋਟੀ ਖਾ ਲੈਣਾ ਤੂੰ ਰੋਜ਼ ਰੋਟੀਆਂ ਸਵੇਰੇ 4 ਸ਼ਾਮ ਨੂੰ 5 ਦੁੱਧ ਪੀਣਾ ਦੁੱਧ ਡੇਲੀ ਪੀਦਾ ਤੇ ਜਿਮ ਗਿਆ ਕਰੇ ਜਿਮ ਇੱਕ ਦਿਨ ਉਹ ਵੀ ਸਿਰਫ ਵੇਟ ਟ੍ਰੇਨਿੰਗ ਕਰਨੀ ਕੋਈ ਡੋਲਾ ਨਹੀਂ ਲਾਇਆ ਕੋਈ ਫਿਟਨੈਸ ਦਾ ਵੀਰੇ ਕੋਈ ਹੋਰ ਚੀਜ਼ ਨਹੀਂ ਫਿਟਨੈਸ ਦਾ ਇਹਦੀ ਦਾ ਰਾਜ ਕੀ ਆ ਹੁਣ ਮੰਨ ਲੈ ਤੇ ਪੈਕ ਨੇ ਅਗਲਾ ਕਹਿੰਦਾ ਰੋਟੀ ਖਾਣਾ ਹਨਾ 3 ਮਹੀਨੇ ਦੇ ਵਿੱਚ ਤਾਂ ਬਾਈ ਕੁਛ ਵੀ ਨਹੀਂ ਬਣਾ ਸਕਦੇ ਜੇ ਪੈਕ ਪੂਕ ਬਣ ਜਾਣਗੇ ਤੁਸੀਂ 6 ਮਹੀਨੇ ਆਪਣੀ ਮਿਹਨਤ ਨੂੰ ਦਿਨ ਰਾਤ ਇੱਕ ਕਰ ਦਿਓ ਫੈਟ ਲੋਸ ਵਾਲਿਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ 10 ਰੋਟੀਆਂ ਖਾਓ 2 ਰੋਟੀਆਂ ਸਵੇਰੇ ਖਾਓ 2 ਸ਼ਾਮ ਨੂੰ ਖਾਓ ਜਮਾਂ ਰੋਟੀ ਨਹੀਂ ਛੱਡੀ ਦੀ ਹੁੰਦੀ ਫਿਰ ਉਹ ਤੁਸੀਂ ਮਹੀਨਾ ਕੇ ਛੱਡਦੇ ਹੋ ਉਹ ਤੋਂ ਬਾਅਦ ਫਿਰ ਕੁਲਚਿਆਂ ਦੇ ਹੋ ਜਾਂਦੇ ਹੋ ਹਨਾ ਉਹਦੇ ਨਾਲੋਂ ਆਪਾਂ ਜ਼ਿਆਦਾ ਨਾ ਛੱਡੋ 2 ਰੋਟੀਆਂ ਸਵੇਰੇ ਰੱਖੋ 2 ਸ਼ਾਮ ਨੂੰ ਰੱਖੋ 1.5 ਘੰਟਾ ਸਰੀਰ ਨੂੰ ਲੋਹੇ ਨਾਲ ਲੋਹਾ ਹੋਣ ਦਿਉ ਗਰਾਊਂਡ ਲਾਉਣਾ ਗਰਾਊਂਡ ਨਾਲ ਗਰਾਊਂਡ ਹੋਣ ਦਿਉ 6 ਮਹੀਨੇ ਤੋਂ 3 ਮਹੀਨੇ ਤੁਹਾਡਾ ਫਿਰ ਸਰੀਰ ਵੀ ਬੋਲੂ ਅਤੇ ਲੋਕ ਤੁਹਾਡੇ ਟਿਪ ਲੈਣਗੇ ਵੀ ਬਾਈ ਇੰਨੀ ਫਿਟਨੈਸ ਮਤਲਬ ਹੁਣ ਆਪਾਂ ਨਾਲ ਕੀ ਹੋ 3 ਸਾਲ ਤਾਂ ਬਾਈ ਆਪਾਂ ਡਰਿੰਕਾਂ ਕਰ ਲਈਆਂ ਮੈਂ ਕਹਿੰਦਾ ਬਰਗਰ ਖਾ ਲਏ ਪੀਜ਼ੇ ਖਾ ਲਏ ਜਦੋਂ ਆਪਾਂ ਫੈਟ ਲੋਸ ਕਰਨ ਲੱਗਦੇ ਹਾਂ ਆਪਣੇ ਉਸਤਾਦ ਨੂੰ ਕਹਿੰਦੇ ਬਾਈ ਮੈਂ ਤਾਂ 10 ਦਿਨ 'ਚ ਐਂ ਕਰਨਾ 5 ਦਿਨ 'ਚ ਉਹ ਕਰਨਾ ਬਾਈ 3 ਸਾਲ ਜਾਂ ਤੁਸੀਂ ਵੀਰੇ ਗੰਦ ਮੰਦ ਖਾ ਲਿਆ 6 ਮਹੀਨੇ ਸਰੀਰ ਨੂੰ ਦੇ ਤਾਂ ਲਓ ਯਾਰ 6 ਦਿਨ 'ਚ ਚੰਦ ਥੱਲੇ ਲਓ ਉਹਨੂੰ ਫਿਰੀ ਜਾਂਦੇ ਹਾਂ ਠੀਕ ਆ ਨਾ ਬਾਈ ਫੈਟ ਲੋਸ ਹੋ ਜਾਂਦੀ ਆ ਫੈਟ ਲੋਸ ਗੇਨਿੰਗ ਤੋਂ ਔਖੀ ਆ ਉਹ ਪੇਸ਼ੈਂਸ ਮੰਗਦੀ ਆ ਵੀ ਜੋ ਹੁਣ ਮੰਨ ਲਾ ਤੇਰੀ ਵੀਰੇ ਫੈਟ ਆ ਗਈ ਮੰਨ ਲਾ ਫੈਟ ਚੜ੍ਹਾਈ ਕੋਲਡ ਡਰਿੰਕ ਨੇ ਫੈਟ ਚੜ੍ਹਾਈ ਬਰਗਰ ਨੇ ਫੈਟ ਚੜ੍ਹਾਈ ਰੱਜ ਕੇ ਖਾਣ ਪੀਣ ਨੇ ਪੀਜ਼ਿਆਂ ਨੇ ਫੈਟ ਚੜ੍ਹਾ ਦੀ ਆਪਾਂ ਕਹਿੰਦੇ ਪੀਜ਼ੇ ਨਹੀਂ ਮਾੜੇ 10 ਦਿਨ ਬਾਅਦ ਖਾ ਲਓ ਇੱਕ ਅੱਧੀ ਵਾਰ ਬਹੁਤ ਵਧੀਆ ਚੀਜ਼ ਆ ਖਾਣਾ ਵੀ ਚਾਹੀਦਾ ਪਰ ਜਦੋਂ ਆਪਾਂ ਫੈਟ ਲੋਸ ਕਰਨ ਲੱਗਦੇ ਹਾਂ ਰੋਟੀ ਛੱਡ ਦਿੰਦੇ ਹਾਂ ਘਰ ਦੀ ਸਬਜ਼ੀ ਅਤੇ ਦਾਲਾਂ ਛੱਡ ਦਿੰਦੇ ਹਾਂ ਅਤੇ ਦੁੱਧ ਤਾਂ ਜੀ ਮੈਂ ਪੀਂਦਾ ਨਹੀਂ ਚਾਹ ਤੋਂ ਐਲਰਜੀ ਹੋ ਗਈ ਜੀ ਮੈਨੂੰ ਐਂ ਹੋ ਗਿਆ ਉਹ ਹੋ ਗਿਆ ਹੁਣ ਤੂੰ ਦੱਸ ਵੀਰੇ ਇੱਥੇ ਬੰਦਾ ਕਿੰਨਾ ਗਲਤ ਆ ਫੈਟ ਕਿਹਨੇ ਲਿਆਂਦੀ ਸਮਝਣ ਨਾ ਬਈ ਹੁਣ ਅਸੀਂ 2 ਬੰਦੇ ਬੈਠੇ ਹਾਂ ਜਾਂ ਅਸੀਂ 2 ਬੰਦੇ ਬੈਠੇ ਹਾਂ ਪੈਸੇ ਬਾਈ ਨੇ ਇਹਨੇ ਮਾਰ ਲਏ ਤੇਰੇ ਕੁੱਟਣ ਤੋਂ ਮੈਨੂੰ ਆ ਗਿਆ ਜਿਸ ਬੰਦੇ ਨੇ ਤੁਹਾਡੇ ਫੈਟ ਜਿਹਨੇ ਗੰਦ ਮੰਦ ਨੇ ਤੁਹਾਡੇ 'ਤੇ ਫੈਟ ਚੜ੍ਹੀ ਆ ਯਾਰ ਤੂੰ ਉਹਨੂੰ ਪਾਸੇ ਕਰ ਦੇ ਇਹਨੂੰ ਖਾਣਾ ਸ਼ੁਰੂ ਕਰ ਦੇ ਤੇਰੀ ਬੋਡੀ ਆਪ ਹੀ ਟ੍ਰਾਂਸਫਰ ਹੋਣ ਲੱਗ ਜੂ ਪਰ ਪੇਸ਼ੈਂਸ ਰੱਖ ਸਭ ਤੋਂ ਬੜੀ ਗੱਲ ਹੈ ਨਾ ਅਤੇ ਹੁਣ ਥੋੜ੍ਹੇ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਬਾਈ ਦਾ ਸਟੋਕ ਦਿਖਾਉਂਦੇ ਹਾਂ ਬਾਈ ਔਫਰ ਲਾਉਂਦਾ ਕਿਉਂ ਆ ਬਾਈ ਰਾਜ ਕੀ ਇਹਦੇ ਪਿੱਛੇ ਪਿਛਲੀਆਂ ਗੱਲਾਂ ਕੀ ਨੇ ਹੈ ਨਾ ਉਹੀ ਬਾਈ ਗਿਫਟ ਦਿੰਦਾ ਨਾਲ ਵੀ ਰੇਟ ਕਿਉਂ ਘੱਟ ਨੇ ਇਹਨੇ ਚੀਨੀ ਨਹੀਂ ਹੈਗੀ ਸਪਲੀਮੈਂਟ ਨੇ
ਆਪਾਂ ਇਹ ਨਹੀਂ ਕਹਿੰਦੇ ਤੁਸੀਂ ਕਮੈਂਟ ਕਰ ਦਿਓ ਜਿਹੜੀ ਕੰਪਨੀ 'ਤੇ ਤੁਹਾਨੂੰ ਆਫਰ ਚਾਹੀਦੀ ਹੈ, ਜੀ ਐਸ ਟੀ ਬਿੱਲ ਕੱਟ ਕੇ ਦਊਂਗਾ, ਮੇਰੀ ਪਸੰਦ ਦੀ ਛੱਡੋ, ਆਪਣੀਆਂ ਪਸੰਦਾਂ ਦੱਸ ਦਿਆ ਕਰੋ ਅਤੇ ਕੁਆਂਟਿਟੀ ਦਿਖਾਈਏ। ਇੱਕ ਬਾਈ ਨੇ ਨਾ ਕਮੈਂਟ ਕਰਿਆ ਸੀਗਾ, ਕਹਿੰਦਾ ਉਈਂ ਛੱਡੀ ਜਾਂਦਾ ਵੀ 10-12 ਲੱਖ ਦਾ ਮਾਲ ਕਿੱਥੋਂ ਖਰੀਦਦਾ, ਇਹਦੇ ਤੋਂ ਵੀ ਚਪੇੜਾਂ ਪੈਣ ਵਾਲੀਆਂ ਨੇ, ਸਿੱਟਣ ਵਾਲੀਆਂ ਨੇ। ਪਹਿਲੀਆਂ ਗੱਲ ਇਹ ਗਿਫਟ ਦਿੰਦੇ ਹਾਂ, ਪੰਜਾਬ ਨੂੰ ਲੁੱਟਦੇ ਨਹੀਂ, ਪੰਜਾਬ ਦੇ ਮੁੰਡੇ ਨੂੰ ਤਗੜਾ ਕਰ ਰਹੇ ਹਾਂ ਚੰਗੀਆਂ ਚੀਜ਼ਾਂ ਨਾਲ। ਸਭ ਤੋਂ ਬੜੀ ਗੱਲ ਅਸੀਂ ਨਹੀਂ ਕਹਿੰਦੇ ਸਪਲੀਮੈਂਟ ਖਾਓ, ਡਾਈਟ ਤਾਂ ਫੋਲੋ ਕਰ ਲਓ ਸਾਡੀ, ਲੋੜ ਕੀ ਹੈ ਫਿਰ ਸਪਲੀਮੈਂਟ। ਜਿਹਨੇ ਹੁਣ ਆਪਣੇ ਜਿੰਮ ਲਾਉਣੀ ਹੈ, ਸਰੀਰ ਬਣਾਉਣਾ, ਉਹਨੂੰ ਤਾਂ ਬਾਈ ਇਹ ਚੀਜ਼ਾਂ ਯੂਜ਼ ਕਰਨੀਆਂ ਪੈਣੀਆਂ ਨੇ। ਅਤੇ ਜਿਵੇਂ ਦੀ ਬਾਈ ਐਡੀ ਵੱਡੀ ਗੱਲ ਕਹਿੰਦਾ ਵੀ ਆਹ ਚੀਜ਼ ਨਹੀਂ ਲੈ ਸਕਦੇ, ਆਪਾਂ ਇਹਨਾਂ ਨੂੰ ਕੁਆਂਟਿਟੀ ਦੱਸੀਏ ਅਤੇ ਕੁਝ ਹੋਰ ਗੱਲਾਂ ਸਾਂਝੀਆਂ ਕਰਦੇ ਹਾਂ ਨਾ ਬਾਈ। ਆਜੋ ਬਾਈ ਦੀ ਕੁਆਂਟਿਟੀ ਚੈੱਕ ਕਰੀਏ। ਦੇਖੋ ਜੀ ਬਾਈ ਦੇ ਹੁਣ ਨਾ ਵੇਅਰ ਹਾਊਸ 'ਚ ਆ ਗਏ ਆਪਾਂ। ਬਾਈ ਨੇ ਜਿੰਮ ਨੂੰ ਇਹ ਆਪਣੀ ਨੂੰ ਨਾ ਵੇਅਰ ਹਾਊਸ ਦੇ ਵਿੱਚ ਤਬਦੀਲ ਕਰਤਾ। ਕਿਹੜਾ ਦੇਖੋ, ਮਸਲ ਡਾਕਟਰ ਪਿਆ, ਜੂ ਆਪਣਾ ਯੂਨੀਟੈਕ ਪਿਆ, ਹੋਰ ਵੀ ਕਾਫੀ ਬ੍ਰਾਂਡ ਪਏ ਨੇ, ਹੈ ਨਾ। ਔਨ ਬਹੁਤ ਸਮਾਨ ਆਇਆ ਪਿਆ, ਸ਼ਾਇਦ ਖੋਲ੍ਹ ਕੇ ਵੀ ਦਿਖਾ ਦੇ, ਹੁਣ ਔਨ 'ਤੇ ਔਫਰ ਪਾਉਣੀ ਆ। ਔਨ ਮੈਨੂੰ ਲੱਗਦਾ ਬੱਚੇ ਨੂੰ ਪਤਾ ਵੀ ਔਨ ਕੰਪਨੀ, ਨਾਲੇ ਸਭ ਤੋਂ ਵੱਧ ਕਾਪੀ ਔਨ ਦੇ ਵਿੱਚ ਆਉਂਦੀ ਆ। ਅਤੇ ਜਿਹੜਾ ਆਪਾਂ ਬਾਈ ਪਹਿਲਾਂ ਤਾਂ ਆਪਾਂ ਔਫਰ ਦੀ ਉਹ ਗੱਲ ਕਰ ਲਓ ਵੀ ਰੇਟ ਡਾਊਨ ਕਿਉਂ ਆਉਂਦਾ, ਵੀ ਯਾਰ ਕੋਈ ਵੀ ਪ੍ਰੋਟੀਨ ਲਾ ਲਓ, ਜਿਵੇਂ ਹੁਣ ਆਪਣੀ ਆ ਟ੍ਰਿਊਬਲੈਸ ਦੇ 500 ਰੁਪਏ ਦਾ ਔਫਰ ਚੱਲਦਾ, ਥੋੜ੍ਹਾ ਇੱਥੋਂ ਹੀ ਮਾਰ ਲਓ ਜੇ। ਜਿਵੇਂ ਹੁਣ ਆ ਟ੍ਰਿਊਬਲੈਸ ਆ, ਐਵੇਂ ਦੀਆਂ 5 ਪੇਟੀਆਂ ਆਈਆਂ ਨੇ ਬਾਈ, 1500 ਪੀਸ ਖਰੀਦਿਆ ਅਤੇ ਕਹਿ ਕੇ ਸਮਝ ਲਓ ਵੀ ਹੱਥੀਂ ਤਿਆਰ ਕਰਵਾ ਤਾ ਵੀ ਬਾਈ ਚਾਹੇ ਤੂੰ ਸਾਨੂੰ 100 ਰੁਪਇਆ ਮਹਿੰਗਾ ਲਾ ਦੇ ਕੰਪਨੀ ਵਾਲੇ ਮਾਲਕ ਨਾਲ, ਵੀ ਪਰ ਚੀਜ਼ ਐਂਡ ਚਾਹੀਦੀ ਆ। ਹੁਣ ਇਹ 700 ਦਾ ਵੀ ਹੋ ਸਕਦਾ, ਠੀਕ ਆ, 6 ਜਾਂ ਆਪਾਂ 1500, ਹੁਣ ਵੀਰੇ ਤਾਂ ਮੰਨ ਲਾ ਇੱਕ ਗੱਡੀ ਖਰੀਦਣੀ ਆ ਤਾਂ ਇੱਕ ਖਰੀਦਣੀ ਆ, ਇੱਕ ਤੂੰ 1500 ਗੱਡੀ ਖਰੀਦਣੀ ਆ, ਰੇਟ ਤਾਂ ਡਿਫਰੈਂਟ ਹੋ ਜਾਂਦਾ। ਵਾਰ ਵਾਰ ਇਸ ਟੋਪਿਕ 'ਤੇ ਤਾਂ ਗੱਲ ਕਰਦਾ ਵੀ ਜਿਹੜੇ ਬੰਦੇ ਕਹਿੰਦੇ ਨੇ ਵੀ ਸਸਤਾ ਕਿਉਂ ਆ, ਉੱਥੋਂ 5000 ਦਾ ਡੱਬਾ ਬਾਈ 5 ਚੀਜ਼ਾਂ ਕਿਉਂ ਦਿੰਦਾ, ਇਹ ਕਾਰਨ ਆ ਜਾਂਦਾ ਬਾਈ। ਕੋਈ ਵੀ ਚੀਜ਼ ਆ, ਕਿਸੇ ਵੀ ਕੰਪਨੀ ਦਾ ਲਾ ਲਓ, ਕਿਹੜਾ ਹੈ ਨਾ, ਹੁਣ ਕਿਹੜਾ ਤੁਸੀਂ ਕਿਸੇ ਵੀ ਸਪਲੀਮੈਂਟ ਸਟੋਰ 'ਤੇ ਚੱਲ ਜਾਓ, ਇਹ ਵੀ ਬਹੁਤ ਵੱਡੀ ਡੱਬੀ ਆ, ਇਹ ਤੋਂ ਵੀ ਛੋਟੀ ਤੋਂ ਛੋਟੀ ਡੱਬੀ ਨਾ ਤੁਹਾਨੂੰ 1000, 700, 800 ਇੱਦਾਂ ਮਿਲੂਗੀ। ਕੀ ਨਹੀਂ ਵੀਰੇ, ਬਾਈ ਆਹ 1200 ਰੁਪਏ ਦਾ ਕਰਟੇਨ ਵਿਕਦਾ ਸੀਗਾ 1.5 ਮਹੀਨਾ ਪਹਿਲਾਂ, ਆਹ 500 ਰੁਪਏ ਦੀ ਆਪਾਂ 900 ਰੁਪਏ 'ਚ ਔਫਰ ਚਲਾਈ ਸੀ। 900 ਰੁਪਏ ਦੇ ਵਿੱਚ ਬਾਈ ਦੋਨੇ ਚੀਜ਼ਾਂ, ਆਹ 1200 ਦੀ ਕਰਟੇਨ, ਆਹ 500-600 ਦੀ ਆਈਟਮ, ਅਤੇ 900 ਰੁਪਏ ਦੇ ਵਿੱਚ ਵਿਦ GST ਬਿੱਲ ਕੱਟ ਕੇ, ਨਾਲੇ ਸਭ ਤੋਂ ਬੜੀ ਗੱਲ ਆ ਬਾਈ ਇੰਨਾ ਡੱਬਾ ਖਾ ਲਓ ਇੰਨਾ ਵੀ ਰਹਿੰਦਾ, ਕੋਈ ਇਸ਼ੂ ਆਉਂਦਾ ਆਪਾਂ ਬੈਠੇ ਹਾਂ, ਇਸ ਤੋਂ ਉੱਤੇ ਦਾ ਬਾਈ ਕੁਛ ਨਹੀਂ ਕਹਿ ਸਕਦਾ। ਕੋਈ ਇਸ਼ੂ ਆਉਂਦਾ ਨਾ ਪ੍ਰਧਾਨ, ਕੋਈ ਸਾਈਡ ਇਫੈਕਟ ਆਉਂਦਾ ਤੁਸੀਂ ਮੇਰੇ ਕੋਲ ਆ ਜਾਓ, ਜਾਂ ਕੋਈ ਤੁਹਾਨੂੰ ਡਾਈਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਉਰੇ ਆ ਜਾਓ, ਜੇ ਆਪਾਂ PA ਲਈ ਕੰਮ ਕਰਨਾ ਹੋਵੇ ਤਾਂ ਕਿਹੜਾ ਲੋੜਾ ਆ ਗਿਆ ਨਾ, ਤਾਂ ਆਪਾਂ ਵੀ ਸਮਾਨਾ ਦੂਆ ਵੇਚੀ ਜਾਈਏ। ਮੈਨੂੰ ਲੱਗਦਾ ਜਿੰਨਾ ਮੇਰੇ ਕੋਲ ਮੁੰਡਾ ਆਉਂਦਾ ਬਾਈ, ਮੈਂ ਤਾਂ ਜਿੰਨਾ ਮਰਜ਼ੀ ਪੈਸਾ 'ਚ 2 ਲੱਖ ਰੁਪਏ ਦਿਹਾੜੀ ਦਾ ਕਮਾ ਲਵਾਂ, ਅਤੇ ਬਾਈ ਹੁਣੀ 2 ਘੰਟੇ ਪਹਿਲਾਂ ਵੀਰੇ ਤੁਸੀਂ ਬੈਠ ਕੇ ਦੇਖਿਆ ਵੀ ਇੱਕ ਤਾਂ ਹੁੰਦਾ ਵੀ ਗੱਲਾਂ ਦਾ ਕੜਾਹ ਬਣਾਉਣੇ ਵਾਲੇ ਬੰਦੇ ਵੀ ਕਿੰਨਾ ਬੰਦੇ ਯਕੀਨ ਕਰਦੇ ਨੇ, ਕਿੰਨਾ ਪਿਆਰ ਕਰਦੇ ਨੇ, ਹੈ ਨਾ। ਹੁਣ ਆਹ ਤੁਹਾਡੇ ਹੁੰਦੇ ਅੱਜ ਫਿਰ ਇਹ ਵੀ ਔਫਰ ਦੇ ਦਿੰਦੇ ਆ, ਜਿਹੜੇ ਜਿਹੜੇ ਮੁੰਡੇ ਕਹਿੰਦੇ ਨੇ ਬਾਈ ਭਾਈ ਅਸੀਂ ਵੀਕਨੈਸ ਦੇ ਵਿੱਚ ਮਾਰੇ ਪਏ ਹਾਂ, ਜਿੰਮ ਲਾਉਂਦਿਆਂ ਨੂੰ ਟਾਈਮ ਹੋ ਗਿਆ, ਸਾਈਜ਼ ਨਹੀਂ ਗੇਨ ਹੁੰਦਾ ਵੀਰੇ, ਸਟਰੈਂਥ ਨਹੀਂ ਬਣਦੀ ਹੈਗੀ, ਆਪਾਂ ਤੁਹਾਨੂੰ ਵੀ ਗਿਫਟ ਕਰਨਾ ਅੱਜ ਤਾਂ ਕਿ ਤੁਸੀਂ ਵੀ ਹੁਣ ਲੋਕਾਂ ਨਾਲ ਜੁੜੇ ਹੋਏ ਹੋ ਬਾਈ, ਮਹੀਨੇ ਖਾ ਕੇ ਦੱਸੋ ਰਿਜ਼ਲਟ ਦਿਓ ਵੀ ਬਾਈ ਨੇ ਯਾਰ ਆਹ ਚੀਜ਼ ਦਿੱਤੀ ਸੀ, ਬਾਕੀ ਬੈਟਰ ਫੀਲ ਹੋਇਆ, ਹੈ ਨਾ। 900 ਰੁਪਏ ਦੀ ਚੀਜ਼ ਆ, ਕਮਜ਼ੋਰੀਆਂ ਨੂੰ ਗਰਦਨ ਤੋਂ ਫੜ ਕੇ ਬਾਹਰ ਸੁੱਟੂਗਾ, ਠੀਕ ਆ ਬਾਈ। 2 ਜਿੰਮ ਤੋਂ ਪਹਿਲਾਂ ਲੈ ਲਓ, 5 ਦਿਨ ਇਹਨੂੰ ਲੋਡਿੰਗ ਮਾਰ ਲਓ, ਪਰ ਉਹ ਬੰਦਾ ਖਾ ਸਕਦਾ ਜਿਹੜਾ ਵਰਕਆਊਟ ਲਾਉਂਦਾ। 900 ਰੁਪਇਆ ਨੰਬਰ 'ਤੇ ਪੇ ਕਰਕੇ 50 ਕੁਰੀਅਰ ਦੇ ਕਰ ਦਿਓ। ਹੁਣ ਬੰਦੇ ਕਹਿੰਦੇ ਯਾਰ ਬਾਈ ਜੇ ਬਚਾਉਂਦਾ ਨਹੀਂ ਤੂੰ ਵੇਚੀ ਕਿਵੇਂ ਜਾਂਦਾ, ਬਾਈ ਬਿੱਲ ਦੇਖ ਲਿਓ, ਜੇ ਕਿਸੇ ਨੂੰ ਐਂ ਲੱਗਦਾ ਬਿੱਲ ਦਿਖਾ ਦੂੰਗਾ, ਯਾਰ ਨਹੀਂ ਬਚਦਾ ਨਾ ਬਚੇ, ਆਪਣਾ ਇਹ ਕੰਮ ਆ ਵੀ ਬੰਦਾ ਇਹ 'ਚੋਂ ਨਹੀਂ ਮੈਨੂੰ ਪੈਸਾ ਕਮਾਊ, ਕੋਈ ਹੋਰ ਡੱਬਾ ਦੇ ਕੇ ਕਮਾਈ ਲਈਦੇ ਨੇ, ਆਪਾਂ ਤਾਂ ਯਾਰ ਕਮਾਉਣਾ ਹੀ ਕਮਾਉਣਾ ਵੀਰੇ, 5 ਮੁੰਡੇ ਕੰਮ ਕਰਦੇ, ਕਿਰਾਏ ਵੀ ਕੱਢਣੇ ਆ, ਪਰ ਤੁਹਾਨੂੰ ਫਾਇਦਾ ਮਿਲਦਾ, ਤੁਸੀਂ ਸਵਾਦ ਲਓ ਲਾਈਫ ਦਾ, ਹੈ ਨਾ। ਇਹ ਕੁਆਂਟਿਟੀ ਇੰਨੀ ਆ ਜਾਂਦੀ ਹੈ ਪ੍ਰਧਾਨ ਜੀ, ਹੋਰ ਕਰਟੇਨ ਮੈਨੂੰ ਲੱਗਦਾ 700-800 ਪੀਸ ਮੈਂ ਬਾਈ ਆ ਮਹੀਨੇ 'ਚ ਵੇਚਤਾ ਹੁਣ। ਉਹ ਜੀ ਸੇਲ ਕੁਛ ਕੁ ਬਾਈ ਐਂ ਆ ਨਾ, ਫਿਰ ਇਹ ਹਿਸਾਬ ਨਾਲ ਤਾਂ ਜਿਹੜਾ ਸਪਲੀਮੈਂਟ ਤੁਹਾਡੇ ਕੋਲ ਮਿਲਦਾ ਉਹ ਕਿਸੇ ਹੋਰ ਕੋਲ ਵੀ ਨਹੀਂ ਹੋਊਗਾ, ਬਿਲਕੁਲ ਵੀ ਨਹੀਂ ਵੀਰੇ। ਇੱਕ ਬਾਉਂਡ ਚੀਜ਼ ਹੁੰਦੀ ਆ, ਜਿਵੇਂ ਹੁਣ ਮੰਨ ਲਾ ਆਹ ਵੀਰੇ, ਮੰਨ ਲਾ ਆ ਤੁਹਾਡਾ ਮਾਈਕ ਆ ਗਿਆ, ਹੁਣ ਤੁਸੀਂ ਇਹ ਕੰਪਨੀ ਪੰਜਾਬ ਦੇ ਵਿੱਚ 200 ਮਾਈਕ ਸੇਲ ਕਰਦੀ ਆ, ਉਹਨੂੰ ਤਾਂ ਸੇਲ ਚਾਹੀਦੀ ਆ, ਤੁਸੀਂ ਇਹ ਕੰਪਨੀ ਨੂੰ ਕਹੋ ਵੀ ਬਾਈ ਮੈਂ 400 ਸੇਲ ਕਰੂੰ, ਵੀ ਤੁਸੀਂ ਕਿਤੇ ਦੁਕਾਨ 'ਤੇ ਨਹੀਂ ਇਹ ਦੇਣਾ, ਕੰਪਨੀ ਨੂੰ ਸੇਲ ਚਾਹੀਦੀ ਆ, ਬਾਉਂਡ ਕਰ ਲਿਆ ਵੀ ਆਹ ਚੀਜ਼ ਅੱਜ ਤੋਂ ਬਾਅਦ ਮੇਰੀ ਆ, ਤੁਸੀਂ ਕਿਤੇ ਨਹੀਂ ਦੇਣਾ। ਬਸ ਵੀਰੇ ਉਹੀ ਚੀਜ਼ ਆਪਾਂ ਜਿਹੜੀ ਚੀਜ਼ ਖਰੀਦਦੇ ਹਾਂ ਆਪਾਂ ਉਹਨੂੰ ਇਕੱਲੇ ਹੀ ਲੈ ਲੈਂਦੇ ਹਾਂ, ਵੀ ਕੱਲ੍ਹ ਨੂੰ ਆਪਾਂ ਕਿਸੇ ਦੁਕਾਨਦਾਰ ਨਾਲ ਲੜਨਾ ਨਹੀਂ, ਉਹਦਾ ਜੋ ਰੇਟ ਵੇਚਦਾ ਉਹ ਰੇਟ ਵੇਚੀ ਜਾਵੇ, ਜੋ ਮੇਰਾ ਰੇਟ ਆ ਮੈਂ ਆਪਣਾ ਵੇਚੀ ਜਾਊਂ, ਉਹਦੇ ਨਾਲ ਖਹਿ ਖਵਈਆ ਨਹੀਂ ਰਹੂ। ਜਿਵੇਂ ISO 0 ਦਿਖਾਓ ਵੀਰੇ ਘੁੰਮ ਕੇ, ਕਿਹੜਾ ਆਪਣਾ ਤੁਸੀਂ ਗੱਲ ਕਰਦੇ ਪ੍ਰੋਡਕਟ ਨਵੇਂ ਦੀ, ਹੈ ਨਾ, ਨਵੇਂ ਪ੍ਰੋਡਕਟ ਦੀ। ਹੁਣ ਜਿਵੇਂ ਯਾਰ ਵੀਰੇ ਮਸਲ ਡਾਕਟਰ ਕੰਪਨੀ ਨੇ ISO 0 ਪੰਜਾਬ ਦੇ ਵਿੱਚ ਇੰਡੀਆ 'ਚ ਲਾਂਚ ਕਰਤਾ ਸੀ, ਬਹੁਤ ਸਟੋਰਾਂ 'ਤੇ ਚੱਲਿਆ ਗਿਆ ਸੀ ਆਪਣੇ ਪੰਜਾਬ ਦੇ ਵਿੱਚ,
ਤੇ ਉਹ ਤੋਂ ਬਾਅਦ ਉਹ ਮੇਰੇ ਕੋਲ ਆਏ ਰਾਤ ਨੂੰ ਮਾਲਕ ਆਇਆ ਸਿੱਧਾ ਕਹਿੰਦਾ ਮੈਂ ਕਿਹਾ ਜੀ ਮੈਂ ਵੇਚੂੰਗਾ ਜਿੰਨੀ ਤੁਹਾਨੂੰ ਸੇਲ ਚਾਹੀਦੀ ਹੈ ਮੈਂ ਦਊਂਗਾ ਠੀਕ ਆ ਨਾ ਆਹ ਤੁਹਾਡੇ ਸਾਹਮਣੇ ਮਾਲ ਵਾਧੂ ਪਿਆ ਤਾਂ ਵਿਕ ਗਿਆ ਬਹੁਤ ਅੱਧ ਤੋਂ ਵੱਧ ਵੀ 200 ਤੁਸੀਂ ਮੈਨੂੰ ਦੇ ਦਿਓ ਪਹਿਲਾਂ 1 kg 'ਚ ਆਇਆ ਸੀ ਆਪਾਂ ਵੇਚਿਆ ਖਾਧਾ ਵਰਤ ਕੇ ਰਿਜ਼ਲਟ ਦੇਖਿਆ ਧੱਕੜ ਵਜ਼ਨ ਤੋੜਨ ਦੇ ਵਿੱਚ ਪੈਕ ਵਾਲੇ ਜਿੰਨੇ ਮਰਜ਼ੀ ਬੰਦੇ ਯੂਜ਼ ਕਰ ਸਕਦੇ ਆ ਅਜੇ ਤੱਕ ਕਹਿੰਦਾ ਮੈਂ ਰੇਟ ਪਾਉਣਾ ਮੇਰੇ ਕੋਲ 2 ਮਹੀਨੇ ਹੋ ਗਿਆ ਇਹਨੂੰ ਟਾਈਮ ਹੀ ਨਹੀਂ ਲੱਗਿਆ ਵੀ ਰੇਟ ਪਾਉਣ ਦਾ ਹੁਣ ਇਹ 200 ਮੇਰੇ ਕੋਲ ਮਿਲਣਾ ਹੁਣ ਜਦ ਉਹ ਬੰਦਾ ਕਿਸੇ ਬੰਦੇ ਨੂੰ ਕਹਿੰਦਾ ਜਾ ਕੇ ਵੀ ਯਾਰ ਆਹ ਬਾਈ ਨੇ 200 ਪਾਇਆ ਮੈਨੂੰ ਦੇ ਦੇ ਹੈਗਾ ਹੁਣ ਉਹਦੇ ਕੋਲ ਉਹ ਮਿਲਣਾ ਨਹੀਂ ਫਿਰ ਉਹ ਬੰਦਾ ਕੀ ਕਹਿੰਦਾ ਯਾਰ ਉਹ ਕੂੜਾ ਕਬਾੜ ਆ ਪਰ ਬਾਈ ਗੱਲ ਦਿਮਾਗ 'ਚ ਪਾਓ ਇਹ ਚੀਜ਼ਾਂ ਬਾਉਂਡ ਕਰ ਲਈਦੀਆਂ ਨੇ ਜੋ ਸਾਡੇ ਕੋਲ ਉਹ ਸਾਡੇ ਤੋਂ ਮਿਲਣਾ ਜਿਵੇਂ ਔਨ ਹੋ ਗਿਆ ਮਸਲ ਟੈਕ ਉਹ ਤੁਹਾਨੂੰ ਸਾਰੇ ਸਟੋਰਾਂ ਤੋਂ ਮਿਲੀ ਜਾਣਾ ਕਿਉਂ ਆਪਾਂ ਪਰਸਨਲੀ ਚੀਜ਼ ਤਿਆਰ ਕਰਾਉਂਦੇ ਹੁੰਦੇ ਹਾਂ ਬਾਈ ਜਿਵੇਂ ਇਹਦੇ 1 scoop ਦੇ ਵਿੱਚ 26 gram ਪ੍ਰੋਟੀਨ ਆ ਤਾਂ ਹੋਊ ਆਏ ਨਹੀਂ ਵੀ ਗੱਲਾਂ ਦਾ ਕੜਾਹ ਲਿਖਿਆ ਹੋਇਆ ਤਾਂ ਹੋਊ ਪਰਸਨਲੀ ਵੇਚਣਾ ਮੰਨ ਲਾ ਵੀਰੇ ਹੁਣ ਅੱਜ ਮੈਂ ਤੈਨੂੰ ਚੀਜ਼ ਦੇ ਤੀ ਹੁਣ ਮੈਂ ਤਾਂ ਤੈਨੂੰ ਦੁਬਾਰਾ ਲੈ ਕੇ ਆਉਣਾ ਮੈਂ ਖਰਾਬ ਥੋੜ੍ਹੀ ਕਰੂੰਗਾ ਤੈਨੂੰ ਵੀ ਬਾਈ ਦੇ ਫੈਂਸੀਆਂ ਕੱਢ ਦਿਉ ਬਾਈ ਦਾ ਲੀਵਰ ਖਰਾਬ ਕਰ ਦਿਉ ਐਡਾ ਜ਼ਿਆਦਾ ਆਪਾਂ ਠੋਕ ਕੇ ਇੰਸਟਾ 'ਤੇ ਵੀਡੀਓ ਪਾਉਣੀ ਆ ਅੱਜ ਵੀਰੇ ਤੇਰੇ ਸਾਹਮਣੇ ਖੜਾ ਮੈਂ ਗਲਤ ਪਾਊਂਗਾ ਲੂ ਤੂੰ ਨਹੀਂ ਮੈਨੂੰ ਫੜੇਗਾ ਯਾਰ ਬਾਈ ਤੂੰ ਤਾਂ ਯਾਰ ਮੇਰੀ ਬੇਇੱਜ਼ਤੀ ਕਰਾਤੀ ਆਹ ਚੀਜ਼ ਹੋ ਜਾਂਦੀ ਆ ਤਾਂ ਕਰਕੇ ਟੈਨਸ਼ਨ ਨਾ ਲਿਆ ਕਰੋ ਯੂਨੀਟੈਕ ਹੋ ਗਿਆ ਆਈਸੋ ਹੋ ਗਿਆ ਟਰਿਊਬਲੈਸ ਹੋ ਗਏ ਵੀ ਸਾਡੇ ਕੋਲੋਂ ਕਿਉਂ ਮਿਲਦੇ ਨੇ ਹੋਰ ਕਿਤੋਂ ਤਾਂ ਨਹੀਂ ਮਿਲਦੇ ਆਪਾਂ ਉਹ ਚੀਜ਼ ਨੂੰ ਬਾਉਂਡ ਕਰ ਲਈਦਾ ਪਰਸਨਲੀ ਸੇਲ ਕਰੀਦਾ ਕਿਉਂਕਿ ਹਰ ਸਪਲੀਮੈਂਟ ਦਾ ਵੀਰੇ ਜੇ ਰੇਟ ਤੋੜ ਕੇ ਪਾਉਣ ਲੱਗ ਗਏ ਤਾਂ ਦੂਜੇ ਦੁਕਾਨਦਾਰਾਂ ਨੇ ਵਿਚਾਰਿਆਂ ਨੇ ਕੁਛ ਕਮਾਉਣਾ ਹੈ ਨਾ ਅਗਲੇ ਤਾਂ ਯਾਰ ਖਰਚੇ ਆਉਂਦੇ ਨੇ ਪਿਆ 2-2.5 lakh ਰੁਪਇਆ ਸਟੋਰ ਦਾ ਖਰਚਾ ਵੀ ਕੱਢਣਾ ਜੇ ਹਰ ਚੀਜ਼ 'ਚ ਰੇਟ ਦਾ ਗੰਦ ਪੈਣ ਲੱਗ ਗਿਆ ਇਹ ਚੀਜ਼ ਹੋ ਜਾਂਦੀ ਹੈ ਤਾਂ ਕਰਕੇ ਆਪਣਾ ਸਪਲੀਮੈਂਟ ਸਾਡੇ ਕੋਲ ਹੀ ਮਿਲੂਗਾ ਠੀਕ ਆ ਤੇ ਬਾਈ ਕਬੱਡੀ ਵਾਲੇ ਪਲੇਅਰਾਂ ਨੂੰ ਵੀ ਤੁਸੀਂ ਸਪਲੀਮੈਂਟ ਦਿੰਦੇ ਹੋ ਕੀ ਇਕੱਲੇ ਜਿੰਮ ਵਾਲਿਆਂ ਨੂੰ ਬੋਡੀ ਬਿਲਡਿੰਗ ਵਾਲਿਆਂ ਨੂੰ ਕੀ ਸੀਨ ਕੀ ਆ ਦੇ ਵੀਰੇ ਬੋਡੀ ਬਿਲਡਿੰਗ ਵਾਲਿਆਂ ਨੂੰ ਤਾਂ ਜਿਵੇਂ ਹੁਣ ਆਪਣੀ ਚੁਆਇਸ ਹੁੰਦੀ ਹੈ ਬੰਦੇ ਨੂੰ ਬੇ ਪ੍ਰੋਟੀਨ ਚਾਹੀਦਾ ਬਿਲਕੁਲ ਦੇਈਦਾ ਅਤੇ ਮਲਟੀ ਵਿਟਾਮਿਨ ਚਾਹੀਦੇ ਆ ਬਿਲਕੁਲ ਦੇਈਦਾ ਹੈ ਨਾ ਜੋ ਉਹਦੀ ਚੁਆਇਸ ਆ ਬਿਲਕੁਲ ਦੇਈਦਾ ਪਰ ਹੁਣ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਮੈਂ ਨਾ ਹਰ ਕਮੈਂਟ ਦਾ ਜਵਾਬ ਦੇ ਸਕਦਾ ਕਿਉਂਕਿ ਮੈਂ ਸੱਚਾ ਬੰਦਾ ਵੀਰੇ ਮੈਂ ਪੜ੍ਹਿਆ ਵੀ ਲੋਕਾਂ ਦੀ ਸੋਚ ਕੀ ਆ ਕੁਛ ਜੇ 100 ਦੇ ਪਿੱਛੇ 10 ਉਹ ਹੈ ਜੇ ਕਮੈਂਟ ਹੁੰਦੇ ਨੇ ਕਹਿੰਦਾ ਬਾਈ ਜੇ ਐਂ 4500 ਵਾਲੀ ਔਫਰ ਨਾ ਬੋਡੀ ਅਤੇ ਵੀ ਉਹ ਬਾਈ ਕਹਿੰਦਾ 4500 ਰੁਪਏ ਨਾ ਬੋਡੀ ਬਿਲਡਰ ਬਣਨ ਲੱਗ ਗਏ ਤਾਂ ਹਰ ਬੰਦਾ ਬੋਡੀ ਬਿਲਡਿੰਗ ਕਰ ਲੂਗਾ ਬਾਈ ਦੇਖ ਪਹਿਲੀ ਗੱਲ ਤਾਂ ਮੇਰਾ ਜਿਹੜਾ ਸਪਲੀਮੈਂਟ ਹੁੰਦਾ ਫਿਟਨੈਸ ਲਈ ਉਹ ਦਿੰਦੇ ਆਪਾਂ ਜਿਵੇਂ ਵੀਰੇ ਤੂੰ ਕਹਿੰਦਾ ਵੀ ਬਾਈ ਮੈਂ ਪੈਕ ਤਿਆਰ ਕਰਨੇ ਆ ਬਿਲਕੁਲ ਪੇਸ਼ੈਂਸ ਨਾਲ ਅਤੇ ਹੁਣ ਇੱਕ ਬੋਡੀ ਬਿਲਡਰ ਆ ਉਹਦੀ ਗੇਮ ਹੀ ਅਲੱਗ ਆ ਬਾਈ ਹੁਣ ਪੈਕ ਦੀ ਗੱਲ ਆਈ ਹੈ ਨਾ ਕਈ ਬੰਦੇ ਮੈਂ ਦੇਖੇ ਆ ਉਹ ਸਿੱਧਾ ਕਹਿੰਦੇ ਅਗਲਾ ਕਹਿੰਦਾ ਯਾਰ ਵੀਰੇ ਮੇਰੇ ਸਿਕਸ ਪੈਕ ਨਹੀਂ ਬਣਦੇ ਹੈ ਨਾ ਮੈਂ ਚਲਾਉਂਦੇ ਰਹਿਣਾ ਜਰ ਹੋ ਗਿਆ ਐਬਸ ਮਾਰ ਰਿਹਾ ਕੋਈ ਵਰਕਆਊਟ ਕਰ ਰਿਹਾ ਡਾਈਟ ਵੀ ਆ ਉਹ ਬੰਦੇ ਕੀ ਇਸ਼ਾਰਾ ਕਰਦੇ ਆ ਵੀ ਭਰ ਲਾ ਕੋੜਿਆ ਪਾੜ ਲਾ ਯਾਰ ਬਾਈ ਦੇਖ ਪੂੜੇ ਪਾੜ ਕੇ ਜ਼ਰੂਰ ਤੁਸੀਂ ਬਹੁਤ ਅੱਗੇ ਚਲੇ ਜਾਓਗੇ ਜਲਦੀ ਚਲੇ ਜਾਓਗੇ ਪਰ ਫਿਰ ਮੇਰੇ ਕੋਲ ਬਹਿ ਕੇ ਦੇਖਿਓ ਵੀ 4-5 ਬੰਦੇ ਵੀ ਕਿਹੜੀ ਕੰਡੀਸ਼ਨ 'ਚ ਬੇਕਾਰ ਕਰੀ ਫਿਰਦੇ ਨੇ ਅੱਜ ਸਰੀਰ ਨੂੰ ਬਾਅਦ 'ਚ ਉਹ ਚੀਜ਼ਾਂ ਦੇ ਸਾਈਡ ਇਫੈਕਟ ਹੋ ਜਾਂਦੇ ਨੇ ਪਰ ਜਦੋਂ ਤੁਹਾਡਾ ਕਿੱਤਾ ਬੋਡੀ ਬਿਲਡਰ ਆ ਜਾਂ ਤੁਸੀਂ ਬੋਡੀ ਬਿਲਡਿੰਗ ਕਰਨੀ ਆ ਬਾਈ ਉਹ ਗੇਮ ਇਹਦੀ ਆ ਜਾਂ ਤੁਸੀਂ ਮੰਨ ਲਓ ਕੋਈ ਨੈਸ਼ਨਲ 'ਚ ਜਾਓ ਜੋ ਵੀ ਤੁਸੀਂ ਕਰਦੇ ਹੋ ਉਹ ਬੰਦੇ ਲਈ ਤਾਂ ਬਾਈ ਉਹ ਚੰਗੀ ਆ ਚੀਜ਼ ਹੁਣ ਇੱਕ ਯਾਰ ਤੈਂ ਕਹਿੰਦਾ ਵੀ ਮੈਂ 6 kg ਵਜਨ ਤੋੜਨਾ ਹੁਣ ਮੰਨ ਲਾ ਤੇਰੀ ਫੈਟ ਲੋਸ ਨਹੀਂ ਹੋ ਰਹੀ ਤੇਰੀ ਗਲਤੀ ਕਿੱਥੇ ਆ ਵੀਰੇ ਤੂੰ ਕੈਲਰੀ ਦੱਬ ਕੇ ਲੈ ਰਿਹਾ ਲੋਸ ਹੁੰਦੀ ਆ ਸਭ ਕੁਛ ਹੋ ਜਾਂਦਾ ਪਰ ਉਹਨੇ ਤੈਨੂੰ ਕੈਲਰੀ ਨਹੀਂ ਸੈੱਟ ਕਰਨੀ ਸਮਾਨ ਧਰਤਾ ਫਿਰ ਤੈਨੂੰ ਨੁਕਸਾਨ ਹੁਣ ਤੈਂ ਤਾਂ ਯਾਰ 6 kg ਫੈਟ ਲੋਸ ਕਰਨੀ ਆ ਤੈਨੂੰ ਸਮਾਨ ਲਾਉਣ ਦੀ ਲੋੜ ਨਹੀਂ ਬਹੁਤ ਸਪਲੀਮੈਂਟ ਆਉਂਦਾ ਬਰੂਦ ਆਉਂਦੇ ਨੇ ਜਿਹੜੇ ਬਾਈ ਨੂੰ ਮੈਂ ਕਹਿ ਕੇ ਗਿਫਟ ਦਿੱਤਾ ਸੀ 7 ਦਿਨ ਪਹਿਲਾਂ ਅੱਜ ਉਹ ਬਾਈ ਨੇ ਆਪਣੀ ਵੀਡੀਓ ਭੇਜਤੀ ਆਈ ਹੁਣ ਪ੍ਰੈਕਟੀਕਲੀ ਆਪਾਂ ਤੁਹਾਡੇ ਨਾਲ ਕਰਾਂਗੇ ਤੁਸੀਂ ਮੈਨੂੰ ਆਪਣਾ ਗੋਲ ਦੱਸ ਦਿਓ ਛੋਟਾ ਜਿਹਾ ਪਿਆਰ ਦੂੰਗਾ ਬਾਈ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਸਪਲੀਮੈਂਟ ਨਾਲ ਹਰ ਮੁਕਾਮ ਜਿੱਤਿਆ ਜਾ ਸਕਦਾ ਪਰ ਬੋਡੀ ਬਿਲਡਿੰਗ ਸਪਲੀਮੈਂਟ ਨਾਲ ਕਦੇ ਹੋ ਨਹੀਂ ਸਕਦੀ ਜਿਨ੍ਹਾਂ ਨੇ ਆਪਣਾ ਵਜ਼ਨ ਗੇਨ ਕਰਨਾ ਮਸਲ ਗੇਨਿੰਗ ਕਰਨੀ ਆ ਫੈਟ ਲੋਸ ਕਰਨੀ ਆ ਪਿੰਡ ਦੇ ਵਿੱਚ ਚਰਚੇ ਕਰਾਉਣੇ ਨੇ ਵੀ ਗੱਭਰੂ ਦਾ ਡੌਲਾ ਉਹਨਾਂ ਦੇ ਮੁੰਡੇ ਦਾ 17 inch ਦਾ ਜਾਂ 16 inch ਦਾ ਬਿਲਕੁਲ ਜੋੜੋ ਪਰ ਗੇਮ ਲਈ ਵੀਰੇ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਵੀ ਬਾਈ ਮੈਂ ਤਾਂ ਰਾਤ ਖਾਣਾ ਵੀ ਬਾਈ ਆਪਣੇ ਕੋਲ ਸਟੀਰੋਇਡ ਨਹੀਂ ਮਿਲਦਾ ਉਹ ਅਸੀਂ ਕਰ ਦਿੰਦੇ ਹੁਣ ਕਬੱਡੀ ਵਾਲੇ ਪਾਇਆ ਜੱਟ ਦਾ ਹੋਵੇ ਪੂਰਾ ਤੁਸੀਂ ਕਹਿੰਦੇ ਕਬੱਡੀ ਵਾਲੇ ਆਉਂਦੇ ਨੇ ਬਾਈ ਬਹੁਤ ਮੁੰਡਾ ਆਉਣ ਲੱਗ ਗਿਆ ਪਹਿਲਾਂ ਉਹ ਬੰਦਾ ਕਹਿੰਦਾ ਯਾਰ ਬਾਈ ਅਸੀਂ ਸਭ ਕੁਝ ਟਰਾਈ ਕਰਕੇ ਦੇਖਿਆ ਵੀ ਹੁਣ ਅਸੀਂ ਸਪਲੀਮੈਂਟ ਸ਼ੁਰੂ ਕਰ ਲਿਆ ਸਵਾਦ ਆ ਜਾਂਦਾ ਵੀ ਹੁਣ ਸਾਨੂੰ ਨੁਕਸਾਨ ਵੀ ਨਹੀਂ ਮਿਲਦਾ ਸਾਡੇ ਗੋਡੇ ਦੁਖਣੋਂ ਵੀ ਹਟ ਗਏ ਸਾਡਾ ਮੋਢਾ ਵੀ ਦਰਦ ਕਰਨੋਂ ਹਟ ਗਿਆ ਅਤੇ ਮਤਲਬ ਜਾਨ ਦੇ ਵਿੱਚ ਹੁਣ ਜਾਨ ਬੋਲਦੀ ਆ ਕਿਉਂਕਿ ਹੁਣ ਕਬੱਡੀ ਵਾਲਿਆਂ ਨੂੰ ਬਾਈ ਮਲਟੀ ਵਿਟਾਮਿਨ ਅਤੇ ਓਮੇਗਾ 3 ਦੀ ਬਹੁਤ ਜ਼ਰੂਰਤ ਹੁੰਦੀ ਆ ਉਹ ਕਈ ਬੰਦਿਆਂ ਨੂੰ ਉਹ ਚੀਜ਼ ਦਾ ਪਤਾ ਵੀ ਨਹੀਂ ਕਬੱਡੀ ਵਾਲਿਆਂ ਨੇ ਆ ਕੇ ਇੱਕੋ ਗੱਲ ਕਰਨੀ ਆ ਬਾਈਆਂ ਨੇ ਵੀ ਬਾਈ ਪਾਵਰ ਚਾਹੀਦੀ ਆ ਪਾਵਰ ਚਾਹੀਦੀ ਆ ਪਾਵਰ ਚਾਹੀਦੀ ਆ ਪਾਵਰ ਉਹ ਤਾਂ ਕਹਿੰਦੇ ਨੇ ਬਾਈ ਉਹਨਾਂ ਦੀ ਗੇਮ ਆ ਸਮਝਦਾ ਨਾ ਮੇਰੇ ਗੱਲ ਹੁਣ ਜੇ ਉਹਨਾਂ ਕੋਲ ਪਾਵਰ ਨਹੀਂ ਹੋਊ ਤਾਂ ਉਹਨਾਂ ਤੋਂ ਗੇਮ ਨਹੀਂ ਕਰ ਹੋਣੀ ਹੁਣ ਉਹ ਪਾਵਰ ਦੇ ਚੱਕਰ ਦੇ ਵਿੱਚ ਜੋ ਆਉਂਦਾ ਚੱਕ ਲੈਂਦੇ ਨੇ
ਜੇ ਮੈਂ ਕਹਿੰਦਾ ਵੀ ਬਾਈ ਤੂੰ 15,000 ਦਾ ਆਹ ਲੈ ਲਾ ਉਹ ਲੈ ਲਾ, ਹੁਣ ਮੇਰੇ ਕੋਲ ਜਿੰਨੇ ਪਾਵਰ ਆ, ਹੁਣ ਮੈਂ ਆਪਾਂ ਵੀਡੀਓ ਕਰਨੀ ਆ ਪਾਵਰ ਲਈ, ਵੀ ਮਿੱਤਰੋ ਪਾਵਰ ਪੈਂਦੀ ਹੁੰਦੀ ਆ ਵਰਕਆਊਟ ਨਾਲ। ਹਫ਼ਤੇ ਦੇ ਵਿੱਚ 2 ਦਿਨ ਤੁਹਾਨੂੰ ਜਿੰਮ ਜੁਆਇਨ ਕਰਨਾ ਪੈਣਾ, ਉਹਦੇ ਵਿੱਚ ਪਾਵਰ ਦਾ ਵਰਕਆਊਟ ਹੁੰਦਾ। ਆਪਾਂ ਜਲਦੀ ਸ਼ੇਅਰ ਕਰਾਂਗੇ, 2-3 ਮਹੀਨੇ ਜਦ ਆਪਾਂ ਮਾਰਦੇ ਹਾਂ ਨਾ ਇੱਥੋਂ 1-20 ਦਾ ਰੱਖ ਉੱਤੇ ਨੂੰ, ਹੁਣ ਜਦ 1-20 ਜਾਂ 1-30 ਦਾ ਤੂੰ ਬਰੋਲਾ ਬਣਾ ਨਾ 60-70 ਕਿਲੋ ਦੇ ਬੰਦੇ ਨੂੰ ਤਾਂ ਕੰਧ 'ਚ ਹੀ ਕੱਢ ਦੂ। ਇਹ ਵਰਕਆਊਟ ਨਾਲ ਪਾਵਰ ਪੈਂਦੀ ਹੁੰਦੀ ਆ, ਨਾ ਪਾਵਰ ਕਿਸੇ ਸਪਲੀਮੈਂਟ ਨੇ ਨਾ ਕਿਸੇ ਸਮਾਨੇ ਨੇ ਪਾਉਣੀ ਆ, ਫਿਰ ਉਹ ਜਲ ਹੀ ਉਹ ਸਪਲੀਮੈਂਟ ਰਿਕਵਰੀ ਕਰ ਸਕਦਾ, ਤੇਰੇ ਹਾਰਟ ਨੂੰ ਕੈੜਾ ਕਰ ਸਕਦਾ ਵੀਰੇ, ਅੱਖਾਂ ਨੂੰ ਕੈੜਾ ਕਰ ਸਕਦਾ, ਗੋਡੇ ਸੈੱਟ ਕਰ ਸਕਦਾ, ਤੇਰੇ 'ਚ ਸਟੈਮੀਨਾ ਵਧਾ ਸਕਦਾ, ਸਟਰੈਂਥ ਪਾ ਸਕਦਾ। ਪਰ ਜਿਹੜੀ ਬੰਦਾ ਸਿੱਟਣ ਵਾਲੀ ਪਾਵਰ ਆ ਉਹ ਮਿਹਨਤ ਨਾਲੇ ਪੈਣੀ ਆ। ਜ਼ਿਆਦਾਤਰ ਮੁੰਡੇ ਆਉਂਦੇ ਨੇ ਬਾਈ, ਉਹਨਾਂ ਨੂੰ ਡੈੱਡ ਲਿਫਟ ਦਾ ਨਹੀਂ ਪਤਾ, ਹੈਵੀ ਟ੍ਰੇਨਿੰਗ ਦਾ ਨਹੀਂ ਪਤਾ, ਮੰਨ ਲਾ ਕਬੱਡੀ ਵਾਲੇ 7 ਦੇ 7 ਦਿਨ ਜਿੰਮ ਲਈ ਜਾਂਦੇ ਨੇ। ਜਿੰਨੀ ਕੁ ਨੌਲੇਜ ਹੈਗੀ ਆ ਆਪਾਂ ਉਨੀ ਕੁ ਵੀਰੇ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅਤੇ ਜਲਦੀ ਉਹ ਕਰਾਂਗੇ ਆਪਾਂ, ਠੀਕ ਆ। ਕਿਹੜਾ ਤੁਸੀਂ ਵੀ ਸੋਚਦੇ ਹੋਗੇ ਕਿ ਲੋਕੇਸ਼ਨਾਂ ਕਿਉਂ ਬਦਲੀ ਜਾਂਦਾ, ਉੱਥੇ ਕਸਟਮਰਾਂ ਨੂੰ ਪ੍ਰੋਬਲਮ ਹੁੰਦੀ ਸੀਗੀ, ਬਹੁਤ ਕਸਟਮਰ ਨੇ, ਠੀਕ ਹੈ, ਚੌਂਕੀ ਭਰਨੀ ਪੈਂਦੀ ਆ ਬਾਈ ਦੇ ਕੋਲ ਜੇ ਕਿਸੇ ਨੇ ਵਧੀਆ ਅਤੇ ਸਸਤਾ ਸਪਲੀਮੈਂਟ ਲੈਣਾ, ਠੀਕ ਆ। ਅਜੋ ਆਪਾਂ ਨਾ ਲੀਵਰ 'ਤੇ ਗੱਲ ਕਰਦੇ ਹਾਂ, ਜਿਹੜੇ ਆਪਣੇ ਮੇਨ 2-3 ਪੁਆਇੰਟ ਹੈਗੇ ਨੇ, ਪਹਿਲਾਂ ਲੀਵਰ 'ਤੇ ਗੱਲ ਕਰਦੇ ਵੀਰੇ, ਲੀਵਰ ਦੀ ਪ੍ਰੋਬਲਮ ਬਹੁਤ ਆਉਂਦੀ ਅੱਜ ਕੱਲ੍ਹ ਬੰਦਿਆਂ ਨੂੰ, ਉਹਦੇ ਬਾਰੇ ਕੀ ਹੱਲ? ਹੁਣ ਲੀਵਰ ਦੀ ਪ੍ਰੋਬਲਮ ਤਾਂ ਜਿਹੜਾ ਬੰਦਾ ਬਾਈ ਜਿੰਮ ਲਾਉਂਦਾ ਨਹੀਂ ਲਾਉਂਦਾ, ਕੁੜੀਆਂ ਨੇ ਮੁੰਡੇ ਨੇ ਉਹਨਾਂ ਨੂੰ ਐਵੇਂ ਹੁੰਦਾ ਵੀ ਖਾ ਲਿਆ ਨਾਲ ਦੀ ਨਾਲ ਟੋਇਲਟ ਜਾਣਾ ਪੈਂਦਾ ਜਾਂ ਤੇਜ਼ਾਬ ਜਿਹਾ ਬਣਿਆ ਰਹਿੰਦਾ ਹੈ ਨਾ, ਅਤੇ 100% ਦੇ ਵਿੱਚੋਂ 40-50% ਬੰਦੇ ਤਾਂ ਐਵੇਂ ਦੇ ਹੀ ਨੇ ਬਾਈ ਜਿਹੜੇ ਆਪਾਂ ਲੀਵਰ ਦਾ ਹੀ ਸਮਾਨ ਭੇਜਦੇ ਹਾਂ ਨਾ ਉਹਨਾਂ ਨੂੰ, ਅਤੇ ਲੀਵਰ 100% ਠੀਕ ਹੋ ਵੀ ਜਾਂਦਾ ਬਾਈ। ਜਿਹੜੇ ਬੰਦੇ ਕਹਿੰਦੇ ਬਾਈ ਅਸੀਂ ਦਵਾਈਆਂ ਖਾ ਕੇ ਦੇਖ ਲਈ, ਆਹ ਕਰਕੇ ਦੇਖ ਲਿਆ, ਅਤੇ 100% ਲੀਵਰ ਠੀਕ ਹੋ ਜੂਗਾ, ਅਤੇ ਆ ਬੰਦੇ ਗੱਲ ਪਸੰਦ ਬਹੁਤ ਕਰਨਗੇ ਲੀਵਰ ਵਾਲੀ। ਅਤੇ ਲੀਵਰ ਦੇ ਲਈ ਤਾਂ ਬਾਈ ਇਹ ਹੁੰਦਾ ਵੀ ਤੁਸੀਂ ਇੱਕ ਤਾਂ ਪਹਿਲਾਂ ਦਿਨ ਦੇ ਵਿੱਚ ਆਪਣੀ ਡਾਇਟ ਦੇ ਵਿੱਚ ਜਿਹੜਾ ਬਾਹਰਲਾ ਖਾਣਾ ਪੀਣਾ ਖਾਂਦੇ ਹੋ ਇਹਨੂੰ ਬੰਦ ਕਰ ਦਿਉ, ਬਰਗਰ ਖਾ ਲਏ, ਉਹ ਖਾ ਲਏ, ਆਪਾਂ ਵਾਰ ਵਾਰ ਕਹਿੰਦੇ ਹਾਂ ਵੀ ਇਹ ਜਮ੍ਹਾਂ ਨਾ ਬੰਦ ਕਰੋ, 10-15 ਦਿਨ ਬਾਅਦ ਖਾ ਲਿਆ ਕਰੋ, ਪਰ ਜਿਹੜੇ ਰੋਜ਼ ਹੀ ਸ਼ੌਕੀਨ ਨੇ ਆਉਂਦੇ ਜਾਂਦੇ ਇੱਕ ਚੀਜ਼ ਖਾਣ ਦੇ, ਇਹਨੂੰ ਬੰਦ ਕਰੋ। ਦੂਸਰੇ ਨੰਬਰ 'ਤੇ ਚਿਕੰਦਰ ਐਡ ਕਰ ਦਿਉ। ਹੁਣ ਚਿਕੰਦਰ ਐਵੇਂ ਦੀ ਚੀਜ਼ ਆ ਬਾਈ ਜਿਹੜੀ ਸੈਲਡ ਦੇ ਵਿੱਚ ਐਡ ਹੋ ਜਾਂਦੀ, ਰੋਟੀ ਦੇ ਨਾਲ ਖਾਣ 'ਚ ਵੀ ਵਧੀਆ ਲੱਗਦੀ ਆ, ਮੈਨੂੰ ਲੱਗਦਾ 30-40 ਰੁਪਏ ਦੀ ਕਾ 5-4 ਦਿਨ 6 ਦਿਨ ਮੁੱਕਦੀ ਨਹੀਂ ਇੱਕ ਬੰਦੇ ਤੋਂ 30-40 ਰੁਪਏ ਚਿਕੰਦਰ ਹੋ ਗਈ। ਅਤੇ ਨਾਲ ਇਹ ਨਹੀਂ ਵੀ ਹਫ਼ਤੇ 'ਚ 2 ਵਾਰ ਚਿਕੰਦਰ ਖਾ ਲਈ, ਰੋਜ਼ ਖਾਣੀ ਆ। 10 ਰੁਪਏ ਦਾ ਪਾਈਨਐਪਲ ਡੇਲੀ ਵੀਰੇ ਆਪਣਾ ਡਾਇਟ ਦੇ ਵਿੱਚ ਐਡ ਕਰ ਲਓ, ਅਤੇ ਜਦੋਂ ਵੀ 2 ਵਾਰ ਖਾਣਾ 3 ਵਾਰ ਖਾਣਾ, ਜਦੋਂ ਵੀ ਰੋਟੀ ਖਾਣੀ ਆ ਨਾਲ ਉਹਦੇ ਸੈਲਡ ਐਡ ਕਰ ਲਓ, ਠੀਕ ਆ ਬਾਈ। ਅਤੇ 4th ਨੰਬਰ 'ਤੇ ਸਭ ਤੋਂ ਬੜੀ ਗੱਲ ਆ ਵੀ ਜਿਵੇਂ ਹੁਣ ਹਫ਼ਤੇ ਦੇ ਵਿੱਚ 2 ਦਿਨ ਐਵੇਂ ਰੱਖ ਲਓ, ਜਿਹੜੇ ਲੀਵਰ ਦੀ ਪ੍ਰੋਬਲਮ ਵਾਲੇ ਨੇ ਵੀ ਸਵੇਰੇ 7 ਵਜੇ ਖਾ ਲਿਆ, ਸ਼ਾਮ ਨੂੰ 7 ਵਜੇ ਖਾਓ, 12 ਘੰਟੇ ਖਾਲੀ ਛੱਡ ਦਿਉ ਲੀਵਰ ਨੂੰ, ਵੀ ਜਿੰਨਾ ਵੀ ਅੰਦਰਲਾ ਗੰਦ ਮੰਦ ਆ ਸਾਰਾ ਆਊਟ ਹੋਣ ਦਿਉ। ਪਾਣੀ ਪੀ ਲਓ ਦਿਨ ਦੇ ਵਿੱਚ, ਕੋਈ ਚੱਕਰ ਨਹੀਂ, ਕੌਫੀ ਕੂਫੀ ਪੀ ਲਓ, ਬਲੈਕ ਕੌਫੀ ਪੀ ਲਈ ਜਾਂ ਮਾੜਾ ਮੋਟਾ ਜਿਹੜਾ ਐਪਲ ਵਿਗਰ ਜਿਹਾ ਹੁੰਦਾ ਕੀ ਹੁੰਦਾ, ਮੈਂ ਤਾਂ ਕਦੇ ਚੱਲ ਉਹ ਚੀਜ਼ ਨੂੰ ਆਪਾਂ ਸੇਲ ਨਹੀਂ ਕਰਿਆ, ਪਰ ਉਹਨੂੰ ਯੂਜ਼ ਕਰ ਸਕਦੇ ਹੋ। ਵੀ ਕਹਿਣ ਦਾ ਮਤਲਬ 8-10-12 ਘੰਟੇ ਜਿੰਨੀ ਤੁਹਾਡੇ 'ਚ ਤੜ ਆ ਭੁੱਖੇ ਰਹਿਣਾ ਸ਼ੁਰੂ ਕਰ ਦਿਉ, ਉਹਦੇ ਨਾਲ ਕੀ ਆ ਬਾਈ ਜਿਹੜੇ ਲੀਵਰ ਦੀ ਥੋੜ੍ਹੀ ਸ਼ਕਤੀ ਸਟਰੋਂਗ ਹੋ ਜਾਂਦੀ ਆ। ਨੰਬਰ 5, 1 ਲੀਵਰ ਡਿਟੌਕਸ ਮੰਗਾ ਲਓ, 900 ਰੁਪਏ ਦੀ ਆਉਂਦੀ ਆ, ਅਤੇ ਐਂ ਲਾ ਲਾ ਭਰਾ ਵੀ ਹਫ਼ਤੇ 10 ਦਿਨ ਦੇ ਵਿੱਚ ਜੈੱਕ ਲਾ ਦਿੰਦੀ ਆ। ਅਤੇ ਹੁਣ ਇੰਨਾ ਕੁ ਆਪਾਂ ਕਰ ਹੀ ਸਕਦੇ ਹਾਂ ਜਿੰਨਾ ਕੁ ਮੈਂ ਦੱਸਿਆ, ਜੇ ਦਵਾਈਆਂ ਵੀ ਤਾਂ 8-8 ਗੋਲੀਆਂ 10-10 ਗੋਲੀਆਂ ਖਾ ਲੈਂਦੇ, ਜੇ ਇੰਨਾ ਕੁ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰ ਲਉਂਗੇ ਤਾਂ ਤੁਹਾਨੂੰ ਕਦੇ ਬਾਈ ਲੀਵਰ ਪ੍ਰੋਬਲਮ ਆ ਨਹੀਂ ਸਕਦੀ। ਅਤੇ ਬਾਈ ਫਾਸਟਿੰਗ ਕਿੰਨਾ ਕੁ ਮੈਟਰ ਕਰਦੀ ਹੈ ਇਹ ਚੀਜ਼ ਲਈ? ਫਾਸਟਿੰਗ ਜੇ ਆਪਾਂ ਕਹੀਏ ਬਾਈ, ਜੇ ਹਫ਼ਤੇ ਦੇ ਵਿੱਚ 1-2 ਦਿਨ ਕਰਦੇ ਹਾਂ ਤਾਂ ਚੰਗੀ ਗੱਲ ਵੀ ਹੈਗੀ ਆ, ਅਤੇ ਕਈ ਵੈਸੀ ਬਿਨਾਂ ਮਤਲਬ ਦੀ ਕਰੀ ਜਾਣਾ ਰੋਜ਼ ਹੀ, ਉਹ ਚੀਜ਼ ਗਲਤ ਵੀ ਆ ਵੀ ਬਾਈ ਮੈਂ ਫੈਟ ਲੋਸ ਦੇ ਵਿੱਚ ਰੋਜ਼ ਹੀ ਭੁੱਖਾ ਮਰਦਾ। ਠੀਕ ਆ ਯਾਰ, ਤੂੰ ਰੋਜ਼ ਭੁੱਖਾ ਮਰ ਲੇਗਾ, 1.5 ਮਹੀਨਾ ਮਰ ਲੇਗਾ ਭੁੱਖਾ, 2 ਮਹੀਨੇ ਭੁੱਖਾ ਮਰ ਲੇਗਾ ਪੁੱਤ, 2 ਮਹੀਨੇ ਬਾਅਦ ਤੈਂ ਅੱਕ ਜਾਣਾ, ਉਹ ਤੋਂ ਬਾਅਦ ਜਾਂ ਤੈਂ ਸਰੀਰ ਨੂੰ ਦੇਣੀ ਆ ਰੋਟੀ, ਇੱਕ ਤਾਂ ਹੁਣ ਭੁੱਖਾ ਲੀਵਰ ਆ, ਇੱਕ ਜਦ ਉਹਨੂੰ ਰੋਟੀ ਮਿਲਣੀ ਉਹਨੇ ਦੁੱਗਣੀ ਫੈਟ ਵਧਾਉਣੀ ਆ। ਹੁਣ ਜਿਵੇਂ ਇੱਕ ਬੰਦਾ ਕੋਈ ਡਰਿੰਕ ਕਰਦਾ ਹੁੰਦਾ, ਜਿਹੜਾ ਤਾਂ ਬੰਦਾ ਡੇਲੀ ਕਰਦਾ ਹੁੰਦਾ, ਕੋਈ ਫਰਕ ਨਹੀਂ ਹੁੰਦਾ, ਉਹ ਬੋਤਲ ਪੀ ਜਾਂਦਾ, ਜਿਹਨੇ ਕਦੇ ਕਦੇ ਪੀਣੀ ਉਹਨੂੰ 1 ਪੈੱਗ ਵੀ ਚੜ ਜਾਂਦਾ। ਐਵੇਂ ਆ ਹੁਣ ਤੂੰ ਕਦੇ ਰੋਟੀ ਖਾਣੀ ਹੋਈ ਨਹੀਂ 2 ਮਹੀਨੇ, ਉਹ ਤੋਂ ਜਦ ਬਾਅਦ ਬਈ ਤੈਨੂੰ ਆਪਣੇ ਸਰੀਰ ਨੂੰ ਖੁਰਾਕ ਦੇਣੀ ਆ, ਉਹ ਤੋਂ ਬਾਅਦ ਉਹਨੇ ਬੁੱਕਣਾ ਪੂਰਾ, ਉਹਨੇ ਕਹਿਣਾ ਆ ਜਾ ਪੁੱਤ ਮਾਸਾਂ ਦਿੱਤੀ ਆ ਰੋਟੀ, ਫਿਰ ਫੈਟ ਵਧਣੀ ਆ ਹੋਰ। ਉਹਦੇ ਨਾਲ ਉਹ ਕੀ ਆ, ਡਾਇਟ ਆਪਣੀ ਰੱਖੋ, ਜੇ ਆਪਣਾ ਫੈਟ ਲੋ ਮਤਲਬ ਫੈਟ ਲੋਸ ਕਰਦੇ ਹੋ ਤੁਸੀਂ, ਮਤਲਬ ਵਰਤ ਜਾਂ ਰੱਖਣਾ ਤਾਂ ਹਫ਼ਤੇ 'ਚ 1 ਦਿਨ ਰੱਖ ਲਓ, ਕੋਈ ਚੱਕਰ ਨਹੀਂ, ਪਰ 7-7 ਦਿਨ ਸਹੀ ਨਹੀਂ, ਸਹੀ ਤਾਂ ਨਹੀਂ ਬਾਈ ਆਪਾਂ ਲੰਬਾ ਟਾਈਮ ਉਹ ਚੀਜ਼ ਨੂੰ ਨਹੀਂ ਅਸੈਪਟ ਕਰ ਸਕਦੇ ਪੰਜਾਬੀ ਬੰਦੇ ਆ। ਅਤੇ ਵੀਰੇ ਆਪਣਾ ਇੱਕ ਹੋਰ ਆ ਹੈ ਨਾ, ਆਪਣੇ ਖਾਸ ਕਰ 'ਚ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਹੋ ਗਈ, ਬੈਕ ਪੇਨ ਬਹੁਤ ਹੁੰਦੀ ਆ, ਕਿਸੇ ਦਾ ਰੀੜ੍ਹ ਦਾ ਹੱਡੀ ਦਾ ਮਣਕਾ ਦੁੱਖ ਗਿਆ,
ਕਈ ਕਹਿੰਦੇ ਮੇਰੀ ਨਾੜ ਦੱਬ ਗਈ, ਕਈ ਕਹਿੰਦਾ ਮਸਲ ਡੈਮੇਜ ਹੋ ਗਿਆ, ਕਈ ਕੁਛ, ਜਾਣੀ ਕਿ 100 ਤਰ੍ਹਾਂ ਦੇ ਮਿੱਥ ਨੇ। ਠੀਕ ਆ, ਇਹ ਗੱਲ 'ਚ ਐਂ ਕਹਿ ਲਓ ਕਿ ਡਾਕਟਰ ਕਹੀ ਜਾਂਦੇ ਤੁਸੀਂ ਪਲੇਟਾਂ ਪੈਣਗੀਆਂ ਜੀ, ਤੁਹਾਡੇ ਅਨਾਟ ਹੋਊਗਾ, ਸਰਜਰੀ ਹੋਊਗੀ। ਮੇਰੇ ਕੋਲ ਮੁੰਡਾ ਆਇਆ ਸੀਗਾ, ਹੁਣ ਉਹਨੇ ਸਰਜਰੀ ਕਰਾ ਲਈ। ਮੈਂ ਕਿਉਂ ਸਰਜਰੀ ਕਰਾਈ? ਕਹਿੰਦਾ ਮੇਰੇ ਬੈਕ ਪੇਨ ਹੋਈ ਜਾਂਦੇ। ਮੈਂ ਯਾਰ ਭਰਾ, ਸਟੈਚਿੰਗ ਦੇ ਨਾਲ ਠੀਕ ਹੋ ਜਾਂਦੀ ਆ ਬਾਈ। 2015 ਦੇ ਲਾਸਟ ਦੇ ਵਿੱਚ ਮੇਰੇ ਨਾ ਇੰਜਰੀ ਆ ਗਈ ਸੀਗੀ ਬੈਕ ਦਾ, ਮਤਲਬ ਡੰਬਲ, ਬੈਕ ਡੰਬਲ ਲਾਉਣ ਲੱਗਿਆ ਸੀਗਾ ਅਤੇ ਥੋੜ੍ਹਾ ਜਿਹਾ ਦਰਦ ਉੱਠ ਖੜਿਆ ਉਸ ਤੋਂ। ਮਤਲਬ ਹੁਣ ਇੱਕ ਅਣਜਾਣ ਬੰਦੇ ਨੂੰ ਸਮਝ ਨਹੀਂ ਹੁੰਦੀ, ਅਲਜਦਾ 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 ਬਾਈ, ਦੋ ਮਤਲਬ ਦੋ L1 L3 ਦੇ ਵਿੱਚ ਕੁਛ ਐਵੇਂ ਮਤਲਬ ਨਸ ਦੱਬ ਗਈ ਸੀਗੀ, ਅਤੇ 16 ਦੇ ਵਿੱਚ ਜਾ ਕੇ ਨਾ ਬਾਈ ਮੇਰੀ ਖੱਬੀ ਲੱਤ 2.5 ਇੰਚ ਸੁੱਕ ਗਈ ਸੀ ਸੱਜੀ ਨਾਲੋਂ, ਇੰਨੀ ਮੇਰੇ ਇੰਜਰੀ ਆ ਗਈ ਸੀ ਬੈਕ। ਮਤਲਬ ਮੇਰਾ ਐਂ ਜੀ ਕਰਦਾ ਹੁੰਦਾ ਮੈਂ ਗਲ ਫੜਾ ਹਾਂ ਲੈ ਲਾਂ, ਦਰਦ ਕੰਟਰੋਲ ਨਹੀਂ ਸੀ ਹੁੰਦਾ। ਮੈਂ ਵੀ ਸੋਚਿਆ ਮੈਂ ਯਾਰ ਆਪਰੇਸ਼ਨ ਕਰਾ ਲੈਂਦੇ ਹਾਂ। ਉਹ ਤੋਂ ਬਾਅਦ ਮਤਲਬ ਇੱਕ ਬੰਦਾ ਰੱਬ ਬਣ ਕੇ ਮਿਲਿਆ ਮੈਨੂੰ, ਫਿਜ਼ੀਓਥੈਰੇਪੀ ਵਾਲਾ, 1.5-2 ਸਾਲ ਦਾ ਆਪਣਾ ਇਸ ਲੈਨ ਦੇ ਵਿੱਚ ਐਕਸਪੀਰੀਅੰਸ ਆ, ਧੱਕੇ ਖਾਧੇ ਹੋਏ ਨੇ। ਉਹ ਬੰਦੇ ਨੇ ਮੈਨੂੰ ਇੱਕੋ ਗੱਲ ਸਮਝਾਈ, ਬਾਈ ਜੇ ਬੈਕ ਪੇਨ ਸੈੱਟ ਕਰਨੀ ਆ ਪਹਿਲਾਂ ਤਾਂ ਗੱਦਾ ਛੱਡ ਦੇ, ਗੱਦੇ 'ਤੇ ਬੈਕ ਪੇਨ ਵਾਲੇ ਉਹ ਸੌਣਾ ਛੱਡ ਦਿਉ, ਅਤੇ ਦੂਜੇ ਨੰਬਰ 'ਤੇ ਜਿਹੜਾ ਐਂ ਜੇ ਬਹਿ ਜਾਂਦੇ ਆਪਾਂ ਸਾਰੇ ਜਾਣੇ, ਇਹਨੂੰ ਐਵੇਂ ਬਹਿਣਾ, ਨਾ ਗੱਦੇ 'ਤੇ ਬਹਿਣਾ, ਹਾਰਡ ਜੀ 'ਤੇ ਬਹਿਣਾ, ਹਾਰਡ 'ਤੇ ਹੀ ਪੈਣਾ, 6 ਮਹੀਨੇ ਪਰਹੇਜ਼ ਕਰ ਲਓ। ਅਤੇ ਪਲੱਸ ਆਪਾਂ ਕਰਨੀਆਂ ਨੇ ਸਟੈਚਿੰਗ, ਅੱਗੇ ਜਾ ਕੇ ਆਪਾਂ ਉਹ ਵੀਡੀਓ ਕਰ ਦਾਂਗੇ ਸਟੈਚਿੰਗ, ਜਿਹੜਾ ਵੀ ਤੁਹਾਡੇ ਏਰੀਏ ਦੇ ਵਿੱਚ ਫਿਜ਼ੀਓਥੈਰੇਪੀ ਵਾਲਾ ਉਹ ਤੋਂ ਥੈਰੇਪੀ ਕਰਾਓ, ਨਾਲ ਪਲੱਸ ZMA ਮਲਟੀ ਵਿਟਾਮਿਨ ਓਮੇਗਾ 3 ਕੈਲਸ਼ੀਅਮ, ਅਤੇ ਜਾਂ ਆਪਣਾ ਕਿਸੇ ਵੀ ਡਾਕਟਰ ਤੋਂ ਲੈ ਲਓ ਜਾਂ ਆਪਣੇ ਤੋਂ ਮੰਗਾ ਲਓ, ਉਹ ਨਾਲ ਚੱਲੂਗੀ ਜਿੰਨਾ ਮਰਜ਼ੀ ਤੁਹਾਡੇ ਦਰਦ ਦਾ। ਚੋ ਕੋਈ ਸਰਜਰੀ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਜਿਹੜੀ ਚੀਜ਼ ਨੂੰ ਤੁਸੀਂ ਆਹ ਚੀਜ਼, ਹੁਣ ਇੱਥੇ ਤੁਹਾਡੀ ਆ ਜੈਲੀ ਆ, ਜਾ ਕੇ ਨਾੜ ਨੂੰ ਜਦ ਦੱਬਦੀ ਆ ਨਾ ਤੁਹਾਡੇ ਦਰਦ ਹੁੰਦਾ, ਜਦ ਇਹ ਜੈਲੀ ਆਪਣੀ ਜਗ੍ਹਾ ਆਜੂ, ਸਟਿਚ ਕਰ ਕਰਕੇ ਨੇ ਆਪਣੀ ਜਗ੍ਹਾ ਕਵਰ ਕਰ ਲਈ, ਉਹ ਆਪਣੀ ਜਗ੍ਹਾ ਦਰਦ ਖਤਮ, ਜਦੋਂ ਵੀਕਨੈਸ ਉਹ ਵਿਟਾਮਿਨ ਓਮੇਗਾ 3 ਨੇ ਉਹਨੂੰ ਸਟਰੋਂਗ ਕਰ ਦੇਣਾ। ਇੰਨੀ ਕੁ ਗੇਮ ਹੁੰਦੀ ਆ, ਇਹਦੇ ਪਿੱਛੇ ਚੱਕ ਕੇ ਆਪਾਂ ਆਪਰੇਸ਼ਨ ਕਰਾ ਲੈਂਦੇ ਹਾਂ ਬਾਈ, ਫਿਰ ਮੁੜ ਕੇ ਉਹ ਆਪਰੇਸ਼ਨ ਕਦੇ ਕਾਮਯਾਬ ਨਹੀਂ ਰਹਿੰਦਾ, ਸਾਰੀ ਜ਼ਿੰਦਗੀ ਢੂਹਾ ਮਰਾਉਂਗੇ। ਚੱਕੋ ਆਪਣਾ, ਇਹਦੀਆਂ ਸਟੈਚਿੰਗਾਂ ਕਰੋ, ਤੁਹਾਡੀ ਬੈਕ ਪੇਨ ਠੀਕ ਹੋ ਜਾਣੀ, 100% ਠੀਕ ਹੋ ਜਾਣੀ ਇਹਦੇ ਨਾਲ। ਬਾਈ ਪਹਿਲਾਂ ਕੀ ਹੁੰਦਾ ਸੀ ਨਾ, ਹੁਣ ਥੋੜ੍ਹਾ ਹੋਰ ਆਪਾਂ ਕਰੀਏ ਹੈ ਨਾ, ਗੱਲਾਂ ਵਧੀਆ ਚੱਲੀ ਜਾਂਦੀਆਂ ਨੇ, ਵਧੀਆ ਨੌਲੇਜ ਮਿਲੀ ਜਾਂਦੀ ਹੈ ਵੀਰੇ ਤੋਂ, ਹੈ ਨਾ, ਕੁਛ ਨੂੰ ਹੋਰ ਸੁਣ ਲਓ ਹੈ ਨਾ, ਅਤੇ ਵੀਡੀਓ ਨਾਲ ਤੁਸੀਂ ਬਣੇ ਰਹੋ। ਅਤੇ ਪਹਿਲਾਂ ਕੀ ਹੁੰਦਾ ਸੀ ਨਾ, ਐਂ ਕਹਿ ਲਓ ਕਿ ਘਰਾਂ 'ਚ 4-4 ਜਵਾਕ, 3-3, 4-4, ਇਹ ਤਾਂ ਆਮ ਜੀ ਉਹ ਗੱਲ ਸੀਗੀ ਹੈ ਨਾ। ਅੱਜ ਦੀ ਡੇਟ ਦੇ ਵਿੱਚ ਇੱਕ ਜਵਾਕ ਵੀ ਕਰਨਾ ਨਾ ਔਖਾ ਹੋਇਆ ਪਿਆ, ਦਵਾਈਆਂ ਖਾਣੀਆਂ ਪੈਂਦੀਆਂ ਨੇ, ਖਾਣੀਆਂ ਪੈਂਦੀਆਂ ਨੇ, ਟਿਊਬ ਟੈਸਟ, ਹੋਰ 100 ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ। ਅਤੇ ਉਹਦਾ ਜਿਹੜਾ ਕਾਰਨ ਹੁੰਦਾ ਉਹਦੇ 'ਤੇ ਕੋਈ ਦੱਸਦਾ ਨਹੀਂ, ਉਹਦੇ 'ਤੇ ਆਪਾਂ ਜਾਂਦੇ ਨਹੀਂ, ਆਪਾਂ ਜਿਹੜੇ ਵੀ ਡਾਕਟਰ ਕੋਲ ਜਾਂਦੇ ਹਾਂ ਉਹ ਅਗਲਾ ਦਿਨ ਤਾਂ ਚੱਲ ਹੁਣ ਦਵਾਈ ਦੇਣੀ ਉਹ ਆ ਬਾਈ, ਕਾਰਨ ਕੀ ਹੁੰਦਾ? ਵੀਕਨੈਸ, ਜਾਣੀ ਕਿ ਡਾਕਟਰ ਮੋਟਾ ਟੀਕਾ ਭਰਦਾ ਹੈ ਨਾ ਯਾਰ। ਜੇ ਤੁਸੀਂ ਕਹਿਤਾ ਵੀ ਇੱਕ ਬੰਦੇ 'ਤੇ ਜਵਾਕ ਨਹੀਂ ਹੁੰਦਾ, ਤੁਸੀਂ ਉਹਨੂੰ ਕਹਿ ਦਿਓ ਵੀ ਉਹ ਦਿੱਲੀ ਜਾ ਕੇ ਐਵੇਂ ਉੱਥੇ ਮੱਥਾ ਟੇਕਿਆ, ਉਹਨੇ ਵਿਚਾਰੇ ਨੇ ਦੁਖੀ ਬੰਦੇ ਨੇ ਉੱਥੇ ਚਲੇ ਜਾਣਾ, ਪਰ ਉਹਨੂੰ ਸਮਝ ਨਹੀਂ ਲੱਗਦੀ ਹੋਇਆ ਕੀ ਹੋਇਆ। ਹੋਇਆ ਕੀ ਹੁੰਦਾ ਵੀ ਅੱਜ ਤੋਂ ਹੀ ਜਿਹੜੀਆਂ ਕੁਆਰੀਆਂ ਕੁੜੀਆਂ ਨੇ, ਠੀਕ ਆ, ਜਾਂ ਕੁਆਰੇ ਮੁੰਡੇ ਨੇ, ਬਾਈ ਡਾਈਟ ਖਾਣੀ ਸ਼ੁਰੂ ਕਰ ਦਿਉ। ਹੁਣ ਇੱਕ ਕੁੜੀ ਆ, ਉਹਨੇ ਇੱਕ ਰੋਟੀ ਸਵੇਰੇ ਖਾਣੀ ਆ ਬਾਈ, ਇੱਕ ਅੱਧੀ ਮਾਸਾਂ ਸ਼ਾਮ ਨੂੰ ਖਾਣੀ ਆ ਬਾਈ, ਇੱਕ ਰੋਟੀ ਖਾ ਕੇ ਜਵਾਕ ਨਹੀਂ ਜੰਮਿਆ ਜਾਂਦਾ ਹੁੰਦਾ, ਸ਼ੇਰ ਜੰਮਣ ਲਈ ਸ਼ੇਰਾਂ ਵਾਲੀ ਖੁਰਾਕ ਖਾਣੀ ਪੈਂਦੀ ਆ। ਕੁੜੀਆਂ ਜਿੰਨੀਆਂ ਵੀ ਕੁਆਰੀਆਂ ਨੇ, ਕੁੜੀਆਂ ਨੂੰ ਪੀਰੀਅਡ ਪ੍ਰੋਬਲਮ ਆਉਂਦੀ ਆ, ਮੁੰਡਿਆਂ ਨੂੰ ਬਹੁਤ ਇਸ਼ੂ ਆਉਂਦਾ, ਬੇਬੀ ਨਹੀਂ ਹੁੰਦਾ, ਅਤੇ ਮਿੱਤਰੋ ਆਪਣੇ ਘਰ ਦੇ ਵਿੱਚ ਰੋਟੀ ਦੇ ਨਾਲ ਇੱਕ ਪਿਆਜ਼ ਸਵੇਰੇ ਕਰ ਦਿਉ ਸ਼ੁਰੂ, ਇੱਕ ਪਿਆਜ਼ ਸ਼ਾਮ ਨੂੰ ਸ਼ੁਰੂ ਕਰ ਦਿਉ, ਕੇਲੇ ਦਾ ਸ਼ੇਕ ਪੀਆ ਕਰੋ, ਕੁੜੀਆਂ ਰੋਜ਼ ਕੇਲੇ ਦਾ ਸ਼ੇਕ ਪੀਆ ਕਰੋ, ਪਪੀਤਾ ਖਾਇਆ ਕਰੋ, ਰੋਟੀ ਦੇ ਨਾਲ ਦਹੀਂ ਐਡ ਕਰ ਲਓ, ਕਹਿਣ ਦਾ ਮਤਲਬ ਵੀ 5-7 ਬਦਾਮ ਖਾ ਲਓ। ਅੱਗੇ ਬਾਈ ਇਹ ਖੁਰਾਕਾਂ ਆਮ ਸੀ, ਲੱਸੀ ਕਿੰਨੇ ਪੀਂਦੇ ਹੁੰਦੇ ਜੀ, ਹੁਣ ਇੱਕ ਕੁੜੀ ਬਹਿ ਕੇ ਇੰਨੀ ਗੱਲ ਸੋਚ ਲਓ ਵੀ ਮੈਂ ਖਾਂਦੀ ਗਈ ਹਾਂ, ਇੱਕ ਰੋਟੀ ਸਵੇਰੇ, ਇੱਕ ਰੋਟੀ ਸ਼ਾਮ ਨੂੰ, ਕੋਈ ਉਹਨੇ ਦਹੀਂ ਨਹੀਂ ਲੈਣਾ, ਕੋਈ ਲੱਸੀ ਨਹੀਂ। ਹੁਣ ਜਿਹਨਾਂ ਕੁੜੀਆਂ ਦੀ ਚੰਗੀ ਖੁਰਾਕ ਆ ਉਹਨਾਂ ਨੂੰ ਕਿਉਂ ਨਹੀਂ ਪ੍ਰੋਬਲਮ ਆਉਂਦੀ ਬਾਈ? ਆਉਂਦੀ ਉਹਨਾਂ ਨੂੰ ਪ੍ਰੋਬਲਮ? ਦੱਸੋ ਮੈਨੂੰ, ਆਉਂਦਾ ਇਸ਼ੂ? ਹਾਂ, ਪਿੰਡਾਂ 'ਚ, ਹੁਣ ਪਿੰਡਾਂ 'ਚ ਤਾਂ ਨਹੀਂ ਆਉਂਦੀ, ਪਰ ਸ਼ਹਿਰਾਂ 'ਤੇ ਜ਼ਿਆਦਾ ਦਿੱਕਤ ਆ। 98% ਹੁਣ ਤਾਂ ਬਾਈ ਪਿੰਡ ਵੀ ਮੈਨੂੰ ਲੱਗਦਾ ਨਾਲ ਹੀ ਰਲ ਗਏ ਆਪਣੇ, 98% ਉਹ ਬੰਦਿਆਂ ਨੂੰ ਪ੍ਰੋਬਲਮ ਆ ਰਹੀ ਆ ਜਿਹੜੇ ਡਾਈਟ ਨਹੀਂ ਖਾਂਦੇ, 2% ਮਾਲਕ ਵੱਲੋਂ ਰੱਬ ਨੇ ਕੋ ਦੇਣੀ ਆ ਦਾਤ ਬਖਸ਼ਣੀ ਆ ਪੁੱਤ ਦੀ। ਮੁੰਡੇ ਕੁੜੀਆਂ ਜਿਹੜੇ ਖੁਰਾਕ ਨਹੀਂ ਖਾਂਦੇ ਉਹਨਾਂ ਨੂੰ ਇਹ ਇਸ਼ੂ ਆਉਂਦਾ, ਬਸ ਜਿਹੜੀ ਆਪਾਂ ਨੂੰ ਚਲੋ ਇੰਸਟਾ 'ਤੇ ਫੋਲੋ ਕਰ ਲਓ, ਜਿਹੜੀ ਇਹ ਡਾਈਟ ਆ ਖਾਣੀ ਸ਼ੁਰੂ ਕਰ ਦਿਉ, ਮੈਨੂੰ ਨਹੀਂ ਲੱਗਦਾ ਕਦੇ ਬੇਬੀ ਦੀ ਪ੍ਰੋਬਲਮ ਆਊ, ਕੋਈ ਦਵਾਈ ਖਾਣ ਦੀ ਲੋੜ ਨਹੀਂ, ਬਸ ਆਪਣੀ ਡਾਈਟ ਐਡ ਕਰ ਲਓ, 2-4 ਮਹੀਨੇ ਡਾਈਟ ਖਾਓ, ਆਪ ਹੀ ਮਾਲਕ ਖੁਸ਼ਖਬਰੀਆਂ ਦਊਗਾ, ਕੋਈ ਇਹਦੀ ਦਵਾਈ ਨਹੀਂ, ਕੋਈ ਮੈਡੀਸਨ ਨਹੀਂ। ਕਈ ਕਹਿੰਦੇ ਭਸਮਾ ਖਾ ਲਓ ਤਾਂ ਸਾਰਾ ਕੁਛ ਹੋ ਜਾਊਗਾ ਹੈ ਨਾ, ਤੁਹਾਡੇ ਸਰੀਰ ਬਣ ਜਾਊਗਾ, ਤੁਹਾਡੇ ਜਵਾਕ ਹੋ ਜਾਊਗਾ ਹੈ ਨਾ। ਭਸਮਾ ਤਾਂ ਕਹਿੰਦੇ ਜਿਵੇਂ ਹੁਣ ਕਹਿਣਾ ਤਾਂ ਚਾਹੀਦਾ ਨਹੀਂ, ਪਹਿਲਾਂ ਰਾਜੇ ਮਹਾਰਾਜ ਭਸਮਾ ਖਾਂਦੇ ਸੀ, ਐਂ ਕਰ ਦਿੰਦੇ ਸੀ ਹੈ ਨਾ। ਬਾਈ ਨੇ ਮਤਲਬ ਕਿੱਲੀ ਭਸਮ ਦੇ ਧਰ ਲਈ, ਅਤੇ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ, ਚਲੋ ਬਾਈ ਫਿਰ ਹੁਣ ਗੱਲ ਕਰ ਲਓ। ਹੁਣ ਭਸਮਾਂ ਨੇ ਬਾਈ ਯਾਰ ਉਹ ਗਰਮ ਬਹੁਤ ਹੁੰਦੀਆਂ ਨੇ,
ਹੁਣ ਉਹਦੇ ਵਿੱਚ ਨਜਾਇਜ਼ ਵਧੀਆ ਅਗਲੇ ਨੇ ਜਿਹਨੇ ਭਸਮ ਤਿਆਰ ਕਰਨੀ ਆ, ਉਹ ਕੋਈ ਮਾੜੀ ਚੀਜ਼ ਤਾਂ ਤਿਆਰ ਕਰੂ ਨਹੀਂ, ਉਹਨੇ ਕਹਿਣਾ ਵੀ ਮੈਂ ਤਾਂ ਟੌਪ ਦੀ ਚੀਜ਼ ਦੇਵਾਂ। ਫਿਰ ਅੱਗੇ ਜਿਹੜੇ ਬੰਦੇ ਬਾਈ ਭਸਮਾਂ ਖਾਂਦੇ ਸੀ ਉਹਨਾਂ ਦੀ 10-10, 15-15 ਕਿੱਲਿਆਂ ਦੀ ਖੇਤੀ ਕਰ ਦਿੰਦੇ ਸੀ। ਅੱਗੇ ਸਵੇਰੇ ਨਾ ਬਾਈ 4-5 ਵਜੇ ਖੇਤਾਂ ਨੂੰ ਲੰਘ ਜਾਂਦੇ ਸੀ, 8-9 ਵਜੇ ਆਉਂਦੇ ਸੀ, ਦੁਪਹਿਰੇ ਸੌਂਦੇ ਸੀ ਵੇਖ ਖੇਤਾਂ 'ਚ। ਕਹਿਣ ਦਾ ਮਤਲਬ ਉਹਨਾਂ ਦਾ ਹਾਰਡ ਵਰਕਆਊਟ ਬਹੁਤ ਸੀਗਾ, ਬਹੁਤ ਜ਼ਿਆਦਾ। ਹੁਣ ਵੀਰੇ ਤੂੰ ਵਿਹਲਾ ਯਾਰ ਸਾਰਾ ਦਿਨ, ਤੈਂ ਇੰਟਰਵਿਊ ਕਰ ਲਿਆ, ਜਾਇਆ ਆ, ਤੈਨੂੰ ਬਾਈ ਭਸਮ ਕਿੱਥੋਂ ਪੱਜ ਜੂ, ਸਮਝਦਾ ਨਾ ਵੀਰੇ ਗੱਲ। ਉਹ ਗਰਮੀ ਪੈ ਜਾਂਦੀ ਆ, ਮੇਰੇ ਕੋਲ ਤਾਂ ਇੱਕ ਮੁੰਡਾ ਐਵੇਂ ਆਇਆ ਸੀ, ਉਹਨੇ ਮਤਲਬ ਬਾਈ ਨੇ ਨਾ ਟੈਸਟੋਸਟੈਰੋਨ ਲੈਵਲ ਦੇ ਚੱਕਰ ਦੇ ਵਿੱਚ ਇੰਨਾ ਸਮਾਨ ਖਾ ਲਿਆ, ਬਾਬਾ ਸੀ ਰੋਗੀ ਸੀ, ਇੰਨਾ ਗਰਮ ਸਮਾਨ ਖਾਏਗਾ ਬਾਈ। ਹੁਣ ਤੂੰ ਦੱਸ ਵੀਰੇ ਯਾਰ, ਦਿਨ ਦੇ ਵਿੱਚ ਤੈਂ ਸਿਰਫ ਹੁਣ ਇੰਟਰਵਿਊ ਕਰਨੇ ਨੇ, ਤੈਨੂੰ ਭਸਮ ਦੀ ਲੋੜ ਹੈਗੀ ਆ, ਤੈਂ ਕੋਈ ਕਿਰਤ ਕਰਨੀ ਹੈ ਜ਼ਿਆਦਾ, ਬਸ ਤਾਂ ਕਰਕੇ ਉਹ ਬੰਦਾ ਖਾਇਆ ਕਰੋ ਵੀਰੇ ਜਿਹਦਾ ਜ਼ਿਆਦਾ ਹਾਰਡ ਵਰਕਆਊਟ ਆ, ਜਾਂ ਵੈਸੇ ਤਾਂ ਡਾਇਟ ਵਧੀਆ ਦੱਬ ਕੇ ਰੱਖੋ, ਅਤੇ ਜਿਹਦਾ ਜ਼ਿਆਦਾ ਹਾਰਡ ਵਰਕ ਆ ਤਾਂ ਉਹਦੇ ਲਈ ਕੋਈ ਚੀਜ਼ ਮਾੜੀ ਵੀ ਨਹੀਂ। ਪਰ ਵਿਹਲੜ ਬੰਦਾ ਥੋੜ੍ਹਾ ਜਿਹਾ ਧਿਆਨ ਰੱਖੋ ਇਹ ਚੀਜ਼ਾਂ ਦਾ, ਭਸਮਾਂ ਤੋਂ ਪਰਹੇਜ਼ ਕਰਨ, ਹੈ ਨਾ। ਵਿਹਲੜ ਬੰਦਾ ਤਾਂ ਬਾਈ ਪਰਹੇਜ਼ ਹੀ ਕਰੂ, ਉਹਦਾ 30 ਬਦਾਮ ਵੀ ਖਰਾਬ ਕਰ ਦੇਣਗੇ ਇਹ ਚੀਜ਼ ਆ। ਅਤੇ ਵੀਰੇ ਹੁਣ ਆਪਾਂ ਵੀਡੀਓ ਖਤਮ ਕਰੀਏ, ਹੈ ਨਾ। ਹੁਣ ਜਿਹੜੇ ਆਪਣੇ ਨਾਲ ਜੁੜੇ ਹੋਏ ਬੰਦੇ ਨੇ ਨਾ, ਉਹ ਇੱਕ ਉਮੀਦ 'ਚ ਜੁੜੇ ਹੋਏ ਨੇ, ਕੀ ਆ ਉਹ? ਆਪਾਂ ਵੀਡੀਓ ਦੀ ਸਟਾਰਟਿੰਗ 'ਚ ਇਹ ਕਹਿੰਦੇ ਕਿ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ, ਹਾਂ ਔਫਰ ਦੇਵਾਂਗੇ। ਮੈਂ ਸਰਪ੍ਰਾਈਜ਼ ਕਹੂੰਗਾ, ਵੀਰਾ ਔਫਰ ਕਹੂੰਗਾ, ਹੈ ਨਾ। ਵੀਰੇ ਨੇ ਔਫਰ ਦੇਣੀ ਆ ਦੋ ਬਾਈ, ਅਤੇ ਔਫਰ ਆਪਾਂ ਸਟੋਰ 'ਤੇ ਜਾ ਕੇ ਕਰ ਦਾਂਗੇ। ਚਲੋ ਸਟੋਰ 'ਤੇ ਜਾ ਕੇ ਨਾ ਤੁਹਾਨੂੰ ਔਫਰ ਦਿੰਦੇ ਹਾਂ, ਬਣੇ ਰਹੋ ਆ ਤੁਸੀਂ। ਕਿਹੜਾ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਬਾਈ, ਹੁਣ ਔਫਰ ਪਾਉਣ ਲੱਗਿਆ ਵੇ ਪ੍ਰੋਟੀਨ ਦੇ ਉੱਤੇ, ਅਤੇ ਕੀ ਬਾਈ ਦਊਗਾ ਸਮਾਨ ਨਾਲ, ਠੀਕ ਆ, ਆ ਜਾਓ ਵੀ। ਅਤੇ ਬਾਈ ਔਫਰ ਐਵੇਂ ਦੀ ਪਾਉਣ ਲੱਗੇ ਹਾਂ, 5-6 ਹਜ਼ਾਰ ਦਾ ਬੰਦਾ ਡੱਬਾ ਖਰੀਦਦਾ, ਅਤੇ ਪਹਿਲਾਂ ਆਪਾਂ ਸਮਾਨ ਦਿਖਾ ਦਿੰਦੇ ਹਾਂ ਅਤੇ ਰੇਟ ਬਾਅਦ 'ਚ ਦੇ ਦਿਓ। ਇਹਦੇ ਵਿੱਚ ਆਪਾਂ UCBA ਰੱਖਿਆ ਬਾਈ, 2 ਕਿਲੋ ਦਾ ਪ੍ਰੋਟੀਨ, 3500 ਰੁਪਏ ਦਾ ਤੋਂ 4000 ਦਾ ਆਪਾਂ ਖੁਦ ਸੇਲ ਕਰਦੇ ਹਾਂ, ਇਹਦਾ ਰੇਟ ਆ। ਕਿਉਂਕਿ ਇਹਦੀ ਜਿਹੜੀ ਕੁਆਲਿਟੀ ਆ, ਉਹਦੇ ਵਿੱਚ ਇੱਕ ਸਕੂਪ ਪ੍ਰੋਟੀਨ, ਕਾਰਬ, ਵਿਟਾਮਿਨ, ਮਤਲਬ ਬਾਈ ਜਿਹੋ ਜਿਹੀ ਕੋਲਡ ਕੌਫੀ ਪੀ ਲਈ ਉਹੋ ਜਿਹਾ ਪ੍ਰੋਟੀਨ ਪੀ ਲਿਆ, ਜਾਂ ਕੁੱਕੀ ਕਰੀਮ 'ਚ ਜਿਹੋ ਜਿਹਾ ਦੁੱਧ ਪੀ ਲਿਆ, ਉਹੋ ਜਿਹਾ ਇਹਦਾ ਫਲੇਵਰ, ਇੰਨਾ ਸਵਾਦ ਆ। ਉਹ ਤੋਂ ਬਾਅਦ ਆਪਾਂ ਪਾਇਆ ਵੀਰੇ ਕਾਰਬ, ਜਿਵੇਂ ਅੱਜ ਦੇ ਟਾਈਮ ਦੇ ਵਿੱਚ ਭਾਈ ਗਰਮੀ ਆ, ਖੁਰਾਕਾਂ ਜ਼ਿਆਦਾ ਨਹੀਂ ਖਾਧੀਆਂ ਜਾਂਦੀਆਂ, ਤਾਂ ਜਿਮ ਤੋਂ ਘੰਟਾ ਕੁ ਪਹਿਲਾਂ 1 ਸਕੂਪ ਅਤੇ ਜਿਮ ਤੋਂ ਬਾਅਦ 1 ਸਕੂਪ ਪੀ ਲਿਆ ਕਰਿਓ, ਠੀਕ ਆ। ਉਹ ਤੋਂ ਬਾਅਦ ਅਸ਼ਵਗੰਧਾ ਪਾਈ ਆਪਾਂ, ਇਹ ਟੋਟਲੀ ਫਰੀ ਪਾਇਆ ਭਰਾ, ਅਤੇ ਰੇਟ ਵੀ ਚੱਲ ਦੇਈ ਦਿਓ ਤੁਸੀਂ ਇਹਦਾ, ਇਹ 5520 ਰੁਪਈਏ ਦੇ ਵਿੱਚ ਸਾਰਾ ਸਟੈਕ ਦੇਤਾ, 55 ਤੁਸੀਂ ਕਹਿੰਦੇ ਡੱਬਾ ਵਿਕਦਾ, ਆਪਾਂ ਸਾਰਾ ਸਮਾਨ ਇਹ 5520 'ਚ ਦੇਤਾ, ਠੀਕ ਆ ਬਾਈ। ਬਾਈ ਨੇ GST ਦੇ ਨਾਲ 5520 ਰੁਪਏ ਦੇ ਵਿੱਚ ਸਮਾਨ ਦੇਈ ਜਾਂਦਾ ਬਾਈ, ਆ ਜਾਓ ਅੱਗੇ ਅੱਗੇ ਹੋਰ ਕੀ ਕਹਿੰਦਾ ਬਾਈ। ਅਸ਼ਵਗੰਧਾ ਆ ਗਈ, ਜਿਹੜੀ ਤੁਹਾਡੇ ਸਟ੍ਰੈਸ ਨੂੰ, ਟੈਸਟੋਸਟੈਰੋਨ ਲੈਵਲ ਨੂੰ ਜਿਵੇਂ ਬੇਬੀ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ, ਕਈ ਕਹਿੰਦੇ ਇਹਦਾ ਸਾਈਡ ਇਫੈਕਟ ਨਹੀਂ ਬਾਈ, ਇਹਦੇ ਫੈਕਟ ਨੇ ਵੀ ਤੁਹਾਨੂੰ ਕੱਲ੍ਹ ਨੂੰ ਕੋਈ ਜਿਵੇਂ ਸੈਕਸ ਪਾਵਰ ਦੇ ਵਿੱਚ ਵੀ ਲੋਹਾ ਬਣਾ ਦਿੰਦੀ ਹੈ, ਠੀਕ ਆ। ਉਹ ਤੋਂ ਬਾਅਦ ਗੱਲ ਕਰਦੇ ਹਾਂ ਜਿੰਕ ਪਾਤਾ, ਇਹ ਵੀ ਟੋਟਲੀ ਇਹਦੇ ਵਿੱਚ ਫਰੀ ਪਾਇਆ, ਇਹ ਤੁਹਾਡੇ ਹਾਰਮੋਨ ਲੈਵਲ ਨੂੰ ਸਟਰੋਂਗ ਕਰਦਾ, ਇਹ ਵੀ ਤੁਹਾਨੂੰ ਗਿਫਟ ਆ ਬਾਈ। ਆਹ 800 ਦੀਆਂ 2 ਡੱਬੀਆਂ ਹੀ ਨੇ, ਆਹ 550 ਰੁਪਏ ਦੀ ਲੀਵਰ ਡਿਟੋਕਸ, ਜਿਵੇਂ ਤੁਸੀਂ ਕਹਿੰਦੇ ਹੋ ਪ੍ਰੋਟੀਨ ਨਹੀਂ ਪਚਦਾ, ਡਾਇਟ ਨਹੀਂ ਪਚਦੀ, ਫਿਣਸੀਆਂ ਨਿਕਲ ਗਈਆਂ, ਫਲਾਣਾ ਨਿਕਲ ਗਿਆ, ਮਸਲ ਲਾਈਫ ਵਾਲਿਆਂ ਦੀ ਲੀਵਰ ਡਿਟੋਕਸ, ਮੈਨੂੰ ਲੀਵਰ ਟੋਟਲੀ ਫਰੀ ਆ, ਵੀ ਤਾਂ ਕਿ ਕੱਲ੍ਹ ਨੂੰ ਕਿਸੇ ਨੂੰ ਵੀ ਲੀਵਰ ਦੀ ਪ੍ਰੋਬਲਮ ਆਉਂਦੀ, ਆਪਾਂ ਪਹਿਲਾਂ ਹੀ ਲੀਵਰ ਦਾ ਲੋਹਾ ਬਣਾ ਦਾਂਗੇ, ਠੀਕ ਆ ਬਾਈ। ਉਹ ਤੋਂ ਬਾਅਦ ਬਾਈ ਮੇਰੀ ਬੈਕ ਪੇਨ ਹੋਣ ਲੱਗ ਗਈ, ਮੇਰੇ 'ਚ ਬਲੱਡ ਦੀ ਕਮੀ ਆ, ਮੈਨੂੰ ਸਕਿਨ ਪ੍ਰੋਬਲਮ ਆ, ਮੈਨੂੰ ਫਲਾਣਾ, ਮੈਨੂੰ ਧਲਾਣਾ, ਇਸ ਗੱਲ ਕਰਕੇ 650 ਦੇ ਮਲਟੀ ਵਿਟਾਮਿਨ ਆਪਾਂ 2 ਮਹੀਨੇ ਦੇ ਫਰੀ ਪਾਏ ਨੇ, ਸਵੇਰੇ ਰੋਟੀ ਤੋਂ ਬਾਅਦ ਇਹ 1 ਛੱਕ ਦਿਆ ਕਰਿਓ, ਸਾਰਾ ਗੱਲਬਾਤ, ਇਹ ਵੀ ਫਰੀ ਆ ਚਾਰੇ ਚੀਜ਼ਾਂ। ਉਹ ਤੋਂ ਬਾਅਦ ਗਿਬੋਨ ਦੀ 1200 ਦੀ ਕਰਟੇਨ ਸੀਗੀ ਪਹਿਲਾਂ, ਅਤੇ ਅੱਜ ਆਪਾਂ ਇਹਦਾ ਮੁੱਲ ਜਮ੍ਹਾਂ ਡੈੱਡ ਕਰਕੇ ਫਰੀ ਪਾਤਾ, ਠੀਕ ਆ। ਅਤੇ ਅੱਗੇ ਗੱਲ ਕਰਦੇ ਹਾਂ, ਜਿਮ ਲਾਉਣ ਨੂੰ ਜੀ ਨਹੀਂ ਕਰਦਾ, ਉੱਠਣ ਨੂੰ ਜੀ ਨਹੀਂ ਕਰਦਾ ਜੀ, ਫਲਾਣਾ ਨਹੀਂ ਕਰਦਾ, ਉਹਦੇ ਜਗ੍ਹਾ 'ਤੇ ਆਪਾਂ ਪਾਤਾ ਪ੍ਰੀ ਵਰਕਆਊਟ, 2000-2500 ਰੁਪਈਆ ਬੰਦਾ ਪ੍ਰੀ ਦੇ ਖਰਾਬ ਕਰ ਦਿੰਦਾ, ਆਪਾਂ ਉਹ ਵੀ ਇਹਦੇ ਵਿੱਚ ਹੀ ਲਾਤਾ। ਇਹ ਸਾਰਾ ਸਪਲੀਮੈਂਟ ਬਾਈ ਤੁਹਾਡੀ ਆਉਣ ਦੀ ਖੁਸ਼ੀ 'ਚ, ਅਤੇ ਤੁਹਾਡੇ ਆਉਣ ਕਰਕੇ ਆਪਾਂ ਟੋਟਲੀ ਫ੍ਰੀ ਦਿੱਤਾ, ਠੀਕ ਆ ਬਾਈ। ਅਤੇ ਇਹਦੇ ਵਿੱਚੋਂ ਇੱਕ ਆਪਾਂ ਵੀਰੇ ਤੈਨੂੰ ਛੋਟਾ ਜਿਹਾ ਗਿਫਟ ਦੇਣਾ, ਠੀਕ ਆ। ਅਤੇ ਮਨ ਨਾ ਦੋਨੇ ਦੋ ਭਰਾ ਨੇ, ਇੱਕ ਬਾਈ ਕੈਮਰੇ ਪਿੱਛੇ ਖੜ੍ਹਾ ਅਤੇ ਇੱਕ ਬਾਈ ਖੜ੍ਹਾ, ਇੱਕ ਤਾਂ ਮਨ ਨਾ ਜਿੰਕ ਦੇ 2, ਠੀਕ ਆ। ਇੱਕ ਬਾਈ ਨੂੰ ਆਪਾਂ ਦੇਣੇ ਨੇ, ਇੱਕ ਵੀਰੇ ਖਾਣਾ ਜ਼ਰੂਰ ਆ, ਠੀਕ ਆ, ਇਹ ਨਾ ਹੋਵੇ ਵੀ ਤੁਹਾਡੇ ਕੋਲ ਪਿਆ ਰਹਿ ਜੇ, ਅਤੇ ਅੱਗੇ ਜਾ ਕੇ ਦੱਸਿਓ ਜ਼ਰੂਰ। ਆਪਾਂ ਬਾਈ ਉਹਨਾਂ ਨੂੰ ਸਪਲੀਮੈਂਟ ਐਵੇਂ ਦਾ ਦੇਣ ਲੱਗੇ ਹਾਂ ਵੀ ਜਿਮ, ਮੰਨ ਲਾ ਸਾਰਾ ਦਿਨ ਤੁਸੀਂ ਕੰਮ ਕਰਦੇ ਹੋ, ਜਿਮ ਨਹੀਂ ਲਾਉਂਗੇ ਉਹ ਚੀਜ਼ ਤੁਸੀਂ ਵਰਤ ਸਕੋ, ਠੀਕ ਆ। ਅਤੇ ਜਿਵੇਂ ਹੁਣ ਤੁਸੀਂ ਦੱਸਿਆ ਜੀ ਥੋੜ੍ਹਾ ਜਿਹਾ ਮਾਤਾ ਬਿਮਾਰ ਨੇ, ਤੁਸੀਂ ਜਾ ਕੇ ਜ਼ਰੂਰ ਇਹਨੂੰ ਯੂਜ਼ ਕਰਿਓ। ਇੱਕ ਤਾਂ ਬਾਈ ਤੁਹਾਨੂੰ ਆਪਾਂ 2 ਜਿੰਕ ਗਿਫਟ ਕਰੇ ਨੇ, ਇੱਕ ਤੁਹਾਨੂੰ ਮਲਟੀ ਵਿਟਾਮਿਨ ਗਿਫਟ ਕਰੇ ਨੇ, ਜਾਂ ਦੱਸਦੇ ਭਰਾਵਾ ਕੋਈ ਗੋਡੇ ਗੁੱਡਿਆਂ ਦੀ ਮਾੜੀ ਮੋਟੀ ਪ੍ਰੋਬਲਮ ਚੱਲਦੀ ਆ, ਤਾਂ ਉਹ ਵੀ ਤੁਹਾਡੀ ਸੈੱਟ ਕਰ ਦਿੰਦੇ ਆ, ਠੀਕ ਆ। ਇੱਕ ਮਨ ਬਾਈ ਉਹਨਾਂ ਨੂੰ 2 ਦੇ ਉਹਦੀਆਂ ਲੀਵਰ ਡਿਟੋਕਸ, ਆਹ ਦੇ ਯਾਰ ਲੈ ਵੀਰੇ,
ਹੁਣ ਜਿਵੇਂ ਤੁਸੀਂ ਖਾਂਦੇ ਪੀਂਦੇ ਹੋ ਮਾੜੇ ਮੋਟੇ ਪਿੰਪਲ ਪੁੰਪਲ ਨਿਕਲਦੇ ਨੇ, ਇਹ ਬਾਈ ਟੋਟਲੀ ਫਰੀ ਆ। ਅਤੇ ਉਹ ਤੋਂ ਬਾਅਦ ਤੁਸੀਂ ਆਪਣੇ ਲਈ ਜਿਵੇਂ ਫੈਟ ਲੋਸ ਕਰਨ ਲੱਗੇ ਹੋਏ ਹੋ, ਹੈ ਨਾ, ਇੱਕ ਤੁਹਾਨੂੰ ਛੋਟਾ ਜਿਹਾ ਗਿਫਟ ਦੇ ਦਿੰਦੇ ਆ, ਮੰਨ ਉਹਦੇ ਦੂਏ ਤਾਂ ਆਪਣੇ ਕੋਲ ਖਤਮ ਹੋਏ ਹੋਏ ਨੇ, ਹੈ ਨਾ, ਅਲਟਰਾ ਲੋਸ, ਅਤੇ ਉਹਦੀ ਜਗ੍ਹਾ 'ਤੇ ਬਾਈ ਨੂੰ ਦੇ ਦੇ ਬਾਈ ਸੀ ਐੱਲ ਏ ਦੇ, ਨਿਊਟਰੀ ਸ਼ੌਕ ਦੇ, ਬਾਈ ਨੂੰ ਨਿਊਟਰੀ ਸ਼ੌਕ ਕੰਪਨੀ ਦੇ ਆਪਾਂ ਸੀ ਐੱਲ ਏ ਗਿਫਟ ਕੀਤੇ ਨੇ। ਇਹ ਬਾਈ ਵਰਕਆਊਟ ਤੋਂ 20 ਮਿੰਟ ਪਹਿਲਾਂ ਦੋ ਖਾ ਲਿਆ ਕਰੀ, ਚਾਹੇ ਆਪਣਾ ਕੰਮ ਧੰਦਾ ਕਰਨ ਵੇਲੇ ਇੱਕ ਖਾ ਲਿਆ ਜਾਂ ਇੱਕ ਵਰਕਆਊਟ ਤੋਂ ਪਹਿਲਾਂ ਲੈ ਲਿਆ, ਦੋ ਖਾ ਲਿਆ ਕਰਿਓ। ਆਹ ਤੁਹਾਨੂੰ ਮੇਰੇ ਵੱਲੋਂ ਛੋਟਾ ਜਿਹਾ ਪਿਆਰ ਆ ਬਾਈ, ਜਿਹੜੀਆਂ ਤਿੰਨੇ ਚੀਜ਼ਾਂ ਮੈਂ ਗਿਫਟ ਕੀਤੀਆਂ ਨੇ, ਇਹ ਬਿਨਾਂ ਵਰਕਆਊਟ ਤੋਂ ਖਾਇਓ ਵਰਤਿਓ, ਅਤੇ 15-20 ਦਿਨ ਦੇ ਵਿੱਚ ਤੁਸੀਂ ਦੇਖੋ ਵੀ ਤੁਹਾਡਾ ਸਰੀਰ ਜਿਵੇਂ ਦੁਪਹਿਰੇ ਜੇ ਬੈਗ ਵੱਜਦਾ ਅਤੇ ਹੁਣ ਕੀ ਕਹਿੰਦਾ, ਜਿਹੜਾ ਦਿਮਾਗ 'ਤੇ ਸਟ੍ਰੈਸ ਨਹੀਂ ਹੁੰਦਾ ਚੀਜ਼ ਦਾ ਬਾਈ, ਉਹ ਵੀ ਨਿਬੜ ਜੂ, ਬਹੁਤ ਸੋਹਣਾ ਸਰੀਰ ਹੋ ਜੂ, ਬਹੁਤ ਸੋਹਣੀ ਜਾਨ ਪੈ ਜੂਗੀ। ਠੀਕ ਆ ਬਾਈ ਯਾਰ, ਸਭ ਤੋਂ ਬੜੀ ਗੱਲ ਵੀਰੇ ਇੱਕ ਕਲੀਅਰ ਕਰ ਮੁੰਡਿਆਂ ਨੂੰ, ਅਗਲਾ ਕਹਿੰਦਾ ਯਾਰ ਵੀ 5,520 ਰੁਪਏ ਦਾ ਦੇ ਤਾ ਵੀ ਚੀਨੀ ਹੀ ਨਾ ਹੋਵੇ, ਗਾਂਧੀ ਨਾ ਹੋਵੇ, ਬਾਈ ਬਿੱਲ ਕੱਟ ਕੇ ਆ ਤੇਰੇ ਸਾਹਮਣੇ ਵੀਰੇ, ਜੋ ਰੇਟ ਪਿਆ ਨਹੀਂ ਮੈਂ ਉਹ ਕੈਲਕੂਲੇਟ ਕਰਕੇ ਦਿਖਾਇਆ, ਬਿੱਲ ਵੀ ਦਿਖਾ ਦਿੰਦੇ ਜੇ ਐਡੀ ਗੱਲਬਾਤ ਆ, ਹੈ ਨਾ, ਵੀ 500 ਰੁਪਈਏ ਦਾ ਲਾਇਆ ਬਾਈ ਸੇਲ ਵੀ ਨਹੀਂ ਹੈਗੀ। ਬਸ ਇਹ ਹੁੰਦਾ ਬਾਈ ਆਪਾਂ ਪਿਆਰ ਲੈਣਾ ਚਾਹੁੰਦੇ ਹਾਂ, ਠੀਕ ਆ, ਮਾਲਕ ਨੇ ਸਭ ਕੁਝ ਦਿੱਤਾ, ਰੱਜੇ ਪੁੱਜੇ ਬੰਦੇ ਹਾਂ, ਵੀ ਮਤਲਬ ਹਰ ਕੰਮ ਕਰਨ ਵਾਲਾ ਆਪਣਾ ਸ਼ੌਂਕ ਪੂਰਾ ਕਰੇ। ਜਿੰਨੇ ਵੀ ਦੇਖਦੇ ਹੋ ਭਰਾਵੋ, ਕੋਈ ਸਾਈਡ ਇਫੈਕਟ ਨਹੀਂ, ਕੋਈ ਲੀਵਰ 'ਤੇ ਸਾਈਡ ਇਫੈਕਟ ਨਹੀਂ, ਕੋਈ ਕਿਡਨੀ 'ਤੇ ਸਾਈਡ ਇਫੈਕਟ ਨਹੀਂ, ਸਾਰੀਆਂ ਚੀਜ਼ਾਂ ਉਹਦੇ ਬਹਿ ਕੇ ਸਾਰੀਆਂ ਖੋਲ੍ਹ ਕੇ ਵੀ ਦੇਖ ਲਿਓ, ਤਾਂ ਵੀ ਆਪਣੀ ਫੁੱਲ ਗਰੰਟੀ ਆ। ਇਕੱਲੀ ਇਕੱਲੀ ਚੀਜ਼ ਦਾ GST ਬਿੱਲ ਕੱਟ ਕੇ ਦੇਵਾਂਗੇ। ਜਿੰਮ ਲਾਉਂਦੇ ਹੋ, ਨਹੀਂ ਲਾਉਂਦੇ, ਗਰਾਊਂਡ ਲਾਉਂਦੇ ਹੋ, ਕਬੱਡੀ ਵਾਲੇ ਮੁੰਡੇ ਹੋ, ਇੱਕ ਵਾਰੀ ਖਾਓ, ਤੁਸੀਂ ਆਪ 10 ਬੰਦਿਆਂ ਨੂੰ ਉਰੇ ਭੇਜੋਗੇ। ਜੇ ਇੰਨਾ ਫਰੀ ਦਿੰਦੇ ਹਾਂ, ਇੰਨਾ ਸਸਤਾ ਦਿੰਦੇ ਹਾਂ, ਤਾਂ ਲੁੱਟ ਫੁੱਟ ਵਾਲਾ ਕੰਮ ਨਹੀਂ ਹੈਗਾ ਵੀ ਉਹ ਗੰਦ ਚੁਕਾਉਂਦੇ ਹਾਂ ਬਾਈ, ਖਰੀ ਚੀਜ਼ ਆ, ਖਰੇ ਸਪਲੀਮੈਂਟ ਨੇ। ਠੀਕ ਆ ਬਾਈ, ਮੋਟੀ ਜੀ ਜਿਵੇਂ ਦੇਖਦੇ ਹਾਂ, ਹੈ ਨਾ, ਜਿਵੇਂ ਵੇ ਪ੍ਰੋਟੀਨ ਸਸਤੀ, ਆਹ ਦੇਖੋ ਔਫਰ ਦਿੱਤੀ, ਆਹ ਵੀਰੇ 5,000 ਦਾ ਸਮਾਨ ਵਿਕ ਜਾਣਾ ਆਰਾਮ ਨਾਲ, ਆਰਾਮ ਨਾਲ ਤਿੰਨੇ ਚੀਜ਼ਾਂ 5,000, ਤਾਂ ਇਹ ਸਮਝ ਲਓ ਵੀ ਆ 5 ਸਪਲੀਮੈਂਟ ਦਾ ਨਜ਼ਾਰਾ ਲਓ। ਝੋਲਾ ਲਿਆਓ ਬੇਬੇ ਵਾਲਾ ਭਰ ਕੇ, ਜਿਹੜਾ ਫੁੱਲਾਂ ਵਾਲਾ ਅੱਗੇ ਲੈ ਕੇ ਆਉਂਦੇ, ਭਰ ਕੇ ਲੈ ਜਾਓ। ਜਿਹੜੇ ਦੂਰੋਂ ਆਉਂਦੇ ਹੁੰਦੇ ਨੇ ਬਾਈ, ਬੈਗ ਨੂੰ ਕੈਰੀ ਕਰ ਲਿਆ ਕਰੋ, ਥੋੜ੍ਹਾ ਵੱਡਾ ਬੈਗ ਲਿਆ ਕਰੋ। ਜਿਹੜੇ ਬੱਸ 'ਚ ਆਉਂਦੇ ਨੇ, ਮੋਟਰਸਾਈਕਲ 'ਚ, ਨਾ ਮਨ ਲਫਾਫਿਆਂ 'ਚ ਥੋੜ੍ਹਾ ਔਖਾ ਹੋ ਜਾਂਦਾ ਸਾਨੂੰ ਵੀ, ਬਾਈ ਸਮਾਨ ਜ਼ਿਆਦਾ ਹੁੰਦਾ, ਦੋ ਡੱਬੇ ਉਹ ਚੀਜ਼ ਬਣਦੀ ਨਹੀਂ। ਆਪਣਾ ਪਹਿਲਾਂ ਹੀ ਵੀਰੇ ਫੁੱਲਾਂ ਵਾਲਾ ਝੋਲਾ ਲਿਆਇਆ ਕਰੋ, ਨਾ ਫਟੇ ਨਾ ਗਿਰੇ ਉਹ 'ਚੋਂ ਸਮਾਨ, ਹੈ ਨਾ। ਸੋ ਬਾਈ ਨੇ ਇੰਨਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਵੀਰੇ ਦਾ ਦਿਲੋਂ ਧੰਨਵਾਦ ਕਰਦੇ ਹਾਂ, ਹੈ ਨਾ। ਕਦੇ ਯਾਰ ਲਾਂਭਾ ਨਹੀਂ ਆਊ ਤੁਹਾਨੂੰ ਸਾਡੀ ਕਿਸੇ ਚੀਜ਼ ਦਾ, ਵਰਤ ਲਵੇ ਬੰਦਾ ਪਹਿਲਾਂ ਜੋ ਬੋਲਣਾ ਵਰਤੇ ਦੇ, ਕਿਸੇ ਦਾ ਬਾਈ ਲਾਂਭਾ ਨਹੀਂ ਆਊ, ਦੁਬਾਰਾ ਫਿਰ ਮਿਲਾਂਗੇ ਜਲਦੀ। ਬਸ ਠੀਕ ਆ ਬਾਈ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ, ਹੈ ਨਾ, ਕਮੈਂਟ ਦੱਸੋ, ਬਾਈ ਨਾਲ ਗੱਲ ਕਰੋ, ਬਾਈ ਦਾ ਨੰਬਰ ਦੇ ਦਾਂਗੇ ਆਪਾਂ, ਕਮੈਂਟ 'ਚ ਕਰ ਦਿਓ, ਬਾਈ ਰਿਪਲਾਈ ਕਰੂਗਾ ਹਰ ਕਮੈਂਟ ਦਾ ਜਵਾਬ ਆ ਬਾਈ, ਕਿਉਂਕਿ ਜਿਹੜਾ ਝੂਠਾ ਬੰਦਾ ਹੁੰਦਾ ਉਹ ਕਮੈਂਟ ਦਾ ਜਵਾਬ ਨਹੀਂ। ਕਿਸੇ ਨੂੰ ਵੀ ਕੋਈ ਸਪਲੀਮੈਂਟ ਤੋਂ ਮਿਸਅੰਡਰਸਟੈਂਡਿੰਗ ਆ, ਕੋਸ਼ਿਸ਼ ਕਰੂੰਗਾ ਮੈਂ ਜ਼ਿਆਦਾਤਰ ਜ਼ਿਆਦਾ ਕਮੈਂਟਾਂ ਦਾ ਜਵਾਬ ਸਾਡਾ ਬੰਦਾ ਦੇ ਦੂਗਾ। ਠੀਕ ਆ ਬਾਈ, ਓਕੇ, ਮੇਰੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਹੈ ਨਾ। ਤੁਹਾਨੂੰ ਲਾਸਟ 'ਚ ਦੁਬਾਰਾ ਲੋਕੇਸ਼ਨ ਦੱਸ ਦਿੰਦੇ ਹਾਂ, ਪਹਿਲਾਂ ਵੀ ਦੱਸੀ ਸੀ ਸਟਾਰਟਿੰਗ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਵਿੱਚ ਮੋੜਾਂ ਤੋਂ ਪਿੱਛੇ, ਹੈ ਨਾ, ਸਯੂਕੀ ਦੇ ਸ਼ੋਰੂਮ ਦੇ ਸਾਹਮਣੇ, ਰੈੱਡ ਟੇਪ ਦੇ ਸ਼ੋਰੂਮ ਦੇ ਨਾਲ ਥੱਲੇ ਬੇਸਮੈਂਟ ਦੇ ਵਿੱਚ ਬਾਈ ਨੇ ਬਣਾਇਆ ਹੋਇਆ। ਠੀਕ ਆ, ਇੱਥੇ ਬਾਈ ਕੋਲ ਆਓ, ਕੋਈ ਬੜਾ ਔਖਾ ਨਹੀਂ ਹੈਗਾ, ਸਿੱਧਾ ਜਿਹਾ ਐਡਰੈਸ ਆ, ਜੇ ਤੁਸੀਂ ਚੰਡੀਗੜ੍ਹੋਂ ਜਾਂ ਬਸੀ ਤੋਂ ਆਉਂਦੇ ਹੋ, ਠੀਕ ਆ, ਤਾਂ ਸਯੂਕੀ ਦੇ ਸਾਹਮਣੇ ਆ, ਜੇ ਤੁਸੀਂ ਇੱਧਰੋਂ ਸਰਹੰਦ ਵਾਲੇ ਪਾਸੋਂ ਆ ਰਹੇ ਹੋ ਤਾਂ ਰੈੱਡ ਟੇਪ ਦੇ ਸ਼ੋਰੂਮ ਦੇ ਨਾਲ ਬੇਸਮੈਂਟ ਦੇ ਵਿੱਚ ਆ। ਠੀਕ ਆ ਜੀ, ਆਫ ਇੰਡੀਆ ਦੇ ਕੋਟ ਕਮਹਿੰਦਰਾ ਬੈਂਕ ਉੱਤੇ ਆ। ਅਤੇ ਬਾਈ ਆਪਣਾ ਇੰਸਟਾਗ੍ਰਾਮ ਕਰ ਦਈਏ ਸ਼ੇਅਰ ਥੋੜ੍ਹੇ, ਗੁਰਪ੍ਰੀਤ ਬੈਨੀਪਾਲ PB26, ਇੱਕੋ ਹੀ ਆਪਣਾ ਇੰਸਟਾਗ੍ਰਾਮ ਆ, ਤੁਹਾਨੂੰ ਉੱਥੇ ਜਾ ਕੇ ਹੋਰ ਔਫਰਾਂ, ਜਿਹੜੇ ਵੀ ਵੀਰ ਨੂੰ ਜਿਵੇਂ ਹੁਣ ਆ ਬੰਦੇ ਕਹਿ ਦਿੰਦੇ ਨੇ ਯਾਰ ਬਾਈ ਆਹ 600-700 ਦਾ ਉਈ ਹੁੰਦਾ, ਆਹ ਲੋਕ ਜਿਹੜੇ ਮਸਲ ਟੈਕ ਕੰਪਨੀ ਦੇ ਮਲਟੀ ਵਿਟਾਮਿਨ ਦੇ ਆਪਾਂ ਔਫਰ ਪਾਈ ਸੀ 630 ਰੁਪਏ 'ਚ, 630 ਰੁਪਏ 'ਚ ਮਿੱਤਰੋ ਦੇਖ ਲਓ, ਮਤਲਬ ਇੱਥੇ ਹਰ ਬ੍ਰਾਂਡ ਤੁਹਾਨੂੰ ਰੇਟ ਵਧੀਆ ਮਿਲੂ। ਇੰਸਟਾਗ੍ਰਾਮ 'ਤੇ ਜਾ ਕੇ ਚੈੱਕ ਕਰ ਲਿਓ, ਗੁਰਪ੍ਰੀਤ ਬੈਨੀਪਾਲ PB26, ਬਾਕੀ ਨੰਬਰ ਵੀਰੇ ਸ਼ੇਅਰ ਕਰ ਦਿਓ। ਠੀਕ ਆ, ਬਸ ਇੱਕੋ ਹੀ ਨੰਬਰ ਚੱਲਦਾ, ਜਿਹੜਾ ਬੰਦਾ ਆ ਸਕਦਾ ਆ ਜਾਓ, ਨਹੀਂ ਆਪਣਾ ਕੋਰੀਅਰ ਚਲੇ ਜਾਂਦਾ ਆਪਣੇ ਇਸ ਨੰਬਰ 'ਤੇ, ਤੁਸੀਂ ਪੇਮੈਂਟ ਕਰ ਦੇਣਾ 8872733355, ਜਿਹਨੂੰ ਵੀ ਆ 5,520 ਰੁਪਏ ਵਾਲੀ ਔਫਰ ਚਾਹੀਦੀ ਆ, 280 ਰੁਪਏ ਬਾਈ ਇਹਦੇ ਕੋਰੀਅਰ ਦੇ ਨਾਲ ਕਰ ਦਿਓ, ਇਸੇ ਨੰਬਰ 'ਤੇ ਸਕਰੀਨਸ਼ੋਟ ਭੇਜ ਦਿਓ। 5 ਦਿਨ ਦੇ ਵਿੱਚ ਇੱਕ ਇੱਕ ਚੀਜ਼ ਬੰਦੇ ਦੀ ਜ਼ਿੰਮੇਵਾਰੀ ਨਾਲ ਪਹੁੰਚ ਜੂ। ਠੀਕ ਆ ਵੀਰੇ, ਸਪਲੀਮੈਂਟ, ਡਾਈਟ ਪਲਾਨ ਸਾਰਾ ਕੁਝ ਬਾਈ ਤੁਹਾਨੂੰ ਦਊਗਾ। ਠੀਕ ਆ, ਬਾਈ ਸੁਭਾਅ ਦਾ ਇੰਨਾ ਕੁ ਵਧੀਆ ਬੰਦਾ ਨਾ, ਬੰਦੇ ਨੂੰ 0% ਵੀ ਡੀਮੋਟੀਵੇਟ ਨਹੀਂ ਕਰਦਾ, ਪੂਰਾ ਮੋਟੀਵੇਟ ਕਰਕੇ ਤੋਰਦਾ। ਕਿਹੜਾ ਜਿੰਮ ਲਾਓ ਦੱਬ ਕੇ, ਖੁਰਾਕਾਂ ਖਾਓ ਦੱਬ ਕੇ, ਅਤੇ ਸਾਡੀ ਵੀਡੀਓ ਨਾਲ ਬਣੇ ਰਹੋ, ਚੈਨਲ ਨਾਲ ਜੁੜੇ ਰਹੋ। ਮੈਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਅਤੇ ਕੈਮਰਾਮੈਨ ਮਨਿੰਦਰ ਸਿੰਘ, ਥੈਂਕ ਯੂ।